ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੀਤਲ ਸਿੰਘ ਗਿੱਲ ਵੱਲੋਂ ਪਿਆਰ ਤੇ ਸਤਿਕਾਰ ਸਤਿ ਸ੍ਰੀ ਅਕਾਲ ਕਬੂਲ ਕਰੋ। ਤੇ ਅੱਜ ਜਿਹੜਾ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਦੱਸ ਚੁੱਕਿਆ ਹੈਗਾ, ਅੱਜ ਅਸੀਂ ਪ੍ਰੋਗਰਾਮ ਸ਼ੁਰੂ ਕਰ ਰਹੇ ਹੈਗੇ ਆ। ਸਾਡਾ ਜਿਹੜਾ ਇਹ ਵੀ ਸਰਗਰਮ ਵਿਸ਼ਾ ਹੈਗਾ, ਜਿਹੜੇ ਸਾਡੇ ਫੈਸਟੀਵਲ ਹੈਗੇ ਆ ਜਿੱਥੇ ਸਾਡੇ ਖੁਸ਼ੀਆਂ ਦਾ ਤਿਉਹਾਰ ਹੁੰਦੇ ਆ, ਖੁਸ਼ੀਆਂ ਦੇ ਨਾਲ ਨਾਲ ਉਹਦੀ ਕੋਈ ਹਿਸਟਰੀ ਹੁੰਦੀ ਹੈਗੀ ਆ। ਲੋਹੜੀ ਦਾ ਤਿਉਹਾਰ ਜਿਹੜਾ ਆ, ਦੋ ਦਿਨਾਂ ਬਾਅਦ, ਦੋ ਦਿਨ ਚ ਅਸੀਂ ਫਿਰ ਲੋਹੜੀ ਮਨਾਉਣ ਜਾ ਰਹੇ ਹੈਗੇ ਆ। ਤੇ ਲੋਹੜੀ ਤਾਂ ਵੈਸੇ ਜਦੋਂ ਲੋਹੜੀ ਆਉਂਦੀ ਹੈਗੀ ਆ, ਇਹੋ ਸਾਡੀਆਂ ਭਾਰਤੀ ਟਰੈਡੀਸ਼ਨ ਜਿਹੜੇ ਰੀਤੀ ਰਿਵਾਜ ਆ, 15-20 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹੈਗੀਆਂ। ਕੁੜੀਆਂ ਮੁੰਡੇ ਟੋਲੀਆਂ ਬਣਾ ਕੇ ਜਿਹੜਾ ਲੋਹੜੀ ਮੰਗਣਾ ਸ਼ੁਰੂ ਕਰ ਦਿੰਦੇ ਹੈਗੇ ਆ। ਉਹ ਟੋਲੀਆਂ ਦਾ ਇਹੋ ਹੀ ਇੱਕ ਸੰਕੇਤ ਹੈਗਾ ਵੀ ਹਾਂ, ਜਿਹੜੀਆਂ ਖੁਸ਼ੀਆਂ ਤੇ ਗਮੀਆਂ ਜੋ ਕੁਛ ਵੀ ਆਏ, ਹਾਸੇ ਰੋਣੇ ਸਭ ਕੁਛ ਆਪਣੇ ਸਾਰਾ ਕੁਛ ਭੁਲਾ ਕੇ ਸੈਲੀਬ੍ਰੇਸ਼ਨ ਆ ਵੀ ਹਾਂ ਵੀ ਜਿੱਥੇ ਉਹ ਖੁਸ਼ੀਆਂ ਦਾ ਤਿਉਹਾਰ ਹੈਗੇ ਆ ਤੇ ਉਹਨੂੰ ਆਪਸ ਵਿਚ ਸ਼ੇਅਰ ਕਰੀਏ। ਉਹਦੇ ਤੋਂ ਇਲਾਵਾ ਜਿਹੜੀ ਹੈਗੇ ਆ ਇਹਦੀਆਂ ਵੱਖ ਵੱਖ ਲੋਹੜੀ ਦੇ ਤਿਉਹਾਰ ਦੀਆਂ ਧਾਰਨਾਵਾਂ ਹੈਗੀਆਂ, ਕਿਸ ਤਰ੍ਹਾਂ ਸ਼ੁਰੂ ਹੋਇਆ, ਕਿਸ ਤਰ੍ਹਾਂ ਕੋਈ ਇਹਨੂੰ ਕਹਿੰਦੇ ਹੈਗੇ ਆ ਵੀ ਉੱਥੋਂ ਠੰਡ ਜਿਹੜੀ ਆ ਇਸ ਦਿਨ ਇੱਕ ਜਿਹੜੀ ਆ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਆ ਸਰਦੀ, ਤੇ ਜਿਹੜੀ ਇਹਦੇ ਵਿਚ ਰੁੱਤਾਂ ਦੇ ਅਦਲ ਬਦਲ ਦੀ ਨਾਲ ਵੀ ਜੁੜਿਆ ਪਿਆ ਹੈਗਾ। ਪਰ ਇਹਦੀਆਂ ਵੱਖ ਵੱਖ ਧਾਰਨਾਵਾਂ ਵੱਖ ਵੱਖ ਮਨਾਉਣ ਦੀ ਵੱਖ ਵੱਖ ਰੀਜਨ ਪਾਕਿ ਇੱਕ ਜਿਹੜਾ ਆ ਅਸੀਂ ਜਿਹੜਾ ਪੰਜਾਬ ਦੇ ਫੋਲਕ ਸੌਂਗ ਹੈਗੇ ਆ, ਗੀਤ ਹੈਗੇ ਆ ਇੱਦਾਂ ਦੇ ਜਿਹੜੇ ਹਿਸਟਰੀ ਬਣ ਗਏ ਹੈਗੇ ਆ, ਦੁੱਲਾ ਪੱਟੀ ਦੇ ਗੀਤ ਗਾਏ ਜਾਂਦੇ ਹੈਗੇ ਆ, ਉਹ ਜਿਹੜਾ ਹੈਗਾ ਸਾਨੂੰ ਉਹਦੇ ਚ ਤਰਕ ਵੀ ਨਜ਼ਰ ਆਉਂਦਾ ਹੈਗਾ ਵੀ ਜਿੱਥੋਂ ਇਹੋ ਲੋਹੜੀ ਇੰਨੀ ਧੂਮ ਧਾਮ ਨਾਲ ਜਿਹੜਾ ਪੰਜਾਬ ਦਾ ਜਿਹਨੂੰ ਰੋਵਨ ਹੁੱਡ ਜਿਹੜਾ ਦੁੱਲਾ ਪੱਟੀ ਕਿਹਾ ਜਾਂਦਾ ਹੈਗਾ, ਉਹਦਾ ਨਾਂ ਤਾਂ ਅਸਲ ਵਿਚ ਅਬਦੁੱਲਾ ਪੱਟੀ ਸੀਗਾ ਤੇ ਉਹ ਉਸ ਵੇਲੇ ਇੱਕ ਨਾਇਕ ਸਾਦਾ ਹੋਇਆ ਜਿਹਨੇ ਕਿ ਇੱਕ ਹਿਸਟੋਰੀਕਲ ਪਿਹਾਂ ਉਹ ਲੁਟੇਰਾ ਤਾਂ ਸੀਗਾ ਪਰ ਮਾਲ ਲੁੱਟ ਕੇ ਗਰੀਬਾਂ ਦੇ ਵਿਚ ਵੰਡ ਦਿੰਦਾ ਸੀ, ਲੋੜਵੰਦਾਂ ਦੇ ਵਿਚ ਵੰਡ ਦਿੰਦਾ ਸੀ। ਉਹ ਜਿਹੜੇ ਇਹਨਾਂ ਦੇ ਜਲਮ ਸੀਗੇ, ਰਾਜੇ ਸੀਗੇ ਜਾਂ ਹੋਰ ਸੀਗੇ, ਉਹਨਾਂ ਨੂੰ ਉਹ ਚੈਲੇਂਜ ਜਿਹੜਾ ਆ ਉਸ ਵੇਲੇ ਕਰਦਾ ਸੀਗਾ। ਉਸ ਵੇਲੇ ਦੀ ਕਹਾਵਤ ਹੈਗੀ ਆ ਭਈ ਦੋ ਬੱਚੀਆਂ ਸੀਗੀਆਂ, ਸੁੰਦਰੀ ਤੇ ਮੁੰਦਰੀ, ਤੇ ਦੋਨੇ ਇੱਕ ਪੰਡਿਤ ਦੇ ਦੀਆਂ ਬੱਚੀਆਂ ਸੀਗੀਆਂ ਤੇ ਉਹ ਜਿਹੜਾ ਆ ਉਸਦੇ ਦਾ ਹਾਕਮ ਜਦੋਂ ਉਹਨੂੰ ਉਹਨਾਂ ਦੀ ਸੁੰਦਰਤਾ ਦਾ ਪਤਾ ਲੱਗਾ ਤੇ ਉਸਨੇ ਉਹਨੂੰ ਕਿਹਾ ਭੀ ਉਹਨਾਂ ਨੂੰ ਮੇਰੇ ਦਰਬਾਰ ਦੇ ਵਿਚ ਪੇਸ਼ ਕਰੋ, ਤੇ ਉਹ ਪੰਡਿਤ ਵਿਚਾਰਾ ਜਿਹੜਾ ਆ ਦੁੱਲੇ ਕੋਲ ਗਿਆ ਭੇਜੇ ਨੇ ਉਹਨੂੰ ਸੁਣਿਆ ਸੀ ਇੱਕ ਨਾਇਕ ਹੈਗਾ, ਇੱਕ ਹੀਰੋ ਹੈਗਾ ਸਾਡੀ ਕਮਿਊਨਿਟੀ ਦਾ, ਜਿਹੜੇ ਦੱਬੇ ਕੁਚਲੇ ਲੋਕ ਹੈਗੇ ਆ ਉਹਨਾਂ ਨੂੰ ਪ੍ਰੋਟੈਕਟ ਕਰਦਾ ਹੈਗਾ, ਤੇ ਉਹਦੇ ਕੋਲ ਗਿਆ ਤੇ ਉਹਨੇ ਦੁੱਲੇ ਨੇ ਉਹ ਧੀਆਂ ਨੂੰ ਜਿਹੜੀਆਂ ਪੁੱਤਰੀਆਂ ਉਹਦੀਆਂ ਪੰਡਿਤ ਦੀਆਂ ਸੀ ਆਪਣੀਆਂ ਧੀਆਂ ਬਣਾ ਕੇ ਉਹਦਾ ਵਿਆਹ ਕੀਤਾ ਤੇ ਬੜਾ ਲੋਕਾਂ ਨੇ ਇਸ ਗੱਲ ਦੀ ਬਹੁਤ ਪ੍ਰਸੰਸਾ ਕੀਤੀ। ਤੇ ਮਤਲਬ ਕਿ ਅੱਜ ਵੀ ਅਸੀਂ ਇਹੋ ਗੱਲ ਸ਼ੁਰੂ ਕਰਨਾ ਚਾਹਾਂਗਾ, ਕਿੰਨੀਆਂ ਹੀ ਅੱਜ ਪੰਜਾਬ ਦੀਆਂ ਘਟਨਾਵਾਂ ਲੈ ਲਓ ਜਾਂ ਕਿਤੇ ਹੋਰ ਦੀਆਂ ਲੈ ਲਓ, ਕਿੰਨੇ ਤੁਸੀਂ ਪਹਿਲਾਂ ਆਹ ਕਿੱਸੇ ਸੁਣੇ ਹੈਗੇ ਆ, ਗੱਲਾਂ ਸੁਣੀਆਂ ਹੈਗੀਆਂ, ਰੋਜ਼ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹੈਗਾ ਵੀ ਹਾਂ ਆਹ ਫਲਾਨਾ DIG ਨੇ, ਆਹ ਫਲਾਨੇ ਹੱਲੇ ਹੁਣੇ ਥੋੜੇ ਦਿਨ ਹੋਏ ਅਸੀਂ ਸੁਣਦੇ ਸੀਗੇ ਵੀ ਫਲਾਨੇ DIG ਨੇ ਏਦਾਂ ਉਹ ਕੁੜੀ ਨੂੰ ਕਰਦਾ ਰਿਹਾ ਰਣਜੀਤ ਕੌਰ ਨੂੰ DIG ਉੱਪਰ, ਤੇ ਬਾਅਦ ਵਿਚ ਉਹ ਰਫਾ ਦਫਾ ਵੀ ਕੇਸ ਹੋ ਗਿਆ, ਜਦੋਂ ਕਿ ਇੰਨਾ ਪ੍ਰੈਸ਼ਰ ਹੀ ਹਾਕਮਾਂ ਦਾ ਹੈਗਾ ਵੀ ਅੱਜ ਵੀ ਔਰਤਾਂ ਨੂੰ ਏਦਾਂ ਦੇ ਜਿਹੜੇ ਆ ਕਰਪਟ ਬੰਦੇ ਹੈਗੇ ਆ ਜਿਹੜੇ ਕਿ ਉੱਥੇ ਦੇ ਚਾਹੇ ਪੁਲਿਸ ਅਧਿਕਾਰੀ ਆ ਜਾਂ ਕੋਈ ਮੰਤਰੀ ਹੈਗੇ ਆ, ਕਿੰਨੇ ਹੀ ਜਿਹੜੇ ਆ ਜਿਨ੍ਹਾਂ ਨੇ ਸੰਘਰਸ਼ਣ ਦੇ ਰੋਲ ਮਾਡਲ ਬਣਨਾ ਹੈਗਾ ਸਮਾਜ ਦੇ, ਸੁੱਚਾ ਸਿੰਘ ਲਗਾ ਲੈ ਲਓ, ਹੋਰ ਅਕਾਲੀ ਲੈ ਲਓ, ਲੀਡਰ ਲੈ ਲਓ ਜਾਂ ਕੋਈ ਹੋਰ ਕੀ ਪਿਆਜ ਵੀ ਹਵਾ ਉੱਤਿਆ ਹੈਗਾ
ਤੇ ਇਹਨੂੰ ਕਿਸ ਤਰ੍ਹਾਂ ਤਬਦੀਲੀ ਆਏਗੀ, ਇਹ ਵੀ ਇੱਕ ਕੁਐਸਚਨ ਆ। ਕਿਸ ਤਰ੍ਹਾਂ ਅਸੀਂ ਦੁੱਲੇ ਭੱਟੀ ਨੂੰ ਅੱਜ ਫਿਰ ਯਾਦ ਕਰਨਾ ਹੈਗਾ, ਤੇ ਇਹ ਵੀ ਗੱਲ ਹੈਗੀ ਆ। ਤਾਂ ਹੋਰ ਜਿਹੜੇ ਆ ਜਾਂ ਅਸੀਂ ਇਸ ਤਰ੍ਹਾਂ ਹੀ ਯਾਦ ਕਰਨਾ ਹੈਗਾ, ਜਿਹੜੀਆਂ ਕੁਛ ਜਿਹੜੀਆਂ ਚੱਲਦੀਆਂ ਹੈਗੀਆਂ, ਮੂੰਗਫਲੀ ਲਿਆ ਕੇ, ਰੇੜੀਆਂ ਲਿਆ ਕੇ, ਉਹਨੂੰ ਬਸ ਸਗਨ ਵਿੱਚੋਂ ਹਾਂ ਉਹਨੂੰ ਖਾ ਪੀ ਲੈਣਾ, ਜਾਂ ਉਹਨੂੰ ਮੂੰਗਫਲੀ ਰੇੜੀਆਂ ਚਿੜਬੇ ਹੋਰ ਰਲਾ ਕੇ ਧੂਣੀ ਜੇ ਲਾ ਕੇ, ਤਾਂ ਉਹਦੇ ਵਿੱਚ ਥੋੜੀਆਂ ਜਿਹੀਆਂ ਐਵੇਂ ਦੋ ਚਾਰ ਸਿੱਟ ਕੇ, ਤਾਂ ਬਾਕੀ ਆਪਣੀਆਂ ਸ਼ਗਨ ਛਕਾਉਣ ਦਾ ਜਾਂ ਉਹੋ ਜਿਹੀਆਂ ਗੱਲਾਂ ਬਾਤਾਂ। ਹਾਂ ਭਾਈ, ਕਈ ਤਾਂ ਸਾਡੇ ਜਿਹੜਾ ਲੋਹੜੀ ਦਾ ਤਿਉਹਾਰ ਡਰਿੰਕ ਦੇ ਵਿੱਚ ਹੀ ਤਬਦੀਲ ਹੋ ਗਿਆ। ਪੰਜਾਬੀ ਬਹੁਤ ਚੰਗੇ ਜਿਹੜੇ ਆ ਸ਼ਰਾਬ ਪੀਣ ਦੇ ਵਿੱਚ ਸੰਸਦ ਦੁਨੀਆਂ ਵਿੱਚ ਪਹਿਲੇ ਨੰਬਰ ਤੇ ਆ ਗਏ ਹੈਗੇ ਆ, ਤੇ ਉਹਨਾਂ ਨੇ ਕਈਆਂ ਨੇ ਤਾਂ ਇਹ ਸੋਚਿਆ ਹੋਏਗਾ ਭਈ ਅਸੀਂ ਦਾਰੂ ਚੰਗੀ ਪਾਰਟੀ ਕਰਨੀ ਆ। ਪਰ ਅਸੀਂ ਤਾਂ ਆਪਣੇ ਸਰੋਤਿਆਂ ਨਾਲ ਇਹੋ ਗੱਲ ਕਰਨਾ ਚਾਹਾਂਗੇ ਭਈ ਉਹ ਕਿਸ ਤਰ੍ਹਾਂ ਚਾਹੁੰਦੇ ਹੈਗੇ ਆ, ਉਹ ਕਿਸ ਤਰ੍ਹਾਂ ਮਨਾਉਣਾ ਚਾਹੁੰਦੇ ਹੈਗੇ ਆ, ਤੁਸੀਂ ਕਿਸ ਤਰ੍ਹਾਂ ਮਨਾਉਣੀ ਹੈਗੀ ਆ ਲੋਹੜੀ, ਜਾਂ ਅਸੀਂ ਉਹ ਟਰੈਡੀਸ਼ਨ ਜਿਹੜੀਆਂ ਹੈਗੀਆਂ ਉਹਨੂੰ ਕਿ ਹਾਂ ਸਾਗ ਮੱਕੀ ਦੀ ਰੋਟੀ ਤੇ ਹੋਰ ਜਿਹੜੀਆਂ ਬਸ ਇਹੋ ਜਿਹੀਆਂ ਰਸ ਵਾਲੇ ਜਿਹੜੀ ਆ ਚਾਵਲ ਜਿਹੜੇ ਅਖੀਰ ਤੇ ਹੋਰ ਇਹੋ ਜਿਹੀਆਂ ਬਣਾ ਕੇ ਉਹਨੂੰ ਆਪਣੇ ਟਰੈਡੀਸ਼ਨਾਂ ਨੂੰ ਹੀ ਇਕੱਲਿਆ ਕਰਨਾ ਕਿ ਜਾਇਜ ਤੋਂ ਗਾਂਹ ਵੀ ਕੋਈ ਸਿੱਖਿਆਦਾਇਕ ਹੈਗਾ ਸਾਡੇ ਲਈ ਭਈ ਹਾਂ ਇਕੱਲਾ ਪਹਿਲਾਂ ਜਿਹੜਾ ਅੱਜ ਪੰਜਾਬ ਦੇ ਵਿੱਚ ਸਾਡੇ ਪੰਜਾਬੀਆਂ ਦੀ ਜਿਹੜੀ ਆ ਪਾਪੂਲੇਸ਼ਨ ਆ ਜਿਹੜਾ ਅਸੀਂ ਕੁਦਰਤ ਨਾਲ ਵੀ ਬਹੁਤ ਮਜ਼ਾਕ ਕਰ ਰਹੇ ਹੈਗੇ ਹਾਂ, ਕੁਦਰਤ ਦਾ ਜਿਹੜਾ ਬੈਲੈਂਸ ਖਰਾਬ ਕਰ ਰਹੇ ਹੈਗੇ ਹਾਂ। ਅੱਜ ਕੁੜੀਆਂ ਜਿਹੜੀਆਂ ਕੁੱਖ ਦੇ ਵਿੱਚ ਅੱਜ ਵੀ ਮਾਰੀਆਂ ਜਾ ਰਹੀਆਂ ਹੈਗੀਆਂ, ਜਿਹਦੇ ਵਿੱਚ ਜਿਹਦੇ ਕਾਰਨ ਇਹੋ ਇਵੀਡੈਂਸ ਸਾਹਮਣੇ ਹੈਗੇ ਆ ਵੀ ਕੁੜੀਆਂ ਦੀ ਤੇ ਮੁੰਡਿਆਂ ਦੀ ਨਿਸਬਤ ਜਿਹੜੀ ਅਨੁਪਾਤ ਜਿਹੜੀ ਆ ਉਹਦੇ ਵਿੱਚ ਕਾਫੀ ਹੱਲੇ ਵੀ ਬਹੁਤ ਵੱਡੇ ਫਰਕ ਹੈਗੇ ਆ। ਭਾਵੇਂ ਇੱਕ ਸ਼ੁਰੂਆਤ ਪਿਛਲੇ ਕੁਛ ਸਮੇਂ ਵਿੱਚ ਮੀਡੀਆ ਨੇ ਇਹੋ ਜਿਹੀਆਂ ਪਬਲੀਸਾਈਜ਼ ਗੱਲਾਂ ਕੀਤੀਆਂ ਹੈਗੀਆਂ ਤਾਂ ਕਿ ਲੋਕ ਇਹਦੇ ਲਈ ਜਾਗਰਤ ਹੋਣ, ਲੋਕ ਕੁਛ ਸਮਾਨਤਾ ਵਾਲੀ ਗੱਲ ਸੋਚਣ, ਕੁਛ ਜਿਹੜੀਆਂ ਸਟੋਰੀਆਂ ਵੀ ਹਾਂ ਕੁਝ ਕੁਛ ਪਰਿਵਾਰਾਂ ਨੇ ਕੁੜੀਆਂ ਦੀਆਂ ਲੇੜੀਆਂ ਮਨਾਈਆਂ ਤੇ ਉਹਨੂੰ ਵੱਡੀ ਪੱਧਰ ਤੇ ਪਬਲੀਸਾਈਜ਼ ਕੀਤਾ, ਜਾਂ ਉਹ ਫਿਕਸ ਕੀਤੀਆਂ ਸੀਗੀਆਂ ਜਾਂ ਹੋਰ ਸੱਚੋ ਮੁੱਚੀ ਹਿੰਮ ਕਈਆਂ ਨੇ ਮਨਾਈਆਂ ਹੋਣਗੀਆਂ। ਪਰ ਇਹੋ ਸਾਰੀਆਂ ਗੱਲਾਂ ਦੀ ਆਪਾਂ ਚਰਚਾ ਹੁਣੇ ਹੀ ਕਰਨ ਜਾ ਰਹੇ ਹੈਗੇ ਆ। ਸਾਡੇ ਨਾਲ ਇਸ ਵੇਲੇ ਲਾਈਨ ਤੇ ਆ ਚੁੱਕੇ ਹੋ ਮੇਰੇ ਸਤਿਕਾਰਯੋਗ ਵੀ ਰਿਸਰਚਰ ਹੈਗੇ ਆ, ਜਿਹੜੇ ਕਿ ਉਨ੍ਹਾਂ ਨੇ ਸਮਾਜ ਦੇ ਵੱਖ ਵੱਖ ਵਿਸ਼ਿਆਂ ਵਿਚ ਹੀ ਡਾਕਟਰ ਆਫ਼ ਫਿਲੋਸਫੀ ਦੀ PhD ਦੀ ਡਿਗਰੀ ਕੀਤੀ ਹੈਗੀ ਆ, ਤੇ ਉਨ੍ਹਾਂ ਨਾਲ ਅੱਜ ਗੱਲ ਕਰਦੇ ਹੈਗੇ ਆ ਅੱਜ ਫਿਰ ਪੀ ਓ ਅੱਜ ਦੇ ਵਿਸ਼ੇ ਬਾਰੇ, ਇਸ ਲੋਹੜੀ ਦੇ ਤਿਉਹਾਰ ਤੇ ਕੀ ਸਾਡੇ ਸਰੋਤਿਆਂ ਨਾਲ ਕਿਹੜੀਆਂ ਕਿਹੜੀਆਂ ਗੱਲਾਂ ਸ਼ੇਅਰ ਕਰਨੀਆਂ ਚਾਹੁੰਗੇ ਡਾਕਟਰ ਹਰੀਸ਼ ਮਲਹੋਤਰਾ ਜੀ। ਚਲਦੇ ਆ ਡਾਕਟਰ ਸਾਹਿਬ ਵੱਲ। ਡਾਕਟਰ ਸਾਹਿਬ, ਪਹਿਲਾਂ ਤਾਂ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ ਤੁਸੀਂ ਅੱਜ ਫਿਰ ਇਕ ਇੰਪੋਰਟੈਂਟ ਵਿਸ਼ੇ ਤੇ ਜਿਹੜਾ ਕਿ ਸਾਡੇ ਲੋਹੜੀ ਦਾ ਤਿਉਹਾਰ ਹਰ ਇਕ ਪੰਜਾਬੀ ਦੇ ਮਨ ਦੇ ਵਿਚ ਨਾਲ ਜੁੜਿਆ ਪਿਆ ਹੈਗਾ, ਤੇ ਆਪਣੀਆਂ ਉਹ ਧਾਰਨਾਵਾਂ ਉਹ ਅੱਜ ਵੀ ਖੁਸ਼ੀਆਂ ਦਾ ਪ੍ਰਤੀਕ ਇਕ ਦੂਜੇ ਨੂੰ ਵੰਡਣ ਪਾਇਆ ਸੀ। ਅੱਜ ਤੁਸੀਂ ਕਿਸ ਤਰ੍ਹਾਂ ਇਹਨੂੰ ਸਮਝਦੇ ਆ ਵੀ ਖੁਸ਼ੀਆਂ ਕਿੱਦਾਂ ਵੰਡਣੀਆਂ ਚਾਹੀਦੀਆਂ ਤੇ ਹੋਰ ਜਿਹੜੀਆਂ ਸਮਾਜ ਦੀਆਂ ਕੁਰੀਤੀਆਂ ਹੈਗੀਆਂ ਉਹਨੂੰ ਅਸੀਂ ਜਿਹੜਾ ਇਕ ਦੁੱਲਾ ਭੱਟੀ ਦਾ ਸੰਦੇਸ਼ ਆ ਉਹਨੂੰ ਕਿਸ ਤਰ੍ਹਾਂ ਲਾਗੂ ਕਰਨਾ। ਡਾਕਟਰ ਸਾਹਿਬ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ ਜੀ। ਗਿੱਲ ਸਾਹਿਬ, ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਗੁੱਡ ਮਾਰਨਿੰਗ ਤੁਹਾਨੂੰ। ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਮੈਂ ਵਧਾਈਆਂ ਦੇ ਦਵਾਂ ਲੋਹੜੀ ਦੀਆਂ, ਜਿਹੜੀਆਂ ਕਿ ਹੁਣ 13 ਤਰੀਕ ਨੂੰ ਆਪਾਂ ਲੋਹੜੀ ਮਨਾਉਣੀ ਆ। ਹਾਂਜੀ, ਉਹਦੀਆਂ ਸਾਰਿਆਂ ਸਰੋਤਿਆਂ ਨੂੰ ਤੇ ਤੁਹਾਨੂੰ ਵੀ ਬਹੁਤ ਸਾਰੀਆਂ ਵਧਾਈਆਂ। ਬਹੁਤ ਵਧਾਈਆਂ ਜੀ। ਅਸਲ ਚ ਇਹਦਾ ਜਿਹੜਾ ਪਿਛੋਕੜ ਹੈਗਾ, ਜਿੱਦਾਂ ਤੁਸੀਂ ਦੱਸਿਆ, ਸਾਡੇ ਅੰਕ ਬਹੁਤ ਸਾਰੇ ਜਿਹੜੇ ਤਿਉਹਾਰ ਹੈਗੇ ਆ ਉਹ ਮੌਸਮ ਦੀ ਤਬਦੀਲੀ ਦੇ ਨਾਲ ਤੇ ਫਸਲਾਂ ਦੇ ਘਰ ਵਿਚ ਆਉਣ ਦੇ ਨਾਲ, ਕਿਉਂਕਿ ਸਾਡਾ ਖੇਤੀਬਾੜੀ ਦਾ ਦੇਸ਼ ਹੈਗਾ ਤੇ ਪੰਜਾਬ ਤਾਂ ਖੇਤੀਬਾੜੀ ਵਿਚ ਸਦਾ ਯਾਨੀ ਕਿ ਮੁੜ ਗਿਆ, ਤੇ ਇਸ ਕਰਕੇ ਇੱਕ ਤਾਂ ਫਸਲਾਂ ਜਿਹੜੀਆਂ ਹੈਗੀਆਂ, ਤੁਹਾਨੂੰ ਪਤਾ ਲੱਗੇ ਸੀ ਕਣਕ ਯਾਨੀ ਕਿ ਬੀਜ ਦਿੰਦੇ ਹੈਗੇ ਤੇ ਮੱਕੀ ਯਾਨੀ ਕਿ ਘਰ ਵਿਚ ਆਈ ਹੁੰਦੀ ਹੈ, ਫਿਰ ਗੰਨੇ ਵੀ ਯਾਨੀ ਕਿ ਘਰ ਵਿਚ ਆਏ ਹੁੰਦੇ ਤੇ ਇਸੇ ਕਰਕੇ ਆਪਾਂ ਰਸ ਬਣਾਉਣੇ ਹੈਗੇ ਤੇ ਗੁੜ ਬਣਾਉਣੇ ਹੈਗੇ ਆ, ਤੇ ਇੱਕ ਤਾਂ ਯਾਨੀ ਕਿ ਇਹਦਾ ਪਿਛੋਕੜ ਯਾਨੀ ਕਿ ਇਹਦੇ ਨਾਲ ਜਿਹੜਾ ਲੱਗਦਾ ਹੈਗਾ ਮੈਨੂੰ, ਤੇ ਦੂਸਰਾ ਜਿਹੜਾ ਤੁਸੀਂ ਗੱਲ ਕੀਤੀ ਆ ਦੁੱਲੇ ਭੱਟੀ ਦੀ, ਉਹ ਯਾਨੀ ਕਿਹੜਾ ਪਿਛੋਕੜ ਹੈਗਾ ਜਿੱਥੇ ਕਿ ਜਿਹੜੀ ਤੁਸੀਂ ਸਟੋਰੀ ਦੱਸ ਚੁੱਕੇ ਲੈ, ਗਰੀਬ ਇੱਕ ਪੰਡਿਤ ਦੀ ਯਾਨੀ ਕਿ ਦੋ ਬੱਚੀਆਂ ਸੀਗੀਆਂ ਤੇ ਉਹ ਅਹਿਲਕਾਰ ਜਿਹੜਾ ਹੈਗਾ ਉਹਨਾਂ ਨਾਲ ਜ਼ਬਰਦਸਤੀ ਯਾਨੀ ਕਿ ਕਰਨੀ ਚਾਹੁੰਦਾ ਸੀ, ਤੇ ਇਸ ਕਰਕੇ ਦੁੱਲੇ ਨੇ ਜਿਹੜਾ ਹੈਗਾ ਉਹਦੇ ਤੇ ਸਟੈਂਡ ਲਿਆ ਤੇ ਉਹਦੇ ਉਹਨਾਂ ਬੱਚੀਆਂ ਦਾ ਵਿਆਹ ਕੀਤਾ, ਤੇ ਸਾਰੇ ਪਿੰਡ ਨੇ ਤੇ ਸਾਰੇ ਯਾਨੀ ਕਿ ਇਲਾਕੇ ਨੇ ਉਸ ਬੰਦੇ ਦੀ ਪ੍ਰਸ਼ੰਸਾ ਕੀਤੀ, ਤੇ ਉਹਨਾਂ ਨੇ ਆਪਣਾ ਤਿਲ ਫੁੱਲ ਜਿਹੜਾ ਸੀਗਾ ਜੋ ਕੁਛ ਵੀ ਪਾਇਆ ਤੇ ਉਹਨਾਂ ਬੱਚੀਆਂ ਯਾਨੀ ਕਿ ਵਿਆਹ ਕੀਤਾ। ਇਹ ਜਿਹੜੀ ਪਰੰਪਰਾ ਹੈਗੀ ਆ, ਤੁਸੀਂ ਵੀ ਗਾਉਂਦੇ ਰਹੇ ਹੋ, ਮੈਂ ਵੀ ਗਾਉਂਦਾ ਰਿਹਾ ਹੈਗਾ, ਤੇ ਮੈਨੂੰ ਆਪਣਾ ਵੀ ਬਚਪਨ ਚ ਤਿਆਰ ਹੈਗਾ ਲੈ ਉੱਥੇ ਅਸੀਂ ਟੋਲੀਆਂ ਬਣਾ ਕੇ ਸੁੰਦਰੀ ਨੀ ਮੁੰਦਰੀਏ ਤੇਰਾ ਕੌਣ ਵਿਚਾਰਾ
ਤੇ ਉਹ ਆਪਾਂ ਸਾਰੇ ਜਾਣੀ ਕਿ ਗਾਉਂਦੇ ਰਹੇ ਹੈਗੇ ਤੇ ਨਾਲੇ ਉਹ ਪੈਸੇ ਵੀ ਇਕੱਠੇ ਕਰਕੇ ਤੇ ਉਸ ਤੋਂ ਬਾਅਦ ਜਿਹੜੀ ਚੀਜ਼ ਵੀ ਕੋਈ ਘਰ ਵਿਚ ਉਹ ਕਿਸੇ ਦੇ ਵੀ ਘਰ ਨੇ ਦੇਣੀ ਜੇ ਉਥੋਂ ਕਈ ਤਰ੍ਹਾਂ ਦੇ ਜਿਹੜੇ ਹੈਗੇ ਤਾਨੇ ਮਿਹਣੇ ਵੀ ਸੁਣਨੇ ਤੇ ਉਹਨਾਂ ਨੂੰ ਵੀ ਦੇਣੇ ਤੇ ਲੋਕਾਂ ਨੂੰ ਤਾਂ ਅਸੀਂ ਆਪਣੇ ਨਿਆਣੇ ਹੈਗੇ ਤੇ ਇਸ ਕਰਕੇ ਉਹਨਾਂ ਨੇ ਹੱਸ ਹੱਸ ਕੇ ਸਾਡੀਆਂ ਗੱਲਾਂ ਇਨਕੇ ਸੁਣ ਲੈਣੀਆਂ ਉਹ ਵੀ ਯਾਨੀ ਕਿ ਇੱਕ ਕਿਸਮ ਦਾ ਆਪਣੇ ਆਪ ਵਿਚ ਮੈਂ ਸਮਝਦਾ ਬਹੁਤ ਵੱਡਾ ਸਾਡਾ ਫਨ ਸੀਗਾ ਤੇ ਬਹੁਤ ਵੱਡਾ ਇੱਕ ਦੂਜੇ ਨਾਲ ਮੇਲ ਜੋਲ ਦਾ ਯਾਨੀ ਕਿ ਅਸੀਂ ਸਾਨੂੰ ਮੌਕਾ ਵੀ ਮਿਲਦਾ ਸੀਗਾ ਲੀਡਰਸ਼ਿਪ ਇੱਕ ਦੂਜੇ ਨਾਲ ਇਨਕੋਪਰੇਟ ਕਿੱਦਾਂ ਕਰਨਾ ਹੈਗਾ ਇਹੋ ਜਿਹੀਆਂ ਸਕਿੱਲਸ ਹੈਗੀਆਂ ਜਦੋਂ ਕਿ ਕੋਈ ਵੀ ਘਰ ਇਹੋ ਜਿਹਾ ਨਹੀਂ ਸੀਗਾ ਜਿੱਥੇ ਯਾਨੀ ਕਿ ਕਰਦੇ ਅਫੋਰਡ ਨਾ ਕਰ ਸਕਣ ਭਾਵੇਂ ਸਾਨੂੰ ਇਕੱਠਿਆਂ ਤੋਂ ਬਾਅਦ ਜਵਾਨੀ ਮਿਲਦੀ ਹੁੰਦੀ ਸੀ ਪਰ ਉਹਦਾ ਆਪਣਾ ਹੀ ਮਜ਼ਾ ਹੁੰਦਾ ਸੀ ਲੱਗਿਆ ਸੀ ਇਕੱਠੇ ਸਾਰਿਆਂ ਨੇ ਮੰਗ ਕੇ ਤੇ ਉਦੋਂ ਬਾਅਦ ਅਸੀਂ ਆਪਣੇ ਪੈਸੇ ਡਿਸਟ੍ਰੀਬਿਊਟ ਕੀਤੇ ਹੈਗੇ ਤੇ ਉਸ ਗੱਲ ਤੋਂ ਬਿਨਾਂ ਕਿ ਜਿਹੜੀ ਗੱਲ ਜਿਹੜਾ ਅਸਲੀ ਥੀਮ ਹੈਗਾ ਇਹਦਾ ਲੋਹੜੀ ਦਾ ਮੈਂ ਸਮਝਾ ਲਿਆ ਵੀ ਉਹ ਤਾਂ ਇੱਕ ਤਾਂ ਇਹ ਹੈਗਾ ਵੀ ਗਰੀਬ ਗੁਰਬੇ ਦੀ ਯਾਨੀ ਕਿ ਜਿਹੜੀ ਬਾਂਹ ਫਾਣੀ ਜੋ ਕਿ ਗੁਰੂ ਸਾਹਿਬ ਨੇ ਵੀ ਕੀਤਾ ਹੈਗਾ ਵੀ ਜਦੋਂ ਯਾਨੀ ਕਿ ਉਹ ਗਏ ਹੈਗੇ ਤੇ ਉਹਨਾਂ ਨੇ ਕਿਹਾ ਮੈਂ ਤਾਂ ਭਾਈ ਲਾਲੋ ਦੇ ਯਾਨੀ ਕਿ ਜਿਹੜਾ ਹੈਗਾ ਰੋਟੀ ਖਾਣੀ ਹੈ ਤੇ ਉਹਦੇ ਕੋਲ ਰਹਿਣਾ ਤੇ ਮੈਂ ਯਾਨੀ ਜਿਹੜਾ ਹੈਗਾ ਦੂਸਰੇ ਯਾਨੀ ਜਿਹੜਾ ਬਹੁਤ ਵੱਡਾ ਆਪਣੇ ਆਪ ਨੂੰ ਧਨਾਟ ਖਾਉਂਦਾ ਹੈਗਾ ਮੈਂ ਯਾਨੀ ਕਿ ਉਹਦੇ ਕੋਲ ਨਹੀਂ ਜਾਣਾ ਹੈਗਾ ਕਿਉਂਕਿ ਉਹ ਗਰੀਬ ਗੁਰਬੇ ਦੀ ਯਾਨੀ ਕਿ ਜਿਹੜੀ ਬਾਂਹ ਫਾਣ ਵਾਲੀ ਗੱਲ ਹੈਗੀ ਇਹ ਪੰਜਾਬੀਆਂ ਦੇ ਮਨ ਵਿਚ ਬਹੁਤ ਸਾਡੇ ਸ਼ੁਰੂ ਵਿਚ ਸਾਡਾ ਇਤਿਹਾਸ ਯਾਨੀ ਕਿ ਇਹੋ ਜਿਹਾ ਗੌਰਵਮਈ ਇਤਿਹਾਸ ਹੈ ਜਿੱਥੇ ਯਾਨੀ ਤੁਸੀਂ ਬਹੁਤ ਵੱਡਾ ਮਾਣ ਕਰ ਸਕਦੇ ਹਾਂ ਤੇ ਇਹ ਯਾਨੀ ਕਿ ਜਿਹੜੀ ਭਾਈਚਾਰਕ ਸਾਂਝ ਸੀਗੀ ਚਾਹੇ ਜਿਹੜਾ ਦੁੱਲਾ ਪੱਟੀ ਹੈਗਾ ਉਹ ਮੁਸਲਿਮ ਭਾਈਚਾਰੇ ਨੂੰ ਬਿਲੋਂਗ ਕਰਦਾ ਸੀਗਾ ਤੇ ਉਹ ਯਾਨੀ ਕਿ ਜਿਹੜੀਆਂ ਬੱਚੀਆਂ ਹੈਗੀਆਂ ਉਹ ਇੱਕ ਹਿੰਦੂ ਪਰਿਵਾਰ ਨਾਲ ਯਾਨੀ ਕਿ ਬਿਲੋਂਗ ਕਰਦੇ ਹੈਗੀਆਂ ਉਦੋਂ ਇਸ ਗੱਲ ਤੋਂ ਇਹ ਗੱਲ ਦਾ ਬਹੁਤ ਵੱਡਾ ਪ੍ਰਤੀਕ ਹੈਗਾ ਕਿ ਸਾਡੀ ਭਾਈਚਾਰਕ ਸਾਂਝ ਕਿੰਨੀ ਸੀਗੀ ਤੇ ਅਸੀਂ ਇੱਕ ਦੂਜੇ ਦੀ ਬਾਂਹ ਕਿੱਦਾਂ ਫੜਦੇ ਸੀ ਇੱਕ ਤਾਂ ਲੈਸਨ ਯਾਨੀ ਕਿ ਇਹ ਲਰਨ ਕਰਨ ਵਾਲਾ ਹੈਗਾ ਇਸ ਗੱਲ ਤੋਂ ਦੂਸਰਾ ਯਾਨੀ ਕਿ ਜਿਹੜਾ ਲੈਸਨ ਲਰਨ ਕਰਨ ਵਾਲਾ ਇਹ ਹੈਗਾ ਲਈ ਯਾਨੀ ਕਿ ਸਾਨੂੰ ਗਰੀਬ ਗੁਰਬੇ ਦੀ ਜਿਹੜੀ ਹੈਗੀ ਆ ਮਦਦ ਕਰਨੀ ਚਾਹੀਦੀ ਹੈ ਤੀਸਰਾ ਯਾਨੀ ਕਿ ਇਹ ਹੈਗਾ ਵੀ ਉਹਨੇ ਲੜਕੀਆਂ ਦੇ ਯਾਨੀ ਕਿ ਵਿਆਹ ਕੀਤੇ ਸੀ ਤੇ ਆਪਾਂ ਗਾਣੇ ਵੀ ਯਾਨੀ ਕਿ ਜਿਹੜਾ ਹੈਗਾ ਲੜਕੀਆਂ ਦੇ ਗਾਉਣੇ ਆ ਪਰ ਕਿਉਂਕਿ ਸਾਡੀ ਜੋ ਰਵਾਇਤਾਂ ਜਿਹੜੀਆਂ ਹੈਗੀਆਂ ਸਮੇਂ ਦੇ ਮੁਤਾਬਕ ਅਸੀਂ ਚੇਂਜ ਕਰ ਲੈਂਦੇ ਤੇ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਹੈਗੀਆਂ ਉਹ ਮੇਲ ਡੋਮੀਨੇਟਿੰਗ ਹੈਗੀਆਂ ਸਾਰੇ ਜਿਹੜੇ ਰੂਲਸ ਐਂਡ ਰੈਗੂਲੇਸ਼ਨ ਸਮਾਜ ਦੇ ਹੈਗੇ ਆ ਜੋ ਵੀ ਅਸੀਂ ਜਿਹੜੇ ਰਿਵਾਜ ਬਣਾਉਂਦੇ ਹਾਂ ਉਹ ਆਦਮੀ ਦੇ ਹਿਸਾਬ ਨਾਲ ਅਸੀਂ ਬਣਾਉਂਦੇ ਹੈਗੇ ਤੇ ਹੁਣ ਇਸੇ ਕਰਕੇ ਅਸੀਂ ਮੁੰਡੇ ਦੀ ਲੋਹੜੀ ਪਾਉਣ ਲੱਗ ਪਏ ਹੈਗੇ ਤੇ ਮੁੰਡੇ ਦੇ ਵਿਆਹ ਦੀ ਲੋਹੜੀ ਪਾਉਣ ਲੱਗ ਪਏ ਹੈਗੇ ਨਾ ਕਿ ਅਸੀਂ ਕੁੜੀ ਦੇ ਵਿਆਹ ਦੀ ਯਾਨੀ ਕਿ ਲੋਹੜੀ ਪਾਈਏ ਤੇ ਕੁੜੀ ਦੀ ਯਾਨੀ ਕਿ ਹੈਗੀ ਲੋਹੜੀ ਮਨਾਈਏ ਚਾਹੇ ਜਿੱਦਾਂ ਤੁਸੀਂ ਦੱਸਿਆ ਹੈਗਾ ਕੁਛ ਯਾਨੀ ਕਿ ਲੋਕਾਂ ਨੇ ਉਪਰਾਲੇ ਯਾਨੀ ਕਿ ਕੀਤੇ ਹੈਗੇ ਤੇ ਉਹਨੂੰ ਕਾਫੀ ਉਭਾਰਿਆ ਵੀ ਹੈਗਾ ਅਸੀਂ ਹੁਣ ਕੁੜੀਆਂ ਦੀ ਵੀ ਲੋਹੜੀ ਪਾਉਣੇ ਹੈਗੇ ਆ ਮੈਂ ਸਮਝ ਲਿਆ ਵੀ ਗੱਲ ਇਹ ਤੋਂ ਅੱਗੇ ਲਿਜਾਣ ਦੀ ਗੱਲ ਹੈ ਵੀ ਜਿਹੜੀ ਸਾਡੀ ਸਾਇਕੀ ਹੈਗੀ ਹੈ ਨਾ ਉਹਨੂੰ ਚੇਂਜ ਕਰਨ ਦੀ ਗੱਲ ਹੈਗੀ ਆ ਤੇ ਅਸੀਂ ਜਦੋਂ ਬੱਚੀ ਯਾਨੀ ਕਿ ਘਰ ਵਿੱਚ ਜੰਮਦੀ ਹੈਗੀ ਆ ਉਦੋਂ ਅਸੀਂ ਉਹਨਾਂ ਕਿਹੋ ਜਿਹਾ ਵਰਤਾਵ ਕਰਦੇ ਹੈਗੇ ਯਾਨੀ ਕਿ ਜਾਂ ਉਹਦੀ ਅਸੀਂ ਕਿੰਨਾ ਉਸ ਟਾਈਮ ਤੇ ਅਸੀਂ ਕਿੰਨਾ ਕੁ ਵੈਲਕਮ ਕਰਦੇ ਹੈਗੇ ਤੇ ਉਹ ਯਾਨੀ ਜਿਹੜਾ ਵਰਤਾਵ ਹੈਗਾ ਮੈਂ ਸਮਝ ਲਈ ਹਜੇ ਵੀ ਪੰਜਾਬ ਵਿਚ ਵੀ ਤੇ ਇੱਥੇ ਇੰਗਲੈਂਡ ਵਿਚ ਵੀ ਤੇ ਹੋਰ ਬਾਹਰਲੇ ਮੁਲਕ ਵਿਚ ਆਣ ਕੇ ਵੀ ਸਾਡਾ ਜਿਹੜਾ ਵਰਤਾਵ ਹੈਗਾ ਹਜੇ ਤੱਕ ਬਹੁਤ ਚੇਂਜ ਨਹੀਂ ਹੋਇਆ ਹੈ ਅਜੇ ਵੀ ਯਾਨੀ ਜਿਹੜਾ ਹੈਗਾ ਅਸੀਂ ਲੜਕੀ ਨਾਲ ਵਿਤਕਰਾ ਕਰਦੇ ਹਾਂ ਆਪਣੇ ਘਰ ਵਿਚ ਹੀ ਯਾਨੀ ਕਿ ਘਰ ਦਾ ਜੀ ਹੈ ਜਿਹਦੇ ਵਿਚ ਜਿੱਦਾਂ ਆਪਾਂ ਜੋ ਬਹੁਤ ਸਾਇੰਟੀਫਿਕਲੀ ਗੱਲ ਕੀਤੀ ਹੈ ਸੇਮ ਕ੍ਰੋਮੋਸੋਮ ਹੈ ਉਹਦੇ ਵਿਚ ਵੀ ਸੇਮ ਯਾਨੀ ਕਿ ਡੀਐਨਏ ਹੈ ਮਾਂ ਦਾ ਤੇ ਬਾਪ ਦਾ ਵੀ ਸਮਾਂ ਤੋਂ ਇਸ ਤੋਂ ਬਿਨਾਂ ਤਾਂ ਇਹ ਵੀ ਸਾਇੰਟੀਫਿਕ ਹੁਣ ਹੋਰ ਵੀ ਯਾਨੀ ਕਿ ਗੱਲ ਸਾਹਮਣੇ ਆਈ ਹੈ ਤੇ ਬਹੁਤੇ ਯਾਨੀ ਕਿ ਜਿਹੜੇ ਸਾਡੇ ਬੋਡੀ ਦੇ ਅਸੈਂਸ਼ੀਅਲ ਆਰਗਨਸ ਹੈਗੇ ਆ ਚਾਹੇ ਉਹ ਹਾਰਟ ਹੈਗਾ ਚਾਹੇ ਕਿਡਨੀ ਹੈਗੀ ਚਾਹੇ ਲੰਗਸ ਹੈਗੀ ਆ ਯਾਨੀ ਕਿ ਜਾਂ ਲਿਵਰ ਹੈਗਾ ਇਹਦੇ ਵਿਚ ਮਾਂ ਦੇ ਯਾਨੀ ਕਿ ਜਿਹੜਾ ਪ੍ਰੋਟੀਨਸ ਹੈਗਾ ਉਹਦਾ ਜ਼ਿਆਦਾ ਹਿੱਸਾ ਹੁੰਦਾ ਹੈਗਾ ਬਾਪ ਦਾ ਨਹੀਂ ਸੋ ਇਸ ਕਰਕੇ ਮੈਂ ਸਮਝ ਲਿਆ ਵੀ ਜਿਹੜਾ ਮਾਂ ਦਾ ਤੇ ਯਾਨੀ ਕਿ ਜਿਹੜਾ ਲੜਕੀ ਦਾ ਜਿਹੜਾ ਉਹਨਾਂ ਦਾ ਪਰਸਨੈਲਿਟੀਜ਼ ਹੈਗੀਆਂ ਉਹਨਾਂ ਨੂੰ ਅਸੀਂ ਸਾਇੰਟੀਫਿਕਲੀ ਤੌਰ ਤੇ ਵੀ ਇਗਨੋਰ ਨਹੀਂ ਕਰ ਸਕਦੇ ਉਹਦੀ ਜਿਹੜੀ ਇੰਪੋਰਟੈਂਸ ਹੈਗੀ ਉਹ ਕਿੰਨੀ ਹੈਗੀ ਆ ਪਰ ਅਸੀਂ ਸਾਡਾ ਜਿਹੜਾ ਵਰਤਾਵ ਹੈਗਾ ਟੋਟਲੀ ਯਾਨੀ ਕਿ ਜਿਹੜਾ ਹੈਗਾ ਉਹਦੇ ਲਈ ਨੈਗੇਟਿਵ ਹੈਗਾ ਇਹ ਗੱਲ ਯਾਨੀ ਕਿ ਸਾਨੂੰ ਲਰਨ ਕਰਨ ਵਾਲੀ ਗੱਲ ਹੈ ਵੀ ਅਸੀਂ ਕੁੜੀਆਂ ਨੂੰ ਆਪਣੀਆਂ ਕਿਹੜੀਆਂ ਬੱਚੀਆਂ ਹੈਗੀਆਂ ਜਾਂ ਆਪਣੀਆਂ ਮਾਵਾਂ ਯਾਨੀ ਕਿ ਜਾਂ ਭੈਣਾਂ ਹੈਗੀਆਂ ਜਾਂ ਯਾਨੀ ਕਿ ਤੁਹਾਡੀ ਪਤਨੀ ਹੈ ਤੁਸੀਂ ਉਹਨਾਂ ਨਾਲ ਵਰਤਾਵ ਕਿੱਦਾਂ ਦਾ ਕਰਦੇ ਹੈਗੇ ਆ ਦੈਟਸ ਵਟ ਮੈਟਰਸ ਦੀ ਮੋਸਟ ਉਹਦੇ ਬਾਰੇ ਜਿਹੜੀ ਸਾਇਕੀ ਹੈਗੀ ਆ ਉਹਨੂੰ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ ਤੇ ਉਹ ਸਾਇਕੀ ਮੈਂ ਸਮਝ ਲਿਆ ਵੀ ਹਜੇ ਵੀ ਉੱਥੇ ਚੇਂਜ ਹੋਈ ਕਈ ਵਾਰੀ ਅਸੀਂ ਗੱਲ ਇਹ ਵੀ ਕਰਦੇ ਹਾਂ ਨਾਲ ਹੀ ਇਸ ਕਰਕੇ ਅਸੀਂ ਕਹਿੰਦੇ ਲਈ ਕੁੜੀ ਨੂੰ ਜੇ ਦਾਜ ਦੇਣਾ ਪੈਂਦਾ ਹੈਗਾ ਜਾਂ ਅੰਤਿਮ ਕਰਨੀ ਉਹ ਵੀ ਤਾਂ ਰਸਮਾਂ ਅਸੀਂ ਆਪ ਹੀ ਬਣਾਈਆਂ ਹਨ ਜੇ ਯਾਨੀ ਕਿ ਉਹਨਾਂ ਰਸਮਾਂ ਨੂੰ ਅਸੀਂ ਚੇਂਜ ਨਹੀਂ ਕਰਦੇ ਹੈਗੇ ਉਹ ਕਿਤੋਂ ਅਗੰਮੀ ਸ਼ਕਤੀ ਨੇ ਆਣ ਕੇ ਸਾਨੂੰ ਦਿੱਤੀਆਂ ਨੇ ਹੈਗੀਆਂ ਤੁਸੀਂ ਆਹ ਜਿਹੜਾ ਇੱਦਾਂ ਕਰਨਾ ਹੈਗਾ ਅਸੀਂ ਆਪ ਚੇਂਜ ਜਿਹੜੀਆਂ ਰਸਮਾਂ ਰਿਵਾਜ ਜਿਹੜੇ ਆਪ ਚੇਂਜ ਕਰਦੇ ਹੈਗੇ ਤੇ ਉਹਨਾਂ ਨੂੰ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ ਤੇ ਇਹ ਲੋਹੜੀ ਯਾਨੀ ਕਿ ਜਿਹੜੀ ਹੈਗੀ ਆ ਮੈਂ ਸਮਝਦਾ ਸਾਨੂੰ ਇਹ ਲੈਸਨ ਜਿਹੜੇ ਆ ਜਿਹੜੇ ਕਿ ਅਸਲੀ ਉਹਦਾ ਜਿਹੜਾ ਮੰਸ਼ਾ ਹੈਗਾ ਉਹ ਤੋਂ ਖਿਸਕਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਯਾਨੀ ਕਿ ਉਸ ਅਸਲੀਅਤ ਨੂੰ ਤੇ ਉਸ ਯਾਨੀ ਕਿ ਜਿਹੜਾ ਉਹਦਾ ਸੈਂਟਰਲ ਥੀਮ ਹੈਗਾ ਉਹਨੂੰ ਮੇਨਟੇਨ ਕਰਨ ਦੀ ਯਾਨੀ ਕਿ ਜ਼ਰੂਰਤ ਹੈ ਤਾਂ ਕਿ ਅਸੀਂ ਉਹਦੇ ਤੇ ਪਹਿਰਾ ਦਈਏ ਤੇ ਜੇ ਅਸੀਂ ਉਹਦੇ ਪਹਿਰਾ ਨਹੀਂ ਦਿੰਦੇ ਤੇ ਮੈਂ ਸਮਝ ਲਵੇ ਅਸੀਂ ਆਪਣੇ ਆਪ ਨਾਲ ਬਹੁਤ ਵੱਡਾ ਯਾਨੀ ਕਿ ਧੋਖਾ ਕਰ ਰਹੇ ਹੈਗੇ ਹਾਂ ਤੇ ਜੋ ਵੀ ਯਾਨੀ ਕਿ ਇਸ ਤਿਉਹਾਰ ਦਾ
ਇਹਦੇ ਨਾਲ ਜਾਣੀ ਕਿ ਜਿਹੜਾ ਹੈਗਾ ਆਪਣਾ ਪੈਸੇ ਦਾ ਨੁਕਸਾਨ ਹੁੰਦਾ ਹੈਗਾ ਤੇ ਭਾਈਚਾਰਕ ਸਾਂਝਾ ਵੀ ਜਾਣੀ ਕਿ ਟੁੱਟਦੀਆਂ ਹੈਗੀਆਂ ਤੇ ਇਹ ਤੋਂ ਜਾਣੀ ਕਿਹੜਾ ਹੈਗਾ ਜਿਹੜੀਆਂ ਖਾਸ ਕਰਕੇ ਹੁਣ ਆਪਾਂ ਇੰਗਲੈਂਡ ਵਿੱਚ ਰਹਿੰਦੇ ਹੈਗੇ ਹਾਂ ਮੈਂ ਸਮਝਦਾ ਵੀ ਇਹ ਜਿਹੜੀ ਨਵੀਆਂ ਪਿਰਤਾਂ ਹੈਗੀਆਂ ਇੱਕਦਮ ਵੀ ਲੜਕੀਆਂ ਨੂੰ ਵੱਧ ਤੋਂ ਵੱਧ ਸਾਨੂੰ ਪੜ੍ਹਾਉਣਾ ਚਾਹੀਦਾ ਹੈਗਾ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਉਹਨਾਂ ਨੂੰ ਕੰਗ ਫੂ ਕਰਾਟੀ ਵਗੈਰਾ ਸਿਖਾਉਣੀ ਚਾਹੀਦੀ ਤਾਂ ਕਿ ਉਹਨਾਂ ਦੀ ਸੈਲਫ ਕੋਨਫੀਡੈਂਸ ਹੋਰ ਵੀ ਵੱਧ ਸਕੇ ਤੇ ਇਹ ਜਿਹੜੀਆਂ ਛੇੜਖਾਨੀ ਦੀਆਂ ਵਾਰਤਾਵਾਂ ਜਾਣੀ ਕਿ ਉੱਥੇ ਹੁੰਦੀਆਂ ਹੈਗੀਆਂ ਉਹਨਾਂ ਤੇ ਵੀ ਜਿਹੜਾ ਹੈਗਾ ਸਾਨੂੰ ਪਹਿਰਾ ਦੇਣ ਦੀ ਜ਼ਰੂਰਤ ਹੈਗੀ ਆ ਵੀ ਉਹਨਾਂ ਤੇ ਅਸੀਂ ਕਿੱਦਾਂ ਜਾਣੀ ਜਿਹੜਾ ਹੈਗਾ ਇਹਨਾਂ ਸਰਕਾਰਾਂ ਨੂੰ ਜਿਹੜੇ ਦੱਸਿਆ ਹੈਗਾ ਈਵਨ ਪੁਲਿਸ ਵਾਲੇ ਜਾਣੀ ਕਿ ਹੋਰ ਜਾਣੀ ਕਿ ਜਿਹੜੇ ਅਹੁਦੇਦਾਰ ਹੈਗੇ ਬਹੁਤ ਵੱਡੇ ਅਹਿਲਕਾਰ ਹੈਗੇ ਆ ਉਹ ਕਈ ਤਰ੍ਹਾਂ ਦੀਆਂ ਜ਼ਬਰਦਸਤੀਆਂ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਸਾਨੂੰ ਰੋਜ਼ ਹੀ ਮਾੜੀਆਂ ਖ਼ਬਰਾਂ ਮਿਲਦੀਆਂ ਤੇ ਸਾਡਾ ਜਿਹੜਾ ਮਨ ਹੈਗਾ ਬਹੁਤ ਬੁਰੀ ਤਰ੍ਹਾਂ ਬਲੂੰਦਰਿਆ ਜਾਂਦਾ ਹੈ ਅਗਲੇ ਇਹ ਕਰਦੇ ਕੀ ਕਰਦੇ ਹੈ ਕਈ ਵਾਰੀ ਗੱਲ ਇਹ ਵੀ ਆਉਂਦੀ ਹੈ ਵੀ ਨਹੀਂ ਜੀ ਇਹ ਤਾਂ ਜਿਹੜਾ ਬਹੁਤਾ ਕੰਮ ਹੈਗਾ ਇਹ ਅਨਪੜ੍ਹ ਲੋਕ ਕਰਦੇ ਹੈਗੇ ਆ ਅੱਗੇ ਵੀ ਬਹੁਤ ਵਾਰੀ ਗੱਲ ਕੀਤੀ ਹੈ ਇਹ ਗੱਲ ਬਿਲਕੁਲ ਝੂਠ ਹੈਗੀ ਆ ਪੜ੍ਹੇ ਲਿਖੇ ਵੀ ਤੇ ਜਾਣੀ ਕਿ ਜਿਹੜੇ ਹੈਗੇ ਅੱਧ ਪੜ੍ਹੇ ਵੀ ਤੇ ਜਿਹੜੇ ਬਿਲਕੁਲ ਅਨਪੜ੍ਹ ਹੈਗੇ ਸਾਰੇ ਇਹ ਕੰਮ ਕਰਦੇ ਹੈਗੇ ਆ ਚੰਡੀਗੜ੍ਹ ਵਿੱਚ ਪਿੱਛੇ ਸਰਵੇ ਹੋਇਆ ਸੀਗਾ ਉੱਥੇ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਲੋਕ ਵੀ ਹੈ ਸਭ ਤੋਂ ਜ਼ਿਆਦਾ ਅਮੀਰ ਵੀ ਹੈਗੇ ਆ ਸਭ ਤੋਂ ਜ਼ਿਆਦਾ ਕੁੜੀਆਂ ਮਾਰਨ ਦੀ ਦਰ ਜਿਹੜੀ ਹੈਗੀ ਆ ਉੱਥੇ ਹੈ ਸੋ ਮੈਂ ਸਮਝ ਲਿਆ ਵੀ ਇਹ ਕਈ ਜਿਹੜੀਆਂ ਸਾਡੀਆਂ ਧਾਰਨਾਵਾਂ ਹੈਗੀਆਂ ਉਹਨਾਂ ਨੂੰ ਸਾਈਕੋਲੋਜੀਕਲੀ ਸਾਡੇ ਆਪਣੇ ਮਨ ਦੀ ਵਿਅਕਤੀ ਨੂੰ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ ਉੱਦਾਂ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਤੇ ਵੀ ਚੱਲਦੇ ਹੈਗੇ ਹਾਂ ਅਸੀਂ ਸਾਡੇ ਅਸੀਂ ਬਰਾਬਰਤਾ ਦਾ ਵੀ ਹੱਕ ਹੈਗਾ ਦਿੱਤਾ ਅਸੀਂ ਯੂਨੀਫਾਰਮ ਤੇ ਮੇਰੇ ਪਰ ਪ੍ਰੈਕਟਿਸ ਵਿੱਚ ਕਰਨ ਦੀ ਜ਼ਰੂਰਤ ਹੈ ਜੇ ਅਸੀਂ ਪ੍ਰੈਕਟਿਸ ਵਿੱਚ ਉਹ ਨਹੀਂ ਕਰਦੇ ਹੈਗੇ ਮੈਂ ਸਮਝ ਲਿਆ ਵੀ ਅਸੀਂ ਜਿਹੜਾ ਹੈਗਾ ਉਸ ਸਿੱਖਿਆ ਤੋਂ ਵੀ ਬਹੁਤ ਦੂਰ ਹੈਗੇ ਹਾਂ ਅਸੀਂ ਜਾਣੀ ਕਿ ਗੁਰੂ ਤੋਂ ਵੀ ਬੇਮੁੱਖ ਹੈਗੇ ਹਾਂ ਤੇ ਅਸੀਂ ਜਾਣੀ ਕਿ ਆਪਣੇ ਜਿਹੜੀਆਂ ਨਰੂਈਆਂ ਕਦਰਾਂ ਕੀਮਤਾਂ ਸਾਡੀਆਂ ਸੱਭਿਆਚਾਰ ਦੀਆਂ ਹੈਗੀਆਂ ਉਹਦੇ ਤੋਂ ਵੀ ਬਹੁਤ ਦੂਰ ਹੁੰਦੇ ਜਾ ਰਹੇ ਹਾਂ ਇਹਦੇ ਨਾਲ ਜੇ ਤੁਸੀਂ ਹੁਣ ਗਾਉਣ ਵਾਲਿਆਂ ਨੂੰ ਵੀ ਦੇਖੋ ਉਹਨਾਂ ਤੇ ਵੀ ਜਾਣੀ ਕਿ ਸਾਨੂੰ ਸ਼ਰਮ ਆਉਂਦੀ ਹੈ ਇਹੋ ਜਿਹੇ ਗਾਣੇ ਜਾਣੀ ਕਿ ਬਣਾਉਂਦੇ ਹੈ ਜਿਹਨਾਂ ਤੇ ਧੀਆਂ ਬਾਰੇ ਕੁੜੀਆਂ ਬਾਰੇ ਲੜਕੀਆਂ ਬਾਰੇ ਭੈਣਾਂ ਬਾਰੇ ਜਾਣੀ ਕਿ ਉਹਨਾਂ ਨੇ ਕਈ ਤਰ੍ਹਾਂ ਦੀਆਂ ਗਲਤ ਗੱਲਾਂ ਜਾਣੀ ਕਿ ਕੀਤੀਆਂ ਹੁੰਦੀਆਂ ਮੈਂ ਸਹਿਲਬ ਸਾਡਾ ਇਹ ਫਰਜ਼ ਮੰਨਦਾ ਲੈ ਵੀ ਇਸ ਲੋਹੜੀ ਦੇ ਤਿਉਹਾਰ ਤੇ ਅਸੀਂ ਉਹੋ ਜਿਹੇ ਗਾਣੇ ਜਾਣੀ ਕਿ ਗਾਉਣਾ ਤੂੰ ਦੁਰਲੰਥ ਪਾਈਏ ਤੇ ਉਹੋ ਜਿਹੇ ਗਾਣੇ ਨਾ ਤੇ ਕਦੀ ਫਰਮਾਇਸ਼ ਕਰੀਏ ਤੇ ਨਾ ਹੀ ਅਸੀਂ ਸੁਣੀਏ ਤੇ ਉਹਨਾਂ ਤੇ ਸਾਨੂੰ ਜਾਣੀ ਕਿ ਪੂਰੀ ਤਰ੍ਹਾਂ ਪਹਿਰਾ ਦੇਣ ਦੀ ਜ਼ਰੂਰਤ ਹੈ ਤੇ ਉੱਤੇ ਅਸੀਂ ਰੋਕ ਲਈਏ ਵੀ ਇਹ ਸਾਡੇ ਸੱਭਿਆਚਾਰ ਦਾ ਅੰਗ ਨਹੀਂ ਹੈ ਇਹ ਸਾਡੀ ਜਿਹੜੀ ਹੈਗੀ ਆ ਮਾਵਾਂ ਦੀ ਭੈਣਾਂ ਦੀ ਤੇ ਬੱਚਿਆਂ ਦੀ ਜਾਣੀ ਕਿ ਪੂਰੀ ਤਰ੍ਹਾਂ ਬੇਇੱਜ਼ਤੀ ਹੁੰਦੀ ਹੈ ਇਸ ਕਰਕੇ ਇਹ ਤੇ ਅਸੀਂ ਰੋਕ ਲਾਉਣੀ ਹੈ ਤੇ ਨਾਲ ਦੀ ਨਾਲ ਅੱਗੇ ਮੈਂ ਅੱਗੇ ਇੱਕ ਦੋ ਵਾਰੀ ਗੱਲ ਕੀਤੀ ਹੈ ਜਿਹੜੀਆਂ ਅਸੀਂ ਮਰਦ ਜਾਣੀ ਕਿ ਖਾਸ ਕਰਕੇ ਮਾਵਾਂ ਦੀਆਂ ਤੇ ਭੈਣਾਂ ਦੀਆਂ ਗਾਲਾਂ ਕੱਢਦੇ ਹਾਂ ਉਹਦਾ ਵੀ ਸਾਨੂੰ ਇੱਕ ਵਾਰੀ ਫੇਰ ਇਹ ਬੋਲਣਾ ਚਾਹੀਦਾ ਇਸ ਲੋਹੜੀ ਤੇ ਵੀ ਇਹ ਤੇ ਸਾਨੂੰ ਪੂਰੀ ਤਰ੍ਹਾਂ ਰੋਕ ਲਾਉਣੀ ਚਾਹੀਦੀ ਆ ਤੇ ਜੇ ਜਾਣੀ ਕਿ ਕੋਈ ਏਦਾਂ ਦੀ ਗੱਲ ਕਰਦਾ ਵੀ ਆ ਤੇ ਉਹਨੂੰ ਵੀ ਉਸ ਟਾਈਮ ਤੇ ਸਟੋਪ ਕਰਨਾ ਚਾਹੀਦਾ ਤੇ ਬਾਕੀ ਜਾਣੀ ਕਿ ਇਹ ਗੱਲ ਹੈਗੀ ਆ ਵੀ ਜਿੱਥੇ ਵੀ ਤੁਹਾਨੂੰ ਇਨਜਸਟਿਸ ਦਿਸਦਾ ਹੈਗਾ ਚਾਹੇ ਘਰ ਵਿੱਚ ਚਾਹੇ ਘਰ ਤੋਂ ਬਾਅਦ ਉੱਥੇ ਜਿਹੜਾ ਹੈਗਾ ਸਾਨੂੰ ਖੜੇ ਹੋਣਾ ਚਾਹੀਦਾ ਜਦੋਂ ਭਰਾਵਾਂ ਨੂੰ ਇਹ ਲੱਗਦਾ ਹੈਗਾ ਤੇ ਮਾਂ ਬਾਪ ਨੇ ਸਾਰੀ ਜਾਇਦਾਦ ਜਿਹੜੀ ਹੈਗੀ ਸਾਡੇ ਨਾਂ ਤੇ ਕਰਤੀ ਹੈ ਕੁੜੀਆਂ ਦਾ ਨਾਂ ਵਿੱਚ ਨਹੀਂ ਰੱਖਿਆ ਹੈਗਾ ਉਦੋਂ ਵੀ ਸਾਨੂੰ ਸਟੈਂਡ ਲੈਣ ਦੀ ਜ਼ਰੂਰਤ ਹੈ ਪਰ ਪ੍ਰੈਕਟਿਸ ਦੇ ਵਿੱਚ ਜਿਹੜੀਆਂ ਸਾਡਾ ਜਿੱਦਾਂ ਤੁਸੀਂ ਦੱਸਿਆ ਹੈਗਾ ਕਾਫੀ ਫਰਕ ਲੱਗਦੇ ਹੈਗੇ ਆ ਪਰ ਇਹਦੇ ਉਲਟ ਤੁਸੀਂ ਆਪਣੀਆਂ ਗੱਲਾਂ ਚ ਵੀ ਵਰਣਨ ਕਰ ਚੁੱਕੇ ਆ ਵੀ ਇੱਦਾਂ ਦੀਆਂ ਔਰਤਾਂ ਦੇਖੋ ਸਾਡੀਆਂ ਹੋਈਆਂ ਹੈਗੀਆਂ ਜਿਨ੍ਹਾਂ ਨੇ ਕੰਟਰੀਆਂ ਨੂੰ ਲੀਡ ਕੀਤਾ ਹੈਗਾ ਨੇਸ਼ਨਾਂ ਨੂੰ ਲੀਡ ਕੀਤਾ ਹੈਗਾ ਇੱਥੇ ਹੀ ਬਚ ਨਹੀਂ ਹੈਗਾ ਆਹ ਸਾਡੀ ਭਾਰਤ ਦੀ ਕੁੜੀ ਜਿਹੜੀ ਆ ਅਮਰੀਕਾ ਵਿੱਚ ਜਾ ਕੇ ਕਲਪਨਾ ਚਾਵਲਾ ਉਹ ਪੁਲਾੜ ਤੇ ਗਈ ਆ ਦੇਖੋ ਇੱਕ ਉੱਥੇ ਜਾ ਕੇ ਇੱਕ ਹੋਰ ਜਿਹੜਾ ਇੱਕ ਤਾਰੇ ਦਾ ਨਾਂ ਵੀ ਕਲਪਨਾ ਰੱਖ ਦਿੱਤਾ ਹੈਗਾ ਵੀ ਇੱਕ ਦੁਨੀਆਂ ਦੇ ਲਈ ਇੱਕ ਚਮਕਣ ਦਾ ਅੱਜ ਰੋਸ਼ਨੀ ਦਾ ਮਨਾਰਾ ਹੈਗਾ ਵੀ ਉਹ ਜਦੋਂ ਪਤਾ ਨੀ ਜਦੋਂ ਉਹਦਾ ਜਨਮ ਹੋਇਆ ਹੋਣਾ ਵੀ ਕਿੰਨੇ ਉੱਥੇ ਆਲੇ ਦੁਆਲੇ ਰਿਸ਼ਤੇਦਾਰਾਂ ਨੇ ਕਿਹਾ ਹੋਣਾ ਆ ਵੀ ਏਦਾਂ ਉਹਨਾਂ ਦੇ ਘਰਦਿਆਂ ਨੂੰ ਧਰਵਾਸ ਦੇਣ ਲਈ ਹਾਂ ਕਿਸਮਤ ਵਾਲੀ ਹੋਵੇ ਚਲੋ ਹੋਰ ਤਾਂ ਕਈ ਆ ਕੋਈ ਨੀ ਜੇ ਕੁੜੀ ਹੋ ਗਈ ਆ ਤਾਂ ਵੀ ਕੋਈ ਗੱਲ ਨੀ ਹੌਸਲਾ ਰੱਖੀ ਦਾ ਕਿਸਮਤ ਆਪਣੀ ਲੈ ਕੇ ਆਈ ਹੋਊਗੀ ਮਤਲਬ ਕਈ ਤਰ੍ਹਾਂ ਦੇ ਉਹਨੂੰ ਕਿਹਾ ਹੋਊਗਾ ਪਰ ਦੇਖੋ ਉਹ ਕੁੜੀ ਨੇ ਇੱਕ ਹਿਸਟਰੀ ਬਣਾ ਦਿੱਤੀ ਹੈਗੀ ਆ ਸਾਰੇ ਲੋਕਾਂ ਨੂੰ ਇਸ ਵੇਲੇ ਵਰਲਡ ਕਮਿਊਨਿਟੀ ਨੂੰ ਇਹੋ ਮਾਣ ਵਾਲੀ ਗੱਲ ਬਣ ਗਈ ਹੈਗੀ ਆ ਪਰ ਜਦੋਂ ਇਹ ਸਾਡਾ ਸਮਾਜ ਦੇ ਵਿੱਚ ਇੱਦਾਂ ਦੇ ਜਦੋਂ ਇੱਦਾਂ ਦੀਆਂ ਗੱਲਾਂ ਚੱਲਦੀਆਂ ਤਾਂ ਸਾਨੂੰ ਆਪਣੇ ਆਪ ਚ ਆਉਂਦਾ ਵੀ ਅਸੀਂ ਕਿਉਂ ਨੀ ਇਹੋ ਸਾਰਾ ਇੱਦਾਂ ਦੇ ਗੀਤ ਸੰਗੀਤ ਜਿਹੜੇ ਤੁਸੀਂ ਦੱਸਿਆ ਇੱਦਾਂ ਦੇ ਬੰਦ ਕਰੀਏ ਬਰਾਬਰਤਾ ਦੇ ਜਿਹੜੇ ਸੰਦੇਸ਼ ਦੇਣ ਅੱਜ ਔਰਤਾਂ ਤੇ ਮਰਦ ਬਰਾਬਰ ਆ ਵੀ ਉਹੋ ਜਿਹਾ ਗੀਤ ਨੂੰ ਪ੍ਰਮੋਟ ਕਰੀਏ ਉਹੋ ਜਿਹਾ ਕਲਚਰ ਨੂੰ ਪ੍ਰਮੋਟ ਕਰੀਏ ਜਿੱਥੇ ਬਰਾਬਰਤਾ ਦਾ ਸਮਾਜ ਹੋਵੇ ਤੇ ਬਰਾਬਰਤਾ ਦੇ ਰਿਸ਼ਤੇ ਜਿਹੜੇ ਆ ਹੋਰ ਪ੍ਰਚਲਿਤ ਹੋਣ ਹੋਰ ਉਜਾਗਰ ਹੋਣ ਇਹੋ ਸਮਾਂ ਕਿੰਨੀ ਕੁ ਦੇਰ ਲੱਗੂਗੀ ਹਲੇ ਆਉਣ ਨੂੰ ਗਿੱਲ ਸਾਹਿਬ ਜਾਣੀ ਕਿ ਤਾਂ ਆਪਣੇ ਆਪ ਤੋਂ ਸ਼ੁਰੂ ਕਰਨਾ ਸਾਨੂੰ ਪੈਂਦਾ ਹੈਗਾ ਸਾਨੂੰ ਆਪਣੇ ਆਪ ਰੋਲ ਮਾਡਲ ਬਣਨ ਦੀ ਜ਼ਰੂਰਤ ਹੈਗੀ ਆ ਤੇ ਈਵਨ ਜਾਣੀ ਕਿ ਜਿਹੜਾ ਜੋ ਇਤਿਹਾਸ ਜਾਣੀ ਕਿ ਦੱਸਦਾ ਹੈ ਈਵਨ ਮਹਾਰਾਜਾ ਰਣਜੀਤ ਸਿੰਘ ਦੀ ਜੋ ਮਾਂ ਸੀਗੀ ਉਹਨੂੰ ਵੀ ਜਿਹੜਾ ਸੀਗਾ ਘੜੇ ਵਿੱਚ ਪਾ ਕੇ ਦਰਿਆ ਚ ਰੋੜ ਦਿੱਤਾ ਗਿਆ ਸੀਗਾ ਵੀ ਇਹ ਲੜਕੀ ਹੈਗੀ ਆ
ਸਾਡੇ ਤਾਂ ਯਾਨੀ ਕਿ ਪੰਜਾਬ ਵਿਚ ਅਸੀਂ ਜਾਂ ਕੁੜੀਆਂ ਮਾਰਨ ਦੇ ਬਹੁਤ ਵੱਡੇ ਮਾਹਰ ਹੈਗੇ ਆ, ਅਸੀਂ ਸਾਡੀ ਝੰਡੀ ਹੈ ਇਸ ਕੰਮ ਵਿਚ ਯਾਨੀ ਕਿ ਓਦਾਂ ਅਸੀਂ ਬੜੀ ਬਰਾਬਰਤਾ ਦੀ ਗੱਲ ਕਰਦੇ ਹਾਂ ਜੀ, ਗੁਰੂ ਸਾਹਿਬ ਨੇ ਸਾਨੂੰ ਬਰਾਬਰਤਾ ਦਾ ਹੱਕ ਦਿੱਤਾ ਹੈਗਾ ਲੜਕੀਆਂ ਨੂੰ, ਏਦਾਂ ਵੀ ਅਸੀਂ ਬੜਾ ਰੌਲਾ ਪਾਉਂਦੇ ਹਾਂ ਜੀ ਮਾਵਾਂ ਠੰਡੀਆਂ ਛਾਵਾਂ, ਬਿਲਕੁਲ ਯਾਨੀ ਕਿ ਝੂਠ ਹੈਗਾ, ਬਿਲਕੁਲ ਯਾਨੀ ਕਿ ਇਹ ਡਬਲ ਸਟੈਂਡਰਡ ਹੈਗੇ ਆ, ਅਸੀਂ ਗੱਲਾਂ ਬੜੀਆਂ ਕਰਦੇ ਹਾਂ ਪਰ ਪ੍ਰੈਕਟਿਸ ਦੇ ਵਿਚ ਨਹੀਂ ਕਰਦੇ। ਮੈਂ ਸਮਝ ਵੀ ਤੁਸੀਂ ਜਿਹੜਾ ਮੈਨੂੰ ਸਵਾਲ ਪੁੱਛਿਆ ਹੈਗਾ, ਜਿੰਨੀ ਦੇਰ ਅਸੀਂ ਆਪ ਰੋਲ ਮਾਡਲ ਨਹੀਂ ਬਣਦੇ ਹੈਗੇ, ਘਰ ਵਿਚ ਆਪਣੇ ਵਿਚ ਜੇ ਇਹ ਗੱਲ ਨਹੀਂ ਸ਼ੁਰੂ ਕਰਦੇ ਹੈਗੇ, ਉਨੀ ਦੇਰ ਸਮਾਜ ਯਾਨੀ ਕਿ ਚੇਂਜ ਨਹੀਂ ਹੋਣਾ ਹੈਗਾ। ਤੁਹਾਨੂੰ ਯਾਨੀ ਕਿ ਰੋਲ ਮਾਡਲ ਬਣ ਕੇ ਲੋਕਾਂ ਨੂੰ ਯਾਨੀ ਕਿ ਦੱਸਣੀ ਪੈਂਦੀ, ਐਗਜ਼ਾਮਪਲ ਦੇਣੀ ਪੈਂਦੀ, ਲਾਈਕ ਦਿਸ ਇਜ਼ ਵਟ ਇਟ ਇਜ਼, ਜਿਹੜਾ ਯਾਨੀ ਕਿ ਅਜੇ ਤੱਕ ਵੀ ਹਾਂ ਜੀ ਕੋਈ ਨੀ ਤੈਨੂੰ ਚੰਗੀ ਚੀਜ਼ ਮਿਲੂਗੀ, ਜਦੋਂ ਲੜਕੀ ਜੰਮੇ ਤਾਂ ਕਹਿੰਦੇ ਮੁੰਡਾ ਯਾਨੀ ਕਿ ਜੰਮੂਗਾ, ਉਹ ਹੀ ਕੱਲ ਨੂੰ ਵੱਡਾ ਮੁੰਡਾ ਹੋ ਕੇ ਇਹ ਨਹੀਂ ਦਿੰਦਾ ਤੁਸੀਂ ਵੀ ਲੜਕੇ ਆ ਮੈਂ ਵੀ ਲੜਕਾ ਹੈਗਾ। ਮੇਰਾ ਮਤਲਬ ਇਹ ਹੈਗਾ ਲੇਕਿਨ ਸਾਰੇ ਨਹੀਂ ਹੈ, ਪਰ ਬਹੁਤੇ ਕੇਸੇ ਦੇ ਵਿਚ ਇਹ ਵੀ ਦੇਖਣ ਚ ਆਇਆ ਹੈਗਾ ਵੀ ਲੜਕੇ ਹੈਗੇ ਜਿਹੜੇ ਮਾਂ ਬਾਪ ਦੀ ਪੁੱਛ ਨਹੀਂ ਕਰਦੇ ਹੈਗੇ ਬਾਅਦ ਵਿਚ, ਲੜਕੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਸਾਂਭਦੀਆਂ, ਤੇ ਇਹ ਲੜਕੇ ਹੈਗੇ ਜਿਹੜੀਆਂ ਜ਼ਮੀਨਾਂ ਜਾਇਦਾਦ ਆਈਨ ਕੇ ਬਣ ਕੇ ਆਪਣੇ ਆਪ ਜਿਹੜਾ ਹੈਗਾ ਲੜਾਈਆਂ ਝਗੜੇ ਕਰੇ, ਤੇ ਕੁਛ ਕੇਸਿਸ ਦੇ ਵਿਚ ਮਾਂ ਬਾਪ ਦਾ ਕਤਲ ਵੀ ਹੋਇਆ ਹੈਗਾ, ਸਾਡੇ ਆਪਣੇ ਮੇਰੇ ਆਪਣੇ ਪਿੰਡ ਵਿਚ ਜਾਣੀ ਕਿ ਇਹ ਕੰਮ ਹੋਇਆ ਸੀ। ਮੈਂ ਮਹਿਸੂਸ ਇਹ ਕਰਦਾ ਹੈਗਾ ਬਈ ਇਹ ਜਿਹੜੀਆਂ ਕੁੜੀਆਂ ਨੇ ਇਹ ਕੰਮ ਕਰਦੀਆਂ ਹੈਗੀਆਂ, ਤੇ ਇਹ ਜਿਹੜਾ ਹੈਗਾ ਸਾਨੂੰ ਅਹਿਦ ਲੈਣਾ ਚਾਹੀਦਾ ਹੈਗਾ ਲੇਕਿਨ ਜੇ ਵਾਕਈ ਅਸੀਂ ਆਪਣੇ ਗੁਰੂ ਦੇ ਸਿੱਖ ਹੈਗੇ ਆ, ਜੇ ਵਾਕਈ ਅਸੀਂ ਲੋਹੜੀ ਦੀ ਅਸਲੀ ਮੰਤਵ ਦੇ ਉੱਤੇ ਪਹਿਰਾ ਦੇਣਾ ਚਾਹੁੰਦੇ ਹਾਂ, ਤੇ ਸਾਨੂੰ ਯਾਨੀ ਕਿ ਜਿਹੜਾ ਬਰਾਬਰਤਾ ਦੀ ਗੱਲ ਹੈਗੀ ਆ, ਜਿੱਥੇ ਵੀ ਸਾਨੂੰ ਲੱਗਦਾ ਹੈ ਲਵੇ ਇੱਥੇ ਜਿਹੜਾ ਕੋਈ ਗਲਤ ਕੰਮ ਕਰ ਰਿਹਾ ਹੈਗਾ, ਉਹਨਾਂ ਨਾਲ ਕੋਈ ਪੇਪਰ ਵਾਲਾ ਕੋਈ ਵਿਤਕਰਾ ਹੋ ਰਿਹਾ ਹੈਗਾ, ਉਹ ਤੇ ਅਸੀਂ ਪਹਿਰਾ ਦਈਏ। ਤੇ ਹੁਣ ਤਾਂ ਦੁਨੀਆਂ ਭਰ ਵਿੱਚ ਹੀ ਇਹ ਬਹੁਤ ਵੱਡੀ ਮੁਹਿੰਮ ਚੱਲ ਪਈ ਹੈਗੀ ਆ, ਤੇ ਮੈਂ ਸਮਝਦਾ ਵੀ ਇਹਨਾਂ ਮੁਲਕਾਂ ਨੇ ਜਿਹੜਾ ਹੈਗਾ ਬਹੁਤ ਵੱਡੀ ਤਰੱਕੀ ਕੀਤੀ ਆ, ਤੇ ਸਾਨੂੰ ਵੀ ਯਾਨੀ ਕਿ ਉਹਨਾਂ ਪੂਰਨਿਆਂ ਤੇ ਜਿਹੜਾ ਚੱਲਣ ਦੀ ਜ਼ਰੂਰਤ ਹੈਗੀ ਆ। ਹੁਣ ਅੱਜ ਦੇ ਜ਼ਮਾਨੇ ਵਿਚ ਇਹ ਪੜ੍ਹਾਈ ਦੇ ਵਿਚ ਵੀ ਕੁੜੀਆਂ ਨੇ ਬਹੁਤ ਵੱਡੀ ਤਰੱਕੀ ਕੀਤੀ ਹੈ, ਆਪਣੇ ਯਾਨੀ ਕਿ ਇੱਥੇ ਇੰਗਲੈਂਡ ਵਿਚ ਵੀ ਕੁੜੀਆਂ ਜਿਹੜੀਆਂ ਹੈਗੀਆਂ ਉਮੜਿਆਂ ਨਾਲ ਯਾਨੀ ਕਿ ਜ਼ਿਆਦਾ ਪੜ੍ਹੀਆਂ ਲਿਖੀਆਂ ਹੈਗੀਆਂ। ਇਸ ਗੱਲ ਦੀ ਖੁਸ਼ੀ ਯਾਨੀ ਕਿ ਮੈਨੂੰ ਜ਼ਰੂਰ ਹੋ ਰਹੀ ਆ ਵੀ ਸਾਡੇ ਬਹੁਤ ਸਾਰੇ ਪੰਜਾਬੀ ਮਾਪਿਆਂ ਨੇ ਆਪਣੀਆਂ ਲੜਕੀਆਂ ਨੂੰ ਹੁਣ BA MA PhD ਤੱਕ ਯਾਨੀ ਕਿ ਪੜ੍ਹਾਈਆਂ ਹੁਣ ਪੜ੍ਹਾਉਣ ਲੱਗ ਪਿਆ ਹੈਗੇ, ਪਹਿਲਾਂ ਥੋੜੀ ਬਹੁਤ ਰਜਿਸਟੈਂਸ ਹੋਈ ਹੈ ਸ਼ੁਰੂ ਸ਼ੁਰੂ ਵਿਚ, ਹੁਣ ਯਾਨੀ ਕਿ ਬੱਚੀਆਂ ਹੈਗੀਆਂ ਬਹੁਤ ਵੱਡੇ ਅਹੁਦਿਆਂ ਤੇ ਕੰਮ ਕਰਦੀਆਂ ਹੈਗੀਆਂ, ਬਹੁਤ ਵੱਡੀਆਂ ਵੱਡੀਆਂ ਉਹਨਾਂ ਤੋਂ ਪੋਸਟਾਂ ਹੈਗੀਆਂ, ਯੂਨੀਵਰਸਿਟੀ ਵਿਚ ਕੰਮ ਕਰਦੀਆਂ ਹੈਗੀਆਂ, ਅਕਾਊਂਟੈਂਟ ਹੈਗੀਆਂ, ਡਾਕਟਰਸ ਹੈਗੀਆਂ, ਫਾਰਮਾਸਿਸਟ ਹੈਗੀਆਂ, ਜਿਹੜੀਆਂ ਬਹੁਤ ਵੱਡੀਆਂ ਵੱਡੀਆਂ ਪੋਸਟਾਂ ਹੈਗੀਆਂ, ਜਿਨ ਕਿ ਜਾਂ ਕਿਸੇ ਯਾਨੀ ਕਿ ਕੰਪਨੀ ਜਾਂ ਡਾਇਰੈਕਟਰਸ ਹੈਗੀਆਂ, ਜੱਜ ਹੈਗੀਆਂ, ਮੈਂ ਸਮਝਦਾ ਵੀ ਸਾਨੂੰ ਆਪਣੀ ਬੱਚੀਆਂ ਨੂੰ ਵੱਧ ਤੋਂ ਵੱਧ ਜਿਹੜਾ ਹੈਗਾ ਇਨਕਰੀ ਕਰਨਾ ਚਾਹੀਦਾ, ਤੇ ਆਪਣੀ ਜਿਹੜੀ ਜਾਇਦਾਦ ਵਗੈਰਾ ਹੈਗੀ ਉਹ ਵੀ ਆਪਣੀ ਬਿੱਲ ਵਿਚ ਵੀ ਇਹਨਾਂ ਦਾ ਬੱਚੀਆਂ ਦਾ ਸਾਨੂੰ ਆਪਣਾ ਨਾਂ ਲਿਖਣਾ ਚਾਹੀਦਾ, ਤਾਂ ਕਿ ਅਸੀਂ ਐਗਜ਼ਾਮਪਲ ਪੈਦਾ ਕਰ ਸਕਦੇ ਲਈ ਅਸੀਂ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਨਹੀਂ ਕਰਦੇ, ਅਸੀਂ ਪਾਪੀ ਲੋਕ ਨਹੀਂ ਹੈ, ਅਸੀਂ ਯਾਨੀ ਕਿ ਇਨਸਾਫ ਪਸੰਦ ਲੋਕ ਹੈਗੇ ਹਾਂ। ਹਾਂ ਹਾਂ, ਪਰ ਸਾਨੂੰ ਨਵੀਆਂ ਪਿਰਤਾਂ ਪਾਉਣ ਦੀ ਲੋੜ ਹੈ, ਉਹ ਜਿੱਥੇ ਬੰਦਿਆਂ ਨੂੰ ਆਪਸ ਤੁਹਾਨੂੰ ਵੀ ਤੇ ਆਪਣੇ ਸੋਚਿਆਂ ਨੂੰ ਵੀ ਬਹੁਤ ਪਿਆਰ ਨਾਲ ਸਤਿਕਾਰ ਨਾਲ ਜਿਹੜਾ ਹੈਗਾ ਲੋਹੜੀ ਦੀਆਂ ਵਧਾਈਆਂ, ਜਿਨ੍ਹਾਂ ਤੇ ਮੈਂ ਆਸ ਕਰਦਾ ਲੈ ਵੀ ਜਿਹੜੀਆਂ ਆਪਾਂ ਅੱਜ ਗੱਲਾਂ ਕਰ ਰਹੇ ਹੈਗੇ ਹਾਂ ਉਹਨਾਂ ਤੇ ਜ਼ਰੂਰ ਹੀ ਲੋਕ ਜਿਹੜੇ ਸੁਣਨ ਵਾਲੇ ਹੈਗੇ ਆ ਅਮਲ ਕਰਨ ਦੀ ਕੋਸ਼ਿਸ਼ ਕਰਨਗੇ। ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ। ਓਕੇ ਜੀ, ਬਹੁਤ ਮਿਹਰਬਾਨੀ। ਇਹ ਸੀਗੇ ਮੇਰੇ ਸਤਿਕਾਰਯੋਗ ਵੀਰ ਡਾਕਟਰ ਹਰੀਸ਼ ਮਲਹੋਤਰਾ ਜੀ। ਤੁਸੀਂ ਲੋਹੜੀ ਕਿੱਦਾਂ ਮਨਾਉਣਾ ਚਾਹੁੰਦੇ ਆ, ਕਿਸ ਤਰ੍ਹਾਂ ਦਾ ਕੀ ਪੈਗਾਮ ਦੇਣਾ ਚਾਹੁੰਦੇ ਆ ਸਾਡੇ ਸਰੋਤਿਆਂ ਬਾਰੇ, ਤੁਸੀਂ ਵੀ ਗੱਲ ਕਰ ਸਕਦੇ ਆ। ਸਾਡਾ ਨੰਬਰ ਘੁਮਾਓ 0116275959। ਹਾਂਜੀ, ਤੁਸੀਂ ਸੁਣ ਰਹੇ ਹੈਗੇ ਕੋਹਿਨੂਰ ਰੇਡੀਓ 97.3 FM, ਇਹਦੇ ਨਾਲ ਨਾਲ ਵਰਲਡ ਵਾਈਡ ਸੁਣ ਰਹੇ ਹੈਗੇ www.krfm.co.uk ਰਾਹੀਂ। ਸਾਡੇ ਨਾਲ ਲਾਈਨ ਤੇ ਆ ਚੁੱਕੇ ਆ ਮੇਰੇ ਸਤਿਕਾਰਯੋਗ ਵੀਰ ਸਾਹਿਬ ਮਨਜੀਤ ਸਿੰਘ ਜੀ, ਤੇ ਉਹਨਾਂ ਉਹ ਕੀ ਕਹਿਣਾ ਚਾਹੁੰਦੇ ਹੈਗੇ ਆ ਦੇਖਦੇ ਆ। ਸਾਹਿਬ ਮਨਜੀਤ ਸਿੰਘ, ਮਨਜੀਤ ਸਿੰਘ ਜੀ ਸਤਿ ਸ੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਹਾਂਜੀ ਹਾਂਜੀ, ਤੁਸੀਂ ਆਉਂਦੇ ਯਾਰ, ਤੁਸੀਂ ਲੋਹੜੀ ਦੇ ਤਿਉਹਾਰ ਤੇ ਕੀ ਮੈਸੇਜ ਦੇਣਾ ਚਾਹੋਗੇ ਸਾਡੇ ਸਰੋਤਿਆਂ ਨੂੰ? ਠੀਕ ਹੈ ਜੀ, ਮੈਂ ਇਹ ਦੇਣਾ ਚਾਹੁੰਦਾ ਜੀ ਮੈਸੇਜ ਸਾਰਿਆਂ ਸਰੋਤਿਆਂ ਨੂੰ, ਸੁਣਨੇ ਵਾਲਿਆਂ ਨੂੰ। ਹਾਂਜੀ, ਬਈ ਕੁੜੀਆਂ ਦਾ ਸਤਿਕਾਰ ਕਰੋ। ਹਾਂ, ਤੇ ਮੁੰਡਿਆਂ ਨਾਲ ਵੀ ਜ਼ਿਆਦਾ ਤੁਹਾਨੂੰ ਪਿਆਰ ਦਿੰਦੀ ਆ। ਹਾਂ ਹਾਂ, ਤੇ ਬੱਚੇ ਸਾਰੇ ਬਰਾਬਰ ਹੁੰਦੇ ਆ। ਹਾਂਜੀ, ਕੋਈ ਇਹ ਨੀ ਵੀ ਮੁੰਡਾ ਆਇਆ ਤਾਂ ਉਹ ਵਧੀਆ ਆ ਜਾਂ ਕੁੜੀ ਆ ਤਾਂ ਘਟੀਆ ਆ। ਤੁਹਾਡੇ ਕਿੰਨੇ ਬੱਚੇ ਆ ਭਾਜੀ? ਹਾਂਜੀ, ਮੇਰੇ ਇੱਕੋ ਕੁੜੀ ਆ ਜੀ। ਅੱਛਾ ਜੀ, ਵੈਰੀ ਗੁੱਡ। ਹਾਂਜੀ, ਮੈਂ ਬਹੁਤ ਪਿਆਰ ਕਰਦਾ ਉਹਨੂੰ, ਤੇ ਮੈਨੂੰ ਵੀ ਬਹੁਤ, ਆਪਣੇ ਪੇ ਨੂੰ ਬਹੁਤ ਪਿਆਰ ਦਿੰਦੀ ਆ। ਅੱਛਾ, ਵੈਰੀ ਗੁੱਡ। ਸਾਰਿਆਂ ਨਾਲੇ ਰਲ ਮਿਲ ਕੇ ਰਹਿੰਦੀ ਆ ਤੇ ਸਾਰਿਆਂ ਦਾ ਖਿਆਲ ਰੱਖਦੀ ਆ। ਅੱਛਾ ਜੀ, ਲੋਕੀ ਸਿਫਤਾਂ ਹੀ ਕਰਦੇ ਆ ਵੀ ਇਹਦੀ ਧੀ ਆ, ਵੀ ਦੇਖੋ ਕਿੰਨਾ ਪਿਆਰ ਕਰਦੀ ਆ ਨਾ। ਤੇ ਬਾਕੀ ਮੈਂ ਹੋਰ ਆਪਣੇ ਸਰੋਤਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਜੀ, ਵੀ ਜੇ ਜਨਾਨੀ ਹੀ ਜਨਾਨੀ ਦੀ ਕਾਤਲ ਬਣ ਜਾਵੇ ਤਾਂ ਫੇਰ ਕੋਈ ਰੋਕ ਨੀ ਸਕਦਾ, ਕਿਉਂਕਿ ਬਹੁਤਾ ਮੈਨੂੰ ਲੱਗਦਾ, ਕਿਉਂਕਿ ਮੇਰੇ ਨਾਲ ਤਾਂ ਬੀਤੀ ਆ ਜਦੋਂ ਮੇਰੇ ਕੁੜੀ ਹੋਈ ਸੀ ਇਹ। ਹਾਂਜੀ, ਤਾਂ ਮੇਰੀ ਮਾਂ ਨੇ ਆਪ ਹੀ ਆ ਕੇ ਮੇਰੇ ਕੋਲ ਕਿਹਾ ਸੀ ਵੀ ਕਾਕਾ ਤੇਰੇ ਤਾਂ ਕੁੜੀ ਹੋਵੇ, ਉਹਨਾਂ ਦੇ ਮੁੰਡੇ ਹੋਏ ਹੈ, ਤੇਰੇ ਧੀ ਜੰਮ ਪਏ, ਏਦਾਂ ਮੈਨੂੰ ਕਿਹਾ ਸੀ। ਤਾਂ ਮੇਰਾ ਕਾਲਜਾ ਮੂੰਹ ਨੂੰ ਆ ਗਿਆ ਸੀ ਵੀ ਮਤੀ ਰੱਬ ਨੇ ਮੈਨੂੰ
ਕੋਈ ਬੱਚਾ ਦਿੱਤਾ ਤੇ ਮੇਰੀ ਮਾਂ ਨੇ ਹੀ ਮੈਨੂੰ ਏਦਾਂ ਗੱਲ ਕਹੀ ਆ ਜੇ ਔਰਤ ਔਰਤ ਦੀ ਦੁਸ਼ਮਣ ਨਾ ਬਣੇ ਤਾਂ ਇਹ ਕੰਮ ਨਾ ਹੋਵੇ ਜੀ ਵੀ ਕੋਈ ਵੀ ਬੱਚਾ ਗਰਾਵੇ ਨਾ ਕਿਉਂਕਿ ਘਰਾਂ ਦੇ ਵਿੱਚੋਂ ਸਿਰਫ ਬੁੜੀਆਂ ਹੀ ਬੁੜੀਆਂ ਦੀਆਂ ਵੈਰੀ ਬਣ ਜਾਂਦੀਆਂ ਉਹ ਪੁਰਾਣੀਆਂ ਨੀਤੀਆਂ ਉਹਨਾਂ ਦੀ ਦਿਮਾਗ ਚੋਂ ਨਿਕਲਦੀਆਂ ਨੀ ਵੀ ਕੁੜੀਆਂ ਚੰਗੀਆਂ ਨੀ ਹੈਗੀਆਂ ਕੁੜੀਆਂ ਜੰਮ ਪਈਆਂ ਇਹ ਕਿੱਥੋਂ ਕਮਾਈ ਕਰੂਗੀਆਂ ਇਹਨੀ ਤਾਂ ਚੱਲ ਜਾਣਾ ਵਿਆਹ ਹੋ ਕੇ ਦੂਜੇ ਘਰ ਪਰ ਜੇ ਸਾਡੀਆਂ ਜਨਾਨੀਆਂ ਪੁਰਾਣੀਆਂ ਬੀਬੀਆਂ ਹੀ ਕੁੜੀਆਂ ਨੂੰ ਬਚਾਉਣ ਅੱਗੇ ਆ ਕੇ ਖਾਣ ਵੀ ਹਾਂ ਵੀ ਸਾਡੀ ਨਸਲ ਆ ਅਸੀਂ ਇਹਨੂੰ ਬਰਬਾਦ ਨਹੀਂ ਹੋਣ ਦੇਣਾ ਤਾਂ ਬੰਦਾ ਕੁਛ ਨੀ ਕਰ ਸਕਦਾ ਬੰਦਾ ਨੀ ਇਨਵੋਲਵ ਹੁੰਦਾ ਕਿਉਂਕਿ ਘਰ ਦੇ ਵਿੱਚੋਂ ਬੀਬੀਆਂ ਰੌਲਾ ਪਾਉਂਦੀਆਂ ਹੈ ਇਹਦੇ ਮੇਰੀ ਨੌਂ ਦੇ ਕੁੜੀ ਜੰਮ ਪਏ ਹੈ ਉਹਦੀ ਪ੍ਰੋਬਲਮ ਸਿਰਫ ਸੱਤ ਤੋਂ ਸ਼ੁਰੂ ਹੁੰਦੀ ਹੈ ਜਦੋਂ ਏਦਾਂ ਦੀ ਕੋਈ ਵੀ ਬੱਚਾ ਕਰਾਉਣ ਵਾਸਤੇ ਕੋਈ ਵੀ ਨੌਬਤ ਆਉਂਦੀ ਆ ਪਰ ਇਹ ਤੁਹਾਨੂੰ ਮਨਜੀਤ ਜੀ ਤੁਹਾਨੂੰ ਏਦਾਂ ਨੀ ਲੱਗਦਾ ਪੀ ਇਹਦੇ ਨਾਲ ਰਿਸਪੋਂਸੀਬਲ ਸਾਡਾ ਮਰਦ ਪ੍ਰਧਾਨ ਪਰਿਵਾਰ ਜਿਹੜਾ ਸਮਾਜ ਵੀ ਆ ਕਿਉਂਕਿ ਮਰਦਾਂ ਵਿਚੋਂ ਇਹ ਗੱਲ ਆਉਂਦੀ ਹੈਗੀ ਆ ਜਿਹੜੀ ਕਿ ਘੁੱਟ ਕਈ ਵਾਰੀ ਤੁਹਾਡਾ ਤਾਂ ਇਹ ਚਲੋ ਬਹੁਤ ਵਧੀਆ ਗੱਲ ਹੈਗੀ ਆ ਤੁਹਾਡਾ ਪਰਿਵਾਰ ਤੁਹਾਡੀ ਮਦਰ ਨੇ ਇੰਨਾ ਕੁ ਪ੍ਰੈਸ਼ਰ ਪਾਇਆ ਹੋਊਗਾ ਪਰ ਆਲੇ ਦੁਆਲੇ ਸਮਾਜ ਚ ਵੀ ਇੰਨਾ ਪ੍ਰੈਸ਼ਰ ਜਿਹੜਾ ਆ ਪੈ ਜਾਂਦਾ ਹੈਗਾ ਜਨਾਨੀਆਂ ਦੀ ਕੁੱਟਮਾਰ ਸ਼ੁਰੂ ਹੋ ਜਾਂਦੀ ਆ ਜਨਾਨੀ ਦੀ ਭਾਈ ਤੂੰ ਕੁੜੀ ਜੰਮੀ ਆ ਤੇ ਜਦਕਿ ਮਰਦ ਜਿਹੜਾ ਆ ਆਪ ਖੁਦ ਰਿਸਪੋਂਸੀਬਲ ਆ ਜਿਹੜੇ ਐਕਸ ਕਰੋਮ ਤਾਂ ਬਾਈ ਕਰੋਮ ਜਿਹੜੇ ਹੈਗੇ ਆ ਤੇ ਐਕਸ ਕਰੋਮ ਹਾਂ ਜੇ ਬਾਈ ਕਰੋਮ ਐਕਸ ਤਾਂ ਬਾਈ ਮਿਲੂਗੇ ਤਾਂ ਹੀ ਆ ਜੇ ਉਹ ਔਰਤ ਦੇ ਵਿਚ ਤਾਂ ਐਕਸ ਕਰੋਮ ਹੀ ਆ ਇਸ ਔਰਤ ਹੀ ਉਹ ਬਣਾ ਸਕਦੀ ਆ ਜੇ ਮਰਦ ਜਿਹੜਾ ਬਾਈ ਕਰੋਮ ਜਦੋਂ ਛੱਡੇਗਾ ਤੇ ਉਹਦੇ ਨਾਲ ਹੀ ਬੱਚੇ ਦਾ ਜਿਹੜਾ ਮੇਲ ਜਿਹੜਾ ਜਨਮ ਲੈਣਾ ਤੇ ਇਹਦੇ ਵਿਚ ਤਾਂ ਜਿਹੜਾ ਮਰਦ ਦਾ ਆਪਣਾ ਉਹਨੂੰ ਦੋਸ਼ੀ ਹਮੇਸ਼ਾ ਔਰਤ ਨੂੰ ਦਿੱਤਾ ਜਾਂਦਾ ਹੈਗਾ ਵੀ ਤੁਸੀਂ ਤੂੰ ਦੋਸ਼ੀ ਆ ਪਰ ਇਹਦੇ ਵਿਚ ਤਾਂ ਇੱਕ ਕੁਦਰਤ ਨੇ ਵੀ ਜਿਹੜਾ ਆ ਬੈਲੈਂਸ ਜਿਹਾ ਤਿਆਰ ਕੀਤਾ ਆ ਜੇ 50% ਔਰਤਾਂ ਜੰਮਣੀਆਂ ਬੱਚੀਆਂ ਜਿਹੜੀਆਂ ਫੀਮੇਲ ਜੰਮਣੀਆਂ ਹੈਗੀਆਂ ਤੇ 50% ਜਿਹੜੇ ਮੇਲ ਜਿਹੜੇ ਆ ਜਨਮ ਕਰਨ ਤਾਂ ਹੀ ਸੰਸਾਰ ਦੀ ਕੁਦਰਤ ਨੇ ਕੁਛ ਨਿਯਮ ਕੁਦਰਤ ਇੱਦਾਂ ਦੇ ਬਣਾਏ ਆ ਜੇ ਹੁਣ ਕੁਦਰਤ ਦੇ ਪੰਜਾਬੀਆਂ ਨੇ ਕੁਦਰਤ ਦੇ ਨਿਯਮਾਂ ਨਾਲ ਖਿਲਵਾੜ ਕੀਤਾ ਤਾਂ ਉੱਥੇ ਪੰਜਾਬ ਦੀ ਕੀ ਹਾਲਤ ਬਣ ਗਈ ਆ ਜਿਹੜੇ ਮੇਲ ਆ ਉਹ ਮੋਸਟੋਰਿਟੀ ਆਫ ਦੈਟ ਡਰੱਗੀ ਨਸ਼ੇੜੀ ਤੇ ਜਿਹੜੇ ਹੁਣ ਉਹ ਜਿਹੜੇ ਆ ਜਿਹੜੇ ਉਹ ਇੱਦਾਂ ਦੇ ਵੀ ਆ ਜਿਹੜੇ ਮੇਲ ਵੀ ਆ ਉਹ ਨਪੁੰਸਕ ਬਣ ਗਏ ਜਿਹੜੇ ਨੌਜਵਾਨ ਵੀ ਆ ਨਸ਼ਿਆਂ ਦੇ ਏਦਾਂ ਦੀ ਆੜ ਲੈ ਕੇ ਤੇ ਉਹ ਬੱਚੇ ਵੀ ਨੀ ਗਾਹਾਂ ਪੈਦਾ ਕਰ ਸਕਦੇ ਉਹ ਕਈ ਤਾਂ ਇੱਦਾਂ ਦੇ ਜਦੋਂ ਇੱਦਾਂ ਦੀਆਂ ਅਲਾਮਤਾਂ ਜੇ ਕੁਦਰਤ ਨਾਲ ਤੁਸੀਂ ਛੇੜਖੰਡ ਕਰਦੇ ਆ ਕੁਦਰਤ ਵੀ ਬਹੁਤ ਪਰਲੋ ਲਿਆ ਦਿੰਦੀ ਆ ਹਨੇਰੀ ਲਿਆ ਦਿੰਦੀ ਆ ਪਰ ਤੁਸੀਂ ਹਾਂ ਬੈਲੈਂਸ ਖਰਾਬ ਕੀਤਾ ਤਾਂ ਤੁਸੀਂ ਇਹਦੇ ਖੁਦ ਜ਼ਿੰਮੇਵਾਰ ਆ ਪਰ ਇਹੋ ਸਾਨੂੰ ਇਸੇ ਕਰਕੇ ਮੈਂ ਵੀ ਆਪਣਾ ਓਪੀਨੀਅਨ ਨਹੀਂ ਤਾਂ ਤੁਹਾਡਾ ਓਪੀਨੀਅਨ ਤਾਂ ਬਹੁਤ ਵਧੀਆ ਆ ਬਹੁਤ ਸਾਡੇ ਹਾਂ ਬਿਲਕੁਲ ਅਸੀਂ ਜੇ ਮਰਦਾਂ ਵੱਲੋਂ ਵੀ ਇਹੋ ਹੈਗੇ ਆ ਕਈ ਹਾਂਜੀ ਔਰਤ ਨੂੰ ਜ਼ਿੰਮੇਵਾਰ ਸਮਝਦੇ ਆ ਉਹਦੇ ਵੀ ਖਿਲਾਫ ਆ ਬਟ ਕੁਛ ਕ ਹੱਦ ਤੱਕ ਔਰਤਾਂ ਵੀ ਹੈਗੀਆਂ ਵੀ ਜਿਹੜੀਆਂ ਘਰੋਂ ਹੀ ਚੱਕਦੀਆਂ ਗੱਲ ਵੀ ਕਾਕਾ ਤੇਰੇ ਇਹ ਹੋ ਗਿਆ ਏਦਾਂ ਹੋ ਗਈ ਮੇਰੀ ਨੌਂ ਨੇ ਆਹ ਦੇ ਦਿੱਤਾ ਐ ਕਰ ਦਿੱਤੀ ਐ ਹੋ ਗਈ ਏਦਾਂ ਜੀ ਦੇਖੋ ਜੇ ਤੁਸੀਂ ਵੀ ਉਹ ਆਪਣੀ ਮਦਰ ਨੂੰ ਹੱਲਾ ਸ਼ੇਰੀ ਦਿੰਦੇ ਹਾਂ ਤੂੰ ਸਹਿਮਤ ਆ ਇਹ ਰਿਸਪੋਂਸੀਬਲ ਆ ਤਾਂ ਅੱਜ ਤੁਹਾਡਾ ਸ਼ਾਇਦ ਪਰਿਵਾਰ ਜਿੱਦਾਂ ਤੁਸੀਂ ਆਪਣੀ ਬੱਚੀ ਤੋਂ ਕਿੰਨੇ ਖੁਸ਼ ਹੈਗੇ ਆ ਪਰ ਇਹੋ ਖੁਸ਼ੀ ਦਾ ਵਾਤਾਵਰਣ ਨਹੀਂ ਸੀ ਹੋਣਾ ਹੋ ਸਕਦਾ ਵਿਚਾਰੀ ਨੂੰ ਉਹ ਕਿੰਨੇ ਬੱਚੀ ਨੂੰ ਜਿਹੜਾ ਆ ਬਰੋਟਅਪ ਹੋਣ ਵਾਸਤੇ ਵੀ ਮੁਸ਼ਕਲਾਂ ਆਉਂਦੀਆਂ ਤੇ ਉਹ ਦਵਾਈ ਨਾ ਉਹਨੂੰ ਪ੍ਰੋਪਰ ਟਾਈਮ ਸਿਰ ਮਿਲਦੀ ਕਿੰਨੀਆਂ ਬੱਚੇ ਆ ਇੱਥੇ ਪੰਜਾਬ ਚ ਬੱਚੀਆਂ ਵਿਚਾਰੀਆਂ ਉਦਾਂ ਹੀ ਪੜ ਜਾਂਦੀਆਂ ਉਹਨਾਂ ਨੂੰ ਸਮੇਂ ਸਿਰ ਦਵਾਈ ਨਹੀਂ ਦਿੰਦੇ ਉਹਨਾਂ ਨੂੰ ਚੰਗੀ ਤਰ੍ਹਾਂ ਜਿਹੜੀ ਐਜੂਕੇਸ਼ਨ ਜਿਹੜੀਆਂ ਸਹੂਲਤਾਂ ਉਹ ਅੱਜ ਵੀ ਨਹੀਂ ਮਿਲਦੀਆਂ ਅੱਜ ਸਾਡੇ ਪੰਜਾਬ ਦੇ ਵਿੱਚ ਅੱਜ ਵੀ ਪੰਜਾਬੀ ਤਾਂ ਇਸ ਕਰਨ ਲਈ ਸਾਡੇ ਉਦਾਂ ਹੀ ਚੱਲੀ ਜਾਂਦੇ ਤੁਹਾਡੇ ਵਰਗੇ ਜਿਹੜੇ ਸਿਆਣੇ ਬੰਦੇ ਹੈਗੇ ਆ ਉਹ ਹਲੇ ਵੀ ਉਹਨਾਂ ਦੀ ਗਿਣਤੀ ਘੱਟ ਹੈਗੀ ਆ ਜੇ ਸਾਨੂੰ ਲੋੜ ਹੈਗੀ ਆ ਇਹ ਮਰਦਾਂ ਨੂੰ ਵੀ ਏਦਾਂ ਦਾ ਜਿਹੜਾ ਤੁਸੀਂ ਸਟੈਂਡ ਲਿਆ ਏਦਾਂ ਦੇ ਗਾਹਾਂ ਸਟੈਂਡ ਲੈਣ ਖਿਲਾਫ ਸਾਨੂੰ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਦੀ ਲੋੜ ਆ ਜੀ ਹਾਂ 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 ਨਹੀਂ ਤਾਂ ਕਰਕੇ ਸਾਡਾ ਬੈਲੈਂਸ ਤਾਂ ਹੀ ਹੋ ਸਕਦਾ ਬਿਲਕੁਲ ਜੇ ਅਸੀਂ ਸਾਰੇ ਆਵਾਜ਼ ਚੁੱਕਾਂਗੇ ਇਹਦੇ ਖਿਲਾਫ ਹਾਂਜੀ ਗੁਰੂ ਨਾਨਕ ਸਾਹਿਬ ਨੇ ਤਾਂ ਉਦੋਂ ਹੀ ਦੇਖੋ ਅੱਜ ਤੋਂ 500 ਸਾਲ ਪਹਿਲਾਂ ਇਹੋ ਆਵਾਜ਼ ਔਰਤਾਂ ਦੇ ਲਈ ਉਠਾਈ ਸੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਹਿ ਜਾਣ ਪਰ ਅਫਸੋਸ ਦੀ ਗੱਲ ਅਸੀਂ ਪੰਜਾਬੀ ਤਾਂ ਕੁੜੀਆਂ ਮਾਰਨ ਦੇ ਵਿਚ ਪਿਛਲੇ ਟਾਈਮ ਚ ਇਕ ਨੰਬਰ ਆ ਗਏ
ਸਾਡੀਆਂ ਗਲਤ ਆਦਤਾਂ ਜਿਹੜੀਆਂ ਅਸੀਂ ਸਾਰਿਆਂ ਦਾ ਗੁਰੂਆਂ ਦਾ ਪੰਜਾਬ ਜਾਣਿਆ ਜਾਂਦਾ, ਗੁਰੂਆਂ ਦਾ ਜਿਹੜਾ ਆ ਸੰਦੇਸ਼ ਜਿਹੜਾ ਆ ਹਰ ਪੰਜਾਬੀ ਦੇ ਮਨ ਵਿਚ ਤੇ ਦਿਮਾਗ ਵਿਚ ਆ, ਪਰ ਅਸੀਂ ਗੁਰੂਆਂ ਦੇ ਬਹੁਤੀਆਂ ਗੱਲਾਂ ਜਿਹੜੀਆਂ ਆ ਉਹਨੂੰ ਪ੍ਰੈਕਟਿਸ ਦੇ ਵਿਚ ਤਾਂ ਅਪਣਾਇਆ ਹੀ ਨਹੀਂ ਹੈਗਾ। ਤੁਹਾਡੇ ਵਰਗੇ ਮਨਜੀਤ ਸਿੰਘ ਜੀ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਗੱਲ ਕਰਕੇ, ਤੇ ਆਪਾਂ ਫੇਰ ਵੀ ਆਪਾਂ ਤੁਸੀਂ ਗੱਲਬਾਤ ਕਰਦੇ ਰਿਹਾ ਕਰੋ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ ਜੀ, ਥੈਂਕ ਯੂ। ਹਾਂਜੀ, ਇਹ ਸੀਗੇ ਮੇਰੇ ਸਤਿਕਾਰਯੋਗ ਵੀਰ ਸਾਹਿਬ ਮਨਜੀਤ ਸਿੰਘ ਜੀ, ਜਿਹੜੇ ਪਹਿਲੀ ਵਾਰੀ ਉਹਨਾਂ ਨੇ ਫੋਨ ਕੀਤਾ ਹੈਗਾ। ਤੇ ਅਸੀਂ ਚਾਹੁੰਦੇ ਹਾਂ ਸਾਡੇ ਸਾਰੇ ਸੁਲਝੇ ਮੇਰੇ ਵੀਰ ਆ ਭੈਣਾਂ ਆ ਉਹ ਆਪਣਾ ਤਜਰਬਾ ਜ਼ਰੂਰ ਸ਼ੇਅਰ ਕਰੋ, ਤੁਹਾਡੇ ਤਜਰਬੇ ਨਾਲ ਹੋਰ ਵੀ ਹੱਲਾਸ਼ੇਰੀ ਮਿਲਦੀ ਹੈ। ਦੇਖੋ ਬਈ ਮਨਜੀਤ ਸਿੰਘ ਨੇ ਕਿੰਨਾ ਵੱਡਾ ਸਟੈਂਡ ਲਿਆ ਉਸ ਵੇਲੇ ਜਦੋਂ ਬੱਚੀ ਨੇ ਜਨਮ ਲਿਆ, ਕਿੰਨਾ ਖੁਸ਼ ਸੀਗਾ। ਤੇ ਆਪਣੇ ਪਰਿਵਾਰ ਦੇ ਵਿੱਚੋਂ ਹੀ ਕੋਈ ਤੁਹਾਨੂੰ ਐਪਰੀਸ਼ੀਏਸ਼ਨ ਉਹਦੀ ਸੈਲੀਬ੍ਰੇਸ਼ਨ ਕਰਨ ਦੇ ਵਿੱਚ ਸ਼ਰੀਕ ਨਾ ਹੋਣ ਖੁਸ਼ੀਆਂ ਦੇ ਮੌਕੇ ਤੇ, ਤਾਂ ਬੰਦੇ ਦੇ ਕੀ ਮਨ ਚ ਆ ਸਮਾਂ ਤੇ ਨਿਰਾਸ਼ਾ ਦਾ ਵਾਤਾਵਰਨ ਪੈਦਾ ਹੋ ਜਾਵੇ ਤਾਂ ਕਿਸ ਤਰ੍ਹਾਂ, ਕਿੰਨੀਆਂ ਹੀ ਏਦਾਂ ਕੁੜੀਆਂ ਹੋਣਗੀਆਂ ਵਿਚਾਰੀਆਂ ਨੂੰ ਉਹਨਾਂ ਨੂੰ ਜਦੋਂ ਜਨਮ ਲਿਆ ਤਾਂ ਕੋਈ ਬਹੁਤੇ ਸਮਾਜ ਨੇ ਉਹਨਾਂ ਨੂੰ ਜਿਹੜਾ ਆ ਉਹ ਵੈਲਕਮ ਨਹੀਂ ਕੀਆ ਹੈਗਾ। ਤਾਂ ਅਸੀਂ ਕਿਉਂ, ਕੁੜੀਆਂ ਵੀ ਉਦਾਂ ਹੈਗੀਆਂ, ਮਰਦ ਬੰਦੇ ਵੀ ਉਦਾਂ ਹੀ ਆ, ਅਸੀਂ ਸਾਰਾ ਕੋਈ ਵੀ ਜੋ ਇਸ ਧਰਤੀ ਤੇ ਜੀਵ ਆਉਂਦਾ ਹੈਗਾ, ਭਾਵੇਂ ਕੁੜੀ ਹੋਵੇ ਜਾਂ ਮੁੰਡਾ ਹੋਵੇ, ਉਹਨੂੰ ਸਾਨੂੰ ਵੈਲਕਮ, ਉਹਦੇ ਵੈਲਕਮ ਪਾਰਟੀ ਹਮੇਸ਼ਾ ਵੈਲਕਮ ਹੋਣਾ ਚਾਹੀਦਾ ਆ। ਜਿਹੜਾ ਇੱਕ ਸਮਾਜ, ਇਸ ਸਮਾਜ ਦੇ ਵਿੱਚ ਜੇ ਇੱਕ ਮੂੰਹ ਲੈ ਕੇ ਆਇਆ ਹੈਗਾ ਤੇ ਉਹ ਦੋ ਹੱਥ ਵੀ ਲੈ ਕੇ ਆਇਆ, ਜਿਹਨੇ ਮਿਹਨਤ ਕਰਕੇ ਇਸ ਦੁਨੀਆਂ ਦੇ ਵਿੱਚ ਇਸ ਦੀ ਇਕੋਨਮੀ ਦੇ ਵਿੱਚ ਪ੍ਰੋਡਕਟਿਵਤਾ ਵਿੱਚ ਹਿੱਸਾ ਪਾ ਦੇਣਾ, ਉਹਦੇ ਉਹ ਦਿਮਾਗ ਵੀ ਇੱਦਾਂ ਦਾ ਲੈ ਕੇ ਆਇਆ, ਉਹ ਸ਼ਾਰਪ ਇੱਦਾਂ ਦਾ ਦਿਮਾਗ, ਪਤਾ ਨਹੀਂ ਕਿਹੜੀ ਬੱਚੀ ਨੇ ਹੋਰ ਕਲਪਨਾ, ਸਾਡਾ ਇੱਕ ਹੋਰ ਤਾਰਾ ਬਣ ਜਾਣਾ ਆ, ਉਹ ਤਾਰਿਆਂ ਵਾਂਗੂ ਚਮਕਦੀ ਰਹੇਗੀ ਹਮੇਸ਼ਾ। ਜਿੱਦਾਂ ਆਹ ਕਲਪਨਾ, ਅੱਜ ਕਲਪਨਾ ਚਾਵਲਾ ਚਮਕਦੀ ਆ, ਇੱਕ ਤਾਰਾ ਹਮੇਸ਼ਾ ਹੀ ਉਹ ਤਾਰਾ ਚਮਕਦਾ ਹੈਗਾ, ਤੇ ਉਹਨੂੰ ਜਿਹੜਾ ਹੈਗਾ ਆਉਣ ਵਾਲੇ ਸਮੇਂ ਵਿੱਚ ਸਾਡੀ ਸਮੁੱਚੀ ਵਰਲਡ ਕਮਿਊਨਿਟੀ ਲਈ ਰਾਹ ਦਰਸਾਵਾ ਬਣ ਗਈ ਹੈਗੀ ਆ, ਤੇ ਆਉਣ ਵਾਲੇ ਸਮੇਂ ਵਿੱਚ ਹੋਰ ਔਰਤਾਂ ਇਸ ਚੈਲੇਂਜ ਨੂੰ ਦੁਨੀਆਂ ਦੇ ਵਿੱਚ ਜਿਹੜੀਆਂ ਪਿਛਾਂ ਖਿੱਚੂ ਤਾਕਤਾਂ ਹੈਗੀਆਂ ਹੋਰ ਆ, ਉਹ ਇੱਕ ਰਾਹ ਰੁਸ਼ਨਾਉਣ ਵਾਸਤੇ ਆਉਣ ਵਾਲੇ ਸਮੇਂ 'ਚ ਜਿੱਦਾਂ ਮਨਜੀਤ ਹੁਣੀ ਦੱਸ ਕੇ ਗਏ ਆ ਵੀ ਹਾਂ ਸਾਨੂੰ ਔਰਤਾਂ ਨੂੰ ਸਟੈਂਡ ਅੱਜ ਹੋਰ ਜ਼ਿਆਦਾ ਲੈਣ ਦੀ ਲੋੜ ਆ, ਹੋਰ ਜ਼ਿਆਦਾ ਹਾਂ ਮਰਦਾਂ ਨੂੰ ਵੀ ਲੈਣ ਦੀ ਲੋੜ ਆ, ਮਰਦਾਂ ਦੇ ਸਹਿਯੋਗ ਤੋਂ ਬਗੈਰ ਇਹੋ ਗੱਲ ਨਹੀਂ ਚੱਲਣੀ, ਚੰਗੇ ਬੰਦੇ ਅੱਗੇ ਆਉਣ। ਬਾਬਾ ਨਾਨਕ ਦੇ ਜਿਹੜੇ ਪੈਰੋਕਾਰ ਆ ਉਹਨਾਂ ਨੂੰ ਹੋਰ ਉੱਚੇ ਅੱਗੇ ਆਉਣ ਦੀ ਲੋੜ ਆ, ਅੱਗੇ ਉੱਠਣ ਦੀ ਲੋੜ ਹੈਗੀ ਆ, ਤੇ ਤਾਂ ਹੀ ਅਸੀਂ ਕੁਛ ਕਰ ਸਕਦੇ ਹੈਗੇ ਆ। ਤੇ ਚਲੋ ਆਪਾਂ ਦੇਖਾਂਗੇ ਵੀ ਆਉਣ ਵਾਲੇ ਸਮੇਂ ਵਿੱਚ ਸਾਡਾ ਕਿੱਦਾਂ ਅੱਜ ਸਾਡੀ ਡਿਊਟੀ ਬਣਦੀ ਆ ਉਹਨਾਂ ਸਮਾਜਿਕ ਸੰਸਥਾਵਾਂ ਦੀ, ਜਿਹੜੀਆਂ ਕਿ ਜਿਹਨਾਂ ਕਿ ਬਹੁਤ ਅਹਿਮ ਪਾਰਟ ਅਦਾ ਕਰਨਾ ਹੈਗਾ ਸਮਾਜ ਨੂੰ, ਜਿਹੜਾ ਜਿਹੜੇ ਚੰਗੇ ਬੰਦੇ ਹੈਗੇ ਆ ਉਹਨਾਂ ਨਾਲ ਰਲ ਕੇ ਉਹਨਾਂ ਨੂੰ ਆਪਣੇ ਨਾਲ ਲਾ ਕੇ ਇੱਦਾਂ ਦੀਆਂ ਸਮਾਜ ਵਿਰੋਧੀ ਜਿਹੜੀਆਂ ਸਾਡੀਆਂ ਧਾਰਨਾਵਾਂ ਚੱਲ ਰਹੀਆਂ ਹੈਗੀਆਂ, ਸਾਡੇ ਵਿਕਾਸ ਦੇ ਵਿੱਚ ਰੁਕਾਵਟ ਹੈਗੀ ਆ, ਸਾਡੇ ਆਉਣ ਵਾਲੀ ਕਮਿਊਨਿਟੀ ਨਹੀਂ ਤਰੱਕੀ ਕਰ ਸਕਣੀ, ਉਹਦੇ ਲਈ ਅਸੀਂ ਉਸਾਰੂ ਰੋਲ ਅਦਾ ਕਰੀਏ। ਇਹੋ ਸਾਰੀਆਂ ਗੱਲਾਂ ਬਾਤਾਂ ਆਪਾਂ ਹੁਣੇ ਹੀ ਕਰਾਂਗੇ। ਹੁਣ ਸਾਡੇ ਨਾਲ ਲਾਈਨ ਤੇ ਆ ਚੁੱਕੇ ਮੇਰੇ ਸਤਿਕਾਰਯੋਗ ਵੀਰ ਸਾਧ ਸੁਖਦੇਵ ਸਿੰਘ ਬਾਂਸਲ। ਸਾਧ ਸੁਖਦੇਵ ਸਿੰਘ ਬਾਂਸਲ ਵੀ ਸਾਡੇ ਬਹੁਤ ਸੁਲਝੇ ਇਨਸਾਨ ਹੈ ਕਮਿਊਨਿਟੀ ਦੇ, ਤੇ ਕਾਫੀ ਉਹ ਲਿਖਦੇ ਵੀ ਰਹਿੰਦੇ ਆ, ਪੜ੍ਹਦੇ ਵੀ ਰਹਿੰਦੇ ਆ, ਟੀਵੀ ਰੇਡੀਓ ਤੇ ਵੀ ਸਾਡੇ ਨਾਲ ਗੱਲਾਂ ਕਰਦੇ ਰਹਿੰਦੇ ਆ। ਚਲੋ ਆਪਾਂ ਅੱਜ ਦੇ ਵਿਸ਼ੇ ਬਾਰੇ ਵੀ ਉਹਨਾਂ ਕੋਲ ਵਿਚਾਰ ਜਾਣਦੇ ਆ, ਉਹ ਸਾਡੇ ਸਰੋਤਿਆਂ ਨੇ ਕੀ ਸ਼ੇਅਰ ਕਰਨਾ ਚਾਹੁੰਦੇ ਹੈਗੇ ਆ, ਕੀ ਮੈਸੇਜ ਦੇਣਾ ਚਾਹੁੰਦੇ ਆ ਲੋਹੜੀ ਦੇ ਤਿਉਹਾਰ ਤੇ। ਸਾਧ ਸੁਖਦੇਵ ਸਿੰਘ ਬਾਂਸਲ ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ, ਬਹੁਤ ਧੰਨਵਾਦ ਜੀ ਜੀ ਆਇਆਂ ਨੂੰ। ਸੀਤਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੀਤਲ ਸਾਹਿਬ, ਜਿਹੜਾ ਸਾਡਾ ਲੋਹੜੀ ਦਾ ਤਿਉਹਾਰ ਹੈਗਾ ਨਾ, ਇਹ ਸਾਡੀਆਂ ਬੜੀਆਂ ਨੈਤਿਕ ਕਦਰਾਂ ਕੀਮਤਾਂ ਦੇ ਉੱਤੇ ਅਟਕਿਆ ਹੋਇਆ ਜੀ। ਤੁਸੀਂ ਜਿਸ ਤਰ੍ਹਾਂ ਸ਼ੁਰੂ ਦੇ ਵਿੱਚ ਦੱਸਿਆ ਸੀ ਕਿ ਦੁੱਲਾ ਭੱਟੀ ਨੇ ਕੋਈ ਚੰਗਾ ਕੰਮ ਕੀਤਾ ਤੇ ਉਹਦੇ ਲਈ ਅੱਜ ਪਿੰਡਾਂ ਪਿੰਡਾਂ ਦੇ ਵਿੱਚ ਜਿਹੜੇ ਕੁੜੀਆਂ ਮੁੰਡੇ ਹੈਗੇ ਆ ਉਹ ਗਾਣਾ ਗਾਉਂਦੇ ਨੇ, ਧੂਣੀਆਂ ਤੱਕਦੀਆਂ ਨੇ, ਉੱਥੇ ਗੀਤ ਗਾਏ ਜਾਂਦੇ ਨੇ। ਇਹ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਹੈਗੀਆਂ ਇਹ ਬੜੀਆਂ ਇੰਪੋਰਟੈਂਟ ਹੋਇਆ ਕਰਦੀਆਂ ਨੇ। ਅਸੀਂ ਇੰਡੀਆ ਦਾ ਸਮਾਜ ਦੇਖਦੇ ਹਾਂ ਜਾਂ ਯੂਰਪ ਦਾ ਸਮਾਜ ਦੇਖਦੇ ਹੈਗੇ ਹਾਂ, ਅੱਜ ਕੱਲ ਨੈਤਿਕ ਕਦਰਾਂ ਕੀਮਤਾਂ ਨਾਲੋਂ ਜਿਹੜਾ ਹੈਗਾ ਪੈਸਾ ਉਹ ਜ਼ਿਆਦਾ ਪ੍ਰਧਾਨਗੀ ਬਣਦਾ ਜਾ ਰਿਹਾ ਜੀ, ਤੇ ਉਹ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਜੀ ਉਹ ਹਰ ਸੱਭਿਆਚਾਰ ਦੇ ਅੰਦਰ ਬੜੀਆਂ ਡਾਊਨ ਜਾ ਰਹੀਆਂ ਨੇ।
ਪਰ ਸਾਨੂੰ ਇੱਕ ਖਿਆਲ ਰੱਖਣਾ ਚਾਹੀਦਾ ਜੀ ਕਿ ਜੇਕਰ ਨੈਤਿਕ ਕਵਨਾ ਕੀਮਤਾਂ ਅਸੀਂ ਆਪਣੇ ਜੀਵਨ ਚੋਂ ਖਾਰਜ ਕਰ ਦਿੱਤੀਆਂ ਤਾਂ ਬੇਸ਼ੱਕ ਅਸੀਂ ਕਿੱਡੇ ਵੀ ਵੱਡੇ ਅਮੀਰ ਬਣ ਜਾਈਏ, ਅਸੀਂ ਸਿਰਫ ਭੋਗੀ ਹੋ ਸਕਦੇ ਹਾਂ ਕਿ ਸੰਸਾਰ ਦੀਆਂ ਚੀਜ਼ਾਂ ਨੂੰ ਅਸੀਂ ਵੱਧ ਤੋਂ ਵੱਧ ਭੋਗ ਲਾਂਗੇ ਪਰ ਉਹਦੇ ਵਿਚ ਆਨੰਦ ਨਹੀਂ ਆਉਂਦਾ। ਪਰ ਸਾਡੇ ਬੰਸ ਸਾਹਿਬ ਸਾਡੇ ਅਫਸੋਸ ਨਾਲ ਮੈਨੂੰ ਕਹਿਣਾ ਪੈ ਰਿਹਾ, ਮੈਂ ਕੁਛ ਦੇਖ ਰਿਹਾ ਸੀਗਾ ਥੋੜੇ ਤੇ ਦੋ ਤਿੰਨ ਘੰਟੇ ਪਹਿਲਾਂ ਪ੍ਰੋਗਰਾਮ ਦੇ ਵਿਚ, ਇਹਦੇ ਵਿਚ ਹਰ ਇੱਕ ਤਿਉਹਾਰ ਨੂੰ ਵੀ ਫਿਰਕੂ ਰੰਗ ਦਿੱਤਾ ਜਾ ਰਿਹਾ ਹੈਗਾ। ਪਾਕਿਸਤਾਨ ਵਸਦੇ ਪੰਜਾਬ ਜਿਹੜਾ ਹੈਗਾ ਉੱਥੇ ਪੰਜਾਬੀ ਮਨਾਉਂਦੇ ਹੈਗੇ ਆ, ਪਰ ਉੱਥੇ ਵੀ ਇਹੋ ਪ੍ਰਚਾਰ ਕੀਤਾ ਜਾ ਰਿਹਾ ਹੈਗਾ ਵੀ ਇਹੋ ਹਿੰਦੂਆਂ ਦਾ ਤਿਉਹਾਰ ਆ, ਜਿਹਦੇ ਵਿਚ ਸਾਡੇ ਮੁਸਲਿਮ ਭਾਈਚਾਰੇ ਵਿਚ ਜਿਹੜਾ ਉਹਨੂੰ ਜਿੱਦਾਂ ਸੈਲੀਬ੍ਰੇਸ਼ਨ ਜਿਹੜੀ ਆ ਦੁੱਲਾ ਭੱਟੀ ਵਾਲੀ ਜਾਂ ਹੋਰ ਆ ਉਹ ਘਟਦੀ ਜਾ ਰਹੀ ਆ। ਇੱਦਾਂ ਹਰ ਤਿਉਹਾਰ ਨੂੰ ਇੱਕ ਫਿਰਕੂ ਰੰਗ ਦਿੱਤਾ ਜਾਂਦਾ ਆ, ਜਿਹੜੀਆਂ ਉਹਦੀਆਂ ਕਦਰਾਂ ਕੀਮਤਾਂ ਨੂੰ ਉਹਨੂੰ ਇੱਕ ਪਾਸੇ ਕਰਕੇ ਵੀ ਹਾਂ ਇਹ ਸਾਡਾ ਤਿਉਹਾਰ ਨਹੀਂ, ਜਦਕਿ ਖੁਸ਼ੀਆਂ ਦੇ ਤਿਉਹਾਰ ਆ, ਇਹ ਇਹਨਾਂ ਵਿਚੋਂ ਕੁਛ ਸਿੱਖਣ ਦੀ ਗੱਲ ਆ, ਇਹਦੇ ਕੁਛ ਨੈਤਿਕਤਾ ਦੀ ਗੱਲ ਹੈਗੀ ਆ, ਤੇ ਸਾਡੇ ਹਰ ਇੱਕ ਜਿਹੜਾ ਸਮਾਜ ਨੂੰ ਅੱਗੇ ਤੋਰਨ ਵਾਲੀਆਂ ਗੱਲਾਂ ਇਹਨੂੰ ਕਿੱਦਾਂ ਅਸੀਂ ਦੂਰ ਕਰਾਂਗੇ ਜੇ ਸਾਡਾ ਅੱਜ ਦੇ ਯੁੱਗ ਦੇ ਵਿਚ ਵੀ ਅਸੀਂ ਪਿੱਛੇ ਆ ਸੋਚਣ। ਤੁਸੀਂ ਬੜੀ ਪਾਤੇ ਦੀ ਗੱਲ ਕੀਤੀ ਜੀ ਕਿ ਅੱਜ ਕੱਲ ਹਰ ਇੱਕ ਜਿਹੜੀ ਹੈਗੀ ਆ ਤਿਉਹਾਰ ਨੂੰ ਫਿਰਕੂ ਰੰਗ ਦਿੱਤਾ ਜਾ ਰਿਹਾ ਜੀ। ਅਸੀਂ ਜਿਸ ਸਮੇਂ ਦੇ ਦੌਰ ਚੋ ਗੁਜ਼ਰ ਰਹੇ ਜੀ ਉਹਦੇ ਵਿਚ ਹੋਇਆ ਇੰਜ ਜੇ ਕਿ ਜਿਹੜਾ ਧਰਮ ਹੈਗਾ ਉਹ ਬੜੀ ਫਿਰਕਾ ਪ੍ਰਸਤੀ ਵਾਲੀ ਜਿਹੜੀ ਚੀਜ਼ ਹੈਗਾ ਉਹ ਬਣਾ ਦਿੱਤਾ ਗਿਆ। ਕਦੇ ਧਰਮ ਜਿਹੜਾ ਸੀਗਾ ਉਹ ਮਨੁੱਖ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਇਆ ਕਰਦਾ, ਉਹਨੂੰ ਸੱਚਾ ਮਾਰਗ ਦਰਸਾਇਆ ਕਰਦਾ ਸੀ, ਪਰ ਉਸ ਤੋਂ ਗੱਲ ਜਿਹੜੀ ਹਟ ਕੇ ਹੁਣ ਵੋਟ ਬੈਂਕ ਦੇ ਉੱਤੇ ਆ ਗਈ ਜੀ, ਤੇ ਲੋਕ ਜਿਹੜੇ ਹੈਗੇ ਆ ਧਰਮ ਦਾ ਸ਼ੋਸ਼ਣ ਆਪਣੀ ਵੋਟ ਬੈਂਕ ਆਪਣੇ ਵੱਖਵਾਦ ਆਪਣੀ ਕੁਰਸੀ ਆਪਣੀ ਚੌਧਰ ਤੇ ਆਪਣੀ ਸਿਆਸਤ ਲਈ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਜੀ। ਉਹਦਾ ਨਤੀਜਾ ਇਹ ਨਿਕਲਿਆ ਜੀ ਚਾਹੇ ਪਾਕਿਸਤਾਨ ਹੋਵੇ ਜਾਂ ਇੰਡੀਆ ਹੋਵੇ ਜਿਹੜੇ ਤਿਉਹਾਰ ਹੈਗੇ ਆ ਉਹ ਵੀ ਵੰਡੇ ਗਏ ਨੇ, ਬਣ ਦਿੱਤੇ ਨੇ ਰਾਜਨੀਤਿਕ ਲੋਕਾਂ ਨੇ, ਉਹਨਾਂ ਨੇ ਖੁਦ ਤਾਂ ਨੈਤਿਕਤਾ ਰੱਖੀ ਨਹੀਂ ਕਿ ਪਾਕਿਸਤਾਨ ਦੀ ਜਦੋਂ ਅਸੀਂ ਹੁਣ ਖਬਰਾਂ ਸੁਣਦੇ ਜੇ ਉਹਦੇ ਚ ਕਿੰਨੇ ਕੁ ਲੀਡਰ ਰਹਿ ਗਏ ਨੇ ਜਿਨ੍ਹਾਂ ਨੇ ਨੈਤਿਕਤਾ ਨਿਭਾਈ ਆ, ਸਭ ਨੇ ਠੱਗੀ ਠੋਰੀ ਕੀਤੀ ਜੇ, ਤੇ ਹਿੰਦੁਸਤਾਨ ਦੇ ਵਿਚ ਵੀ ਕੋਈ ਘੱਟ ਨੀ, ਸ਼ਾਇਦ ਉਦੋਂ ਥੋੜਾ ਜਿਹਾ ਪਾਕਿਸਤਾਨ ਨਾਲੋਂ ਘੱਟ ਹੋਏਗਾ, ਪਰ ਉੱਥੇ ਦੇ ਵੀ ਰਾਜਨੀਤਿਕ ਲੋਕ ਜਿਹੜੇ ਹੈਗੇ ਆ ਜਿਹੜਾ ਅਸੀਂ ਅਕਾਲੀ ਦਲ ਹੀ ਕਹਿ ਲੈਂਦੇ ਹਾਂ ਉਹਦੇ ਅੰਦਰ ਵੀ ਬੜੀਆਂ ਖਾਮੀਆਂ ਨਜ਼ਰ ਆਉਂਦੀਆਂ ਨੇ ਕਿ ਉਹਨਾਂ ਨੇ ਕੁਰਸੀ ਦੇ ਲਈ ਸਭ ਕੁਛ ਕੀਤਾ ਜੀ, ਕੁਰਸੀ ਦੇ ਲਈ ਆਪਣੀਆਂ ਵੋਟਾਂ ਬਤੋਰਨ ਲਈ ਧਰਮ ਦੀਆਂ ਕਦਰਾਂ ਕੀਮਤਾਂ ਨੂੰ ਉਹਨਾਂ ਨੇ ਪੈਰਾਂ ਹੇਠ ਰੋੜਿਆ ਜੇ, ਹਰ ਪਾਸੇ ਇਹੀ ਹੋ ਰਿਹਾ ਜੇ। ਸਮੇਂ ਦਾ ਕੁਛ ਦੌਰ ਐਸਾ ਜੇ, ਤੁਸੀਂ ਗੱਲ ਬਿਲਕੁਲ ਦਰੁਸਤ ਕੀਤੀ ਜੇ ਕਿ ਐਸਾ ਹੋ ਰਿਹਾ ਜੇ, ਬਿਲਕੁਲ ਹੋ ਰਿਹਾ ਜੇ, ਐਸਾ ਹੋ ਰਿਹਾ ਜੇ, ਕਿਉਂਕਿ ਅਸੀਂ ਮਨੁੱਖਤਾ ਜਿਹੜੀ ਸਭਤਾ ਦੇ ਐਸੇ ਦੌਰ ਚੋਂ ਗੁਜ਼ਰ ਰਹੀ ਜੇ ਜਿੱਥੇ ਮਜ਼ਹਬ ਦੇ ਅਰਥ ਜਿਹੜੇ ਹੈਗੇ ਆ ਉਹ ਨੈਤਿਕਤਾ ਸਿੱਖਣਾ ਨਹੀਂ ਰਹਿ ਗਿਆ, ਉਹ ਸਿਰਫ ਆਪਣੀ ਚੌਧਰ ਆਪਣੀ ਕੁਰਸੀ ਬਚਾਉਣ ਆਪਣਾ ਵੋਟ ਬੈਂਕ ਖੜਾ ਕਰਨ ਸਗੋਂ ਵੱਖਵਾਦ ਖੜਾ ਕਰਨ ਦਾ ਇੱਕ ਸਾਧਨ ਤੇ ਵਸੀਲਾ ਬਣ ਗਿਆ ਜੀ ਕਿ ਜੇਕਰ ਅਸੀਂ ਆ ਪੰਥ ਦੀ ਵੋਟ ਵੱਖਰੀ ਕਰ ਦੇਵੇ ਤਾਂ ਫਿਰ ਅਸੀਂ ਪੰਥਕ ਕਮੇਟੀਆਂ ਤੇ ਵੋਟਾਂ ਸਾਨੂੰ ਪੈਣਗੀਆਂ, ਔਰ ਇਹੀ ਉਹ ਹਰ ਇੱਕ ਖਾਸ ਕਰਕੇ ਏਸ਼ੀਆ ਦੇ ਵਿਚ ਤਾਂ ਜ਼ਿਆਦਾ ਹੋ ਰਿਹਾ ਜੀ। ਯੂਰਪ ਅਜੇ ਇਹੋ ਜਿਹੇ ਕੋਹੜ ਤੋਂ ਥੋੜਾ ਜਿਹਾ ਬਚਿਆ ਹੋਇਆ ਜੀ ਕਿਉਂਕਿ ਇਨ੍ਹਾਂ ਨੇ ਐਜੂਕੇਸ਼ਨ ਦੇ ਜ਼ੋਰ ਦੇ ਨਾਲ ਮਨੁੱਖਤਾ ਨੂੰ ਜਿਹੜਾ ਪੁਰਾਣੀਆਂ ਗੱਲਾਂ ਸੀਗੀਆਂ ਉਹਦੇ ਵਿਚੋਂ ਕੱਢ ਕੇ ਥੋੜਾ ਜਿਹਾ ਐਜੂਕੇਟ ਕਰ ਦਿੱਤਾ ਜੀ। ਪਰ ਜਿੱਥੇ ਏਸ਼ੀਅਨ ਭਾਈਚਾਰਾ ਅਸੀਂ ਏਸ਼ੀਆ ਤੋਂ ਆਏ ਆ ਤੇ ਆਪਣੇ ਉਹ ਜਿਹੜੇ ਆ ਥਿੰਕਿੰਗ ਵੀ ਇੱਥੇ ਵੀ ਉਹ ਨਾਲ ਲੈ ਆਏ ਆ ਤੇ ਅਸੀਂ ਇੱਥੇ ਯੂਰਪ ਦੀ ਜਿਹੜੀ ਸਭਤਾ ਆ ਇਹਨਾਂ ਦੇ ਨਾਲ ਜਿਹੜੀ ਐਜੂਕੇਸ਼ਨ ਆ ਹਲੇ ਵੀ ਅਸੀਂ ਆਪਣੇ ਹਾਂ ਅਸੀਂ ਐਜੂਕੇਸ਼ਨ ਤਾਂ ਲੈਂਦੇ ਆ ਪਰ ਅਸੀਂ ਆਪਣੇ ਪੁਰਾਣਾ ਸਿਸਟਮ ਨੂੰ ਛੱਡਣ ਨੂੰ ਤਿਆਰ ਹੀ ਨਹੀਂ ਹੈਗੇ, ਆਪਣੇ ਕਲਚਰ ਨੂੰ ਛੱਡਣ ਜਿਹੜੇ ਆ ਮਾੜੀਆਂ ਗੱਲਾਂ ਆ ਉਹਨੂੰ ਛੱਡ ਦਈਏ, ਵਧੀਆਂ ਨੂੰ ਅਪਣਾ ਲਈਏ ਤੇ ਅਸੀਂ ਇੱਕ ਦੂਜੇ ਦੇ ਨਾਲ ਸਹਿਯੋਗੀ ਬਣੀਏ, ਭਾਈਵਾਲ ਬਣੀਏ, ਸਮਾਜ ਦੀ ਉਤਪਾਦਕਤਾ ਨੂੰ ਵਧਾਉਣ ਲਈ, ਸਮਾਜ ਦੇ ਅਮੀਰ ਕਲਚਰ ਨੂੰ ਹੋਰ ਵਧਾਉਣ ਦੇ ਲਈ ਅਸੀਂ ਇਹ ਕਿਉਂ ਅਸੀਂ ਸਾਡਾ ਤੁਹਾਡੀ ਇਹ ਵੀ ਗੱਲ ਬਿਲਕੁਲ ਦਰੁਸਤ ਜੇ ਕਿ ਅਸੀਂ ਜਿਹੜੀਆਂ ਸਾਡੀਆਂ ਬਿਮਾਰੀਆਂ ਜੇ ਉਹਨੇ ਵੀ ਨਾਲ ਲੈ ਆਏ ਜੇ, ਪਰ ਇੱਕ ਗੱਲ ਹੋਰ ਮੰਨਣੀ ਪਏਗੀ ਕਿ ਇਹ ਬਿਮਾਰੀਆਂ ਸਾਡੇ ਵਿਚੋਂ ਆਸਤੇ ਆਸਤੇ ਦੂਰ ਵੀ ਹੋ ਰਹੀਆਂ ਨੇ, ਸਾਡਾ ਜਿਹੜਾ ਸਮਾਜ ਹੈਗਾ ਉਹ ਬਦਲ ਰਿਹਾ ਜੀ, ਬੜੀ ਵੱਡੀ ਤਬਦੀਲੀ ਆ ਰਹੀ ਜੀ ਸਾਡੇ ਸਮਾਜ ਦੇ ਉੱਤੇ, ਤੇ ਅਸੀਂ ਉਹ ਨਹੀਂ ਰਹੇ ਜਿਹੜੇ ਹਿੰਦੁਸਤਾਨ ਤੋਂ ਜਦੋਂ ਆਏ ਸੀ ਉਹੋ ਜਿਹੇ ਨਹੀਂ ਅਸੀਂ ਰਹੇ, ਸਾਡੇ ਅੰਦਰ ਇੱਥੋਂ ਦੇ ਸਮਾਜ ਨੇ ਬੜੀਆਂ ਤਬਦੀਲੀਆਂ ਲੈ ਆਉਂਦੀਆਂ ਨੇ, ਬੜੀ ਜਾਗਰਤੀ ਲੈ ਆਉਂਦੀ ਜੇ, ਕਿਉਂਕਿ ਅਸੀਂ ਸਾਰੇ ਸੰਸਾਰ ਨੂੰ ਦੇਖ ਲਿਆ ਜੇ,
ਉਹ ਦੇਖਣ ਤੋਂ ਬਾਅਦ ਬਾਹਰ ਘੁੰਮਣ ਤੋਂ ਬਾਅਦ ਜਿਹੜੀ ਸਾਡੀ ਪੰਜਾਬ ਦੀ ਸਭਿਅਤਾ ਹੈਗੀ ਆ ਉਹ ਵੀ ਵਿਦੇਸ਼ੀ ਸਭਿਅਤਾ ਤੋਂ ਪ੍ਰਭਾਵਿਤ ਹੋ ਰਹੀ ਏ ਉਹਦਾ ਕਾਰਨ ਇੱਕੋ ਹੀ ਜੇ ਕਿ ਅਸੀਂ ਪ੍ਰਭਾਵਿਤ ਹੋ ਰਹੇ ਜੇ ਇਹ ਵੀ ਤੇਰੀ ਗੱਲ ਸੱਚ ਹੈਗੀ ਆ ਕਿ ਅਸੀਂ ਘੱਟ ਹਜੇ ਅਪਣਾਈਆਂ ਨੇ ਚੰਗੀਆਂ ਕਦਰਾਂ ਕੀਮਤਾਂ ਤੇ ਅਸੀਂ ਮਾੜੀਆਂ ਨਾਲ ਹਜੇ ਵੀ ਜੁੜੇ ਹੋਏ ਆ ਪਰ ਅਸੀਂ ਬਹੁਤੀ ਦੇਰ ਜੁੜੇ ਰਹਿ ਨਹੀਂ ਸਕਦੇ ਹੁਣ ਤੁਹਾਡੇ ਵਰਗੇ ਲੋਕ ਪ੍ਰੋਗਰਾਮ ਲੈ ਕੇ ਆਉਂਦੇ ਨੇ ਮੁੱਦੇ ਲੈ ਕੇ ਆਉਂਦੇ ਨੇ ਉਹਦੇ ਤੇ ਵਿਚਾਰਾਂ ਹੁੰਦੀਆਂ ਨੇ ਲੋਕ ਆਪਣੇ ਖਿਆਲ ਪੇਸ਼ ਕਰਦੇ ਨੇ ਤੇ ਲੋਕ ਸੁਣਦੇ ਨੇ ਤੇ ਬਹੁਤ ਸਾਰੇ ਲੋਕ ਸਲਾਹੁੰਦੇ ਵੀ ਨੇ ਕਿ ਹਾਂ ਕਿ ਬਈ ਚੰਗੀ ਗੱਲ ਕੀਤੀ ਗਈ ਆ ਔਰ ਇਹ ਜਿਹੜੀਆਂ ਕੋਸ਼ਿਸ਼ਾਂ ਹੈਗੀਆਂ ਇਹ ਸਮਾਜ ਨੂੰ ਤਬਦੀਲ ਕਰਦੀਆਂ ਨੇ ਔਰ ਇਹ ਤਬਦੀਲੀ ਆਉਂਦੀ ਬੜੀ ਆਸਤੇ ਆਸਤੇ ਹੈ ਪਰ ਤਬਦੀਲੀ ਜ਼ਰੂਰ ਆ ਰਹੀ ਹੈ ਪਰ ਮੈਨੂੰ ਤਾਂ ਕਈ ਵਾਰੀ ਬੰਸਲ ਸਾਹਿਬ ਲੱਗਦਾ ਜਦੋਂ ਅਸੀਂ ਅੱਜ ਤੋਂ 25 30 35 40 ਸਾਲ ਪਹਿਲਾਂ ਆਏ ਹਾਂ ਇੱਥੇ ਇੰਗਲੈਂਡ ਦੇ ਵਿੱਚ ਤੇ ਸਾਨੂੰ ਇੱਕੋ ਹੀ ਸੀਗੇ ਇੱਥੇ ਦੇ ਤਿਉਹਾਰ ਜਿਹੜੇ ਆ ਕ੍ਰਿਸਮਸ ਮਨਾਉਣੀ ਆਪਣੀ ਦੀਵਾਲੀ ਆ ਗਈ ਚਲੋ ਵਿਸਾਖੀ ਆ ਗਈ ਉਹਦੇ ਤੇ ਇਕੱਠੇ ਅੱਜ ਤਾਂ ਇੱਕ ਓਪਨਲੀ ਜਿਹੜਾ ਇੱਕ ਪ੍ਰਚਾਰ ਕੀਤਾ ਜਾਂਦਾ ਹੈਗਾ ਇਹ ਕ੍ਰਿਸਮਸ ਸਾਡੀ ਨੀ ਚਾਹੇ ਮੁਸਲਿਮ ਭਾਈਚਾਰੇ ਵੱਲੋਂ ਸਿੱਖ ਭਾਈਚਾਰੇ ਵੱਲੋਂ ਹਿੰਦੂ ਭਾਈਚਾਰੇ ਵੱਲੋਂ ਜਾਂ ਕਿਸੇ ਵੱਲੋਂ ਵੀ ਤਾਂ ਜਿਹੜਾ ਕਿ ਇੱਕ ਕ੍ਰਿਸਮਸ ਦਾ ਤਿਉਹਾਰ ਏਦਾਂ ਦਾ ਹੁੰਦਾ ਸੀ ਜਦੋਂ ਸਾਰਾ ਕੁਛ ਕੋਈ ਸ਼ੋਪ ਨਹੀਂ ਸੀ ਖੁੱਲੀ ਹੁੰਦੀ ਹੁਣ ਤਾਂ ਕੁਛ ਏਸ਼ੀਅਨ ਸ਼ੋਪਾਂ ਵੀ ਖੁੱਲਣ ਲੱਗ ਪਈਆਂ ਤੇ ਹੋਰ ਕੁਛ ਆਵਾਜਾਈ ਪਹਿਲਾਂ ਸਾਰੇ ਘਰਾਂ ਦੇ ਵਿੱਚ ਇੱਕ ਦੂਜੇ ਨੂੰ ਹਰ ਕੋਈ ਪਰਿਵਾਰਾਂ ਚ ਬੈਠਦਾ ਸੀਗਾ ਤੇ ਇੱਕ ਵਧੀਆ ਮੈਸੇਜ ਆਉਂਦਾ ਸੀ ਅੱਜ ਤਾਂ ਉਹ ਮੈਸੇਜ ਜਿਹੜਾ ਆ ਇੱਕ ਦੂਜੇ ਦਾ ਤਿਉਹਾਰ ਭੰਡਣ ਵਾਸਤੇ ਲਾਇਆ ਜਾਂਦਾ ਆ ਇਹ ਸਾਡਾ ਨੀ ਆਪਣੀ ਆਪ ਨੂੰ ਵੱਖ ਕੀਤਾ ਜਾਂਦਾ ਹੈਗਾ ਚਲੋ ਆਪਣੇ ਤਿਉਹਾਰ ਵੀ ਮਨਾ ਲਓ ਉਹਨਾਂ ਹੋਰ ਵੀ ਕਮਿਊਨਿਟੀ ਦੇ ਜਿਹੜੇ ਚੰਗੇ ਤਿਉਹਾਰ ਆ ਚੰਗੀਆਂ ਗੱਲਾਂ ਆ ਇੱਕ ਦੂਜੇ ਨੂੰ ਚੰਗਾ ਇੱਕ ਦੂਜੇ ਨਾਲ ਸਹਿਯੋਗ ਬਣਦਾ ਆ ਭਾਈਚਾਰੇ ਮਿਲਵਰਤਨ ਬਣਦੀ ਆ ਹੋਰ ਜਿਹੜਾ ਆ ਅਸੀਂ ਗੱਲਾਂ ਤਾਂ ਕਰ ਲੈਣੇ ਆ ਪਰ ਪ੍ਰੈਕਟਿਸ ਦੇ ਵਿੱਚ ਸਾਨੂੰ ਫੇਰ ਵੀ ਕੁਛ ਬੰਦੇ ਤਾਂ ਪ੍ਰਭਾਵਿਤ ਕਰੀ ਜਾਂਦੇ ਆ ਸੋਸ਼ਲ ਮੀਡੀਆ ਤੇ ਕਰੀ ਜਾਂਦੇ ਆ ਹੋਰ ਤਰ੍ਹਾਂ ਭਾਵੇਂ ਉਹਨਾਂ ਦਾ ਅਸਰ ਹਲੇ ਘੱਟ ਹੁੰਦਾ ਆ ਪਰ ਉਹਨਾਂ ਨੇ ਵੀ ਕੋਈ ਕਸਰ ਬਾਕੀ ਹੁਣ ਜਿਹੜਾ ਆ ਛੱਡੀ ਨੀ ਪਹਿਲਾਂ ਨੀ ਸੀ ਇਹੋ ਜਿਹਾ ਪ੍ਰਚਾਰ ਕੋਈ ਵੀ ਚੱਲਦਾ ਤੁਸੀਂ ਬਿਲਕੁਲ ਦਰੁਸਤ ਗੱਲ ਆਖੀ ਜੇ ਕਿ ਬਹੁਤ ਸਾਰੇ ਲੋਕ ਪ੍ਰਚਾਰ ਕਰਦੇ ਨੇ ਜੀ ਕ੍ਰਿਸਚੈਨਿਟੀ ਜਿਹੜੀ ਹੈਗੀ ਆ ਕ੍ਰਿਸਮਸ ਹੈਗੀ ਆ ਉਹ ਸਾਡੀ ਨਹੀਂ ਉਹ ਤਾਂ ਅੰਗਰੇਜ਼ਾਂ ਦੀ ਹੈਗੀ ਆ ਪਰ ਜਿਸ ਤਰ੍ਹਾਂ ਅਸੀਂ ਪਹਿਲਾਂ ਮੈਂਸ਼ਨ ਕੀਤਾ ਹੈਗਾ ਕਿ ਸਾਨੂੰ ਹਰ ਜਿਹੜਾ ਤਿਉਹਾਰ ਹੈਗਾ ਉਹਦਾ ਨੈਤਿਕ ਪੱਖ ਦੇਖਣਾ ਚਾਹੀਦਾ ਜੀ ਜੀਸਸ ਨੇ ਵੀ ਜਿਹੜੀ ਕੁਰਬਾਨੀ ਦਿੱਤੀ ਜੀ ਤੇ ਉਹ ਵੀ ਆਪਣੇ ਜਿਹੜੇ ਲੋਕਾਂ ਦੇ ਹੱਕਾਂ ਲਈ ਲੋਕਾਂ ਦੇ ਹਕੂਕ ਲਈ ਉਹਨੇ ਵੀ ਆਪਣੀ ਕੁਰਬਾਨੀ ਕੀਤੀ ਭਾਵੇਂ ਉਹ ਸਾਡੇ ਸਰਵੰਸਦਾਨੀ ਵਰਗੀ ਕੁਰਬਾਨੀ ਨਹੀਂ ਹੈਗੀ ਕੰਪੈਰੇਟਿਵਲੀ ਕੋਈ ਵੀ ਇੱਕ ਦੂਜੇ ਵਰਗਾ ਨਹੀਂ ਹੁੰਦਾ ਪਰ ਉਹਦੇ ਅੰਦਰ ਵੀ ਇੱਕ ਨੈਤਿਕ ਕਦਰਾਂ ਕੀਮਤਾਂ ਸੀ ਜਿਹੜੀ ਕ੍ਰਿਸਚੈਨਿਟੀ ਲੋਕ ਮੰਨਦੇ ਹੈਗੇ ਆ ਕਿ ਚਲੋ ਜੀ ਉਸਨੇ ਸਾਡੇ ਜਿਹੜੀ ਗੁਨਾਹ ਸੀਗੇ ਜਾਂ ਜਿਹੜੀ ਸਾਡੀ ਬੇਸਮਝੀ ਸੀ ਉਹਨੂੰ ਦੂਰ ਕਰਨ ਦੇ ਲਈ ਆਪਾਂ ਕੁਰਬਾਨ ਕੀਤਾ ਸਾਨੂੰ ਉਹ ਨੈਤਿਕ ਕਦਰਾਂ ਕੀਮਤਾਂ ਦੇਖਣੀਆਂ ਚਾਹੀਦੀਆਂ ਉਹਦਾ ਆ ਜਾਂ ਸਾਡਾ ਆ ਬਿਲਕੁਲ ਦੁਸਹਿਰਾ ਆਉਂਦਾ ਜੀ ਹਾਂਜੀ ਦੁਸਹਿਰਾ ਆਉਂਦਾ ਭਾਵੇਂ ਹਿੰਦੀਆਂ ਦਾ ਤਿਉਹਾਰ ਜੇ ਪਰ ਉਹਨੂੰ ਬਦੀ ਤੇ ਨੇਕੀ ਦੀ ਜੰਗ ਆਖਿਆ ਗਿਆ ਬਿਲਕੁਲ ਅਸੀਂ ਬਦੀ ਤੇ ਨੇਕੀ ਦੀ ਜੰਗ ਦੇ ਤੌਰ ਤੇ ਉਹਨੂੰ ਲੈਣਾ ਜੇ ਨਾ ਕਿ ਸਾਡਾ ਜੇ ਉਹਨਾਂ ਦਾ ਜੇ ਸਾਨੂੰ ਇਹ ਸੰਸਾਰ ਜਿਹੜਾ ਹੈਗਾ ਇਹ ਹਰ ਪਲ ਕੁਝ ਨਾ ਕੁਝ ਸਿਖਾਲਦਾ ਜੀ ਸਾਨੂੰ ਹਰ ਪਲ ਸਿੱਖਣ ਦੇ ਲਈ ਤਿਆਰ ਰਹਿਣਾ ਚਾਹੀਦਾ ਜੀ ਸਿੱਖ ਉਹੀ ਜੇ ਜਿਹੜਾ ਦੁਨੀਆਂ ਦੇ ਉੱਤੇ ਆ ਕੇ ਕੁਝ ਸਿੱਖਦਾ ਜੇ ਤੇ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਹੈਗੀਆਂ ਉਹਨਾਂ ਸਾਰੇ ਤਿਉਹਾਰ ਜਿਹੜੇ ਹੈਗੇ ਆ ਉਹ ਤੁਹਾਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਸਿਖਾਉਂਦੇ ਨੇ ਤੁਹਾਨੂੰ ਨੈਤਿਕ ਕਦਰਾਂ ਕੀਮਤਾਂ ਸਿੱਖਣ ਦੀ ਲੋੜ ਹੋਇਆ ਕਰਦੀ ਏ ਤੇ ਬੇਲੋੜਾ ਵੱਖਵਾਦ ਖੜਾ ਕਰਨਾ ਨਫ਼ਰਤ ਖੜੀ ਕਰਨੀ ਤੇ ਵਖਰੇਵੇਂ ਖੜੇ ਕਰਨੇ ਕਿਉਂਕਿ ਸਾਰੀ ਮਨੁੱਖਤਾ ਨੇ ਆਸਤੇ ਆਸਤੇ ਜੇ ਕਰੇ ਇਸ ਧਰਤੀ ਦੇ ਉੱਤੇ ਖੁਸ਼ੀ ਪੂਰਵਕ ਜੀਵਣਾ ਜੇ ਤਾਂ ਸਾਨੂੰ ਇੱਕ ਦੂਸਰੇ ਦਾ ਸਤਿਕਾਰ ਕਰਨਾ ਸਿੱਖਣਾ ਪਏਗਾ ਨਾ ਕਿ ਨਫ਼ਰਤ ਕਰਨੀ ਸੋ ਇਹ ਜਿਹੜੀ ਸਾਡੀ ਨਫ਼ਰਤ ਦੀ ਜਿਹੜੀ ਹੈਗੀ ਆ ਪ੍ਰਚਾਰ ਜਾਂ ਨਫ਼ਰਤ ਦੀ ਇਹ ਜਿਹੜੀ ਸਾਡਾ ਪਸਾਰਾ ਹੈਗਾ ਸਾਨੂੰ ਆਸਤੇ ਆਸਤੇ ਇਹਨੂੰ ਸਮੇਟਣਾ ਪਏਗਾ ਘੱਟੋ ਘੱਟ ਸਾਨੂੰ ਆਪਣੇ ਬੱਚਿਆਂ ਦੇ ਵਿੱਚ ਨਹੀਂ ਇਹਨੂੰ ਫੈਲਾਉਣਾ ਚਾਹੀਦਾ ਕਿ ਇਹ ਸਾਡਾ ਨਹੀਂ ਇਹ ਤਾਂ ਫਲਾਨੇ ਦਾ ਇਹ ਧਮਕੜੇ ਦਾ ਲੋਹੜੀ ਕਿਸੇ ਦਾ ਵੀ ਤਿਉਹਾਰ ਹੋਵੇ ਭਾਵੇਂ ਉਹ ਹਿੰਦੂਆਂ ਦੀਆਂ ਕੁੜੀਆਂ ਨੂੰ ਦੁੱਲਾ ਪੱਟੀ ਨੇ ਬਚਾਇਆ ਸੀਗਾ ਪਰ ਇੱਕ ਨੈਤਿਕ ਰੋਲ ਹੈਗਾ ਸਾਨੂੰ ਉਹ ਸਿੱਖਿਆ ਜਿਹੜੀ ਆ ਗ੍ਰਹਿਣ ਕਰਨੀ ਚਾਹੀਦੀ ਆ ਕਿ ਅਸੀਂ ਕਿੰਨੀਆਂ ਕੁ ਕੁੜੀਆਂ ਬਚਾਈਆਂ ਨੇ ਅਸੀਂ ਕਿੰਨੇ ਕੁ ਗਰੀਬਾਂ ਦੀਆਂ ਧੀਆਂ ਦਾ ਭਲਾ ਕੀਤਾ ਜੇ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਜੇ ਨਾ ਕਿ ਬਖਰੇਵੇਂ ਖੜੇ ਕਰਦਾ ਜੀ ਇਹ ਸਾਡਾ ਨੀ ਉਹ ਤੁਹਾਡਾ ਆ ਸਾਡਾ ਆ ਤੇ ਆਪੋ ਆਪਣਾ ਮਾਲਕੀ ਦਾ ਜੋ ਸਿੱਖੋ ਸਿਖਾਓ ਕੁਝ ਵੀ ਨਾ ਸਾਨੂੰ ਹਰ ਤਿਉਹਾਰ ਦੇ ਅੰਦਰ ਕਿਸੇ ਵੀ ਕੌਮ ਦਾ ਹੋਵੇ
ਉਹਦੇ ਜਿਹੜੇ ਨੈਤਿਕ ਪੱਖ ਹੈ ਉਹਨਾਂ ਨੂੰ ਗ੍ਰਹਿਣ ਕਰਨ ਦੀ ਲੋੜ ਹੈ। ਇਸੇ ਤਰ੍ਹਾਂ ਜਿਹੜੀ ਨੈਤਿਕਤਾ ਹੈਗੀ ਆ ਉਹ ਦੁਨੀਆਂ ਦੇ ਉੱਤੇ ਬਰਕਰਾਰ ਰਹਿ ਸਕਦੀ ਆ ਤੇ ਰੈਦਰ ਦਾਨ ਬਖਰੇਵਿਆਂ ਨੂੰ ਬੜਾਵਾ ਦੇਣ ਲਈ। ਤਾਂ ਬਾਂਸਲ ਸਾਹਿਬ ਮੈਂ ਤੁਹਾਡੇ ਕੋਲ ਕੁਛ ਹੋਰ ਵੀ ਪੁੱਛਣਾ ਚਾਹਾਂਗਾ ਵੀ ਤੁਸੀਂ ਜਿਹੜਾ ਲੋਹੜੀ ਦਾ ਤਿਉਹਾਰ ਹੈਗਾ ਇਹਨੂੰ ਕਿੱਦਾਂ ਮਨਾ ਰਹੇ ਹੈਗੇ ਆ, ਤੁਹਾਡੇ ਗ੍ਰੈਂਡ ਚਿਲਡਰਨ ਹੁਣੇ ਹੈਗੇ ਆ ਤੇ ਕਿੱਦਾਂ ਉਹਨਾਂ ਦੀ ਸੈਲੀਬ੍ਰੇਸ਼ਨ ਕਰ ਰਹੇ ਹੈਗੇ ਆ ਬੱਚਿਆਂ ਨਾਲ? ਹਾਂਜੀ, ਚਲੋ ਕੋਈ ਖਾਸ ਚੀਜ਼ ਤਾਂ ਨਹੀਂ ਹੁੰਦੀ ਪਰ ਸਾਡੇ ਲਈ ਤਾਂ ਚਲੋ ਸਾਡੇ ਪੋਤੀਆਂ ਦੋ ਪੋਤੀਆਂ ਨੇ ਤੇ ਇੱਕ ਪੁੱਤਾ ਜੇ, ਅਸੀਂ ਤਾਂ ਉਹਨਾਂ ਨੂੰ ਜਿਹੜਾ ਹੈਗਾ ਨਾ ਅਸੀਂ ਤਾਂ ਲੜਕੀਆਂ ਦੇ ਵੀ ਤਿਉਹਾਰ ਉਸੀ ਤਰ੍ਹਾਂ ਮਨਾਏ ਨੇ ਜਿਸ ਤਰ੍ਹਾਂ ਐਤਕੀ ਲੜਕੀ ਦਾ ਹੈਗਾ ਉਹ ਮਨਾਉਣਾ ਜੀ। ਪਰ ਮਨਾਉਣੇ ਜੀ ਜੇ ਕਿ ਬਾਹਰ ਸਾਡੇ ਕੋਲ ਫਾਇਰ ਲਾਉਣ ਲਈ ਜੋ ਧੂਣੀ ਜੀ ਹੈਗੀ ਜੇ, ਹਾਂਜੀ ਉਹ ਅਸੀਂ ਜ਼ਰੂਰ ਤਖਾਵਾਂਗੇ। ਰੇੜੀਆਂ ਤੇ ਮੂੰਗਫਲੀ ਤਾਂ ਪਹਿਲਾਂ ਹੀ ਆਏ ਹੁੰਦੇ ਆ ਤੇ ਨਿਆਣੇ ਥੋੜੀ ਬਹੁਤੀ ਜਰਾਸਤਬਾਜ਼ੀ ਵੀ ਚਲਾ ਲੈਂਦੇ ਆ ਤੇ ਟੱਬਰ ਇਕੱਠਾ ਹੋ ਕੇ ਅਸੀਂ ਘਰੇ ਹੀ ਇਹਨੂੰ ਸੈਲੀਬ੍ਰੇਟ ਕਰਦੇ ਹੈਗੇ ਆ ਤੇ ਜਾਂ ਫਿਰ ਗੁਰਦੁਆਰੇ ਮੱਥਾ ਟੇਕ ਆਈਦਾ। ਪਹਿਲਾਂ ਲੋਲੇ ਗੁਰਦੁਆਰੇ ਮੱਥਾ ਟੇਕ ਆਓ, ਉੱਥੇ ਕੋਈ ਕਥਾ ਕੀਰਤਨ ਜਾਂ ਸ਼ਬਦ ਗਾਇਨ ਹੁੰਦੇ ਆ ਉਹਨਾਂ ਨੂੰ ਸੁਣੋ, ਥੋੜੀ ਜਿਹੀ ਹਾਜ਼ਰੀ ਉੱਥੇ ਲਵਾ ਕੇ ਫਿਰ ਘਰ ਆ ਕੇ ਤੁਸੀਂ ਅੱਗ ਬਾਲੋ, ਆਪਣੀ ਸੈਲੀਬ੍ਰੇਸ਼ਨ ਕਰੋ। ਜੇ ਕੋਈ ਤੁਹਾਡਾ ਨਜ਼ਦੀਕੀ ਤੁਹਾਡੇ ਨਾਲ ਆਉਣਾ ਚਾਹੁੰਦਾ ਤਾਂ ਜ਼ਰੂਰ ਰਲ ਮਿਲ ਕੇ ਬੈਠ ਕੇ ਤਿਉਹਾਰ ਦਾ ਆਨੰਦ ਮਾਣੋ। ਫਿਰ ਪੋਤੀਆਂ ਦੀ ਲੋਹੜੀ ਵੀ ਤੁਸੀਂ ਉਸੇ ਤਰ੍ਹਾਂ ਮਨਾਈ ਜਿੱਦਾਂ ਪੋਤੇ ਦੀ ਮਨਾ ਰਹੇ? ਇੱਥੇ ਕੋਈ ਲੋਹੜੀ ਮੰਗਣ ਤਾਂ ਨਹੀਂ ਆਉਂਦਾ ਮੈਂ, ਪਰ ਜਿਹੜੀ ਸੈਲੀਬ੍ਰੇਸ਼ਨ ਆਪਸ ਵਿੱਚ ਫੈਮਿਲੀ ਬੈਠ ਕੇ ਸੈਲੀਬ੍ਰੇਸ਼ਨ ਕਰਨੀ ਹੁੰਦੀ ਆ। ਅਸੀਂ ਪੋਤੀਆਂ ਦੀ ਤਾਂ ਸੈਲੀਬ੍ਰੇਸ਼ਨ ਵੱਧ ਕੀਤੀ ਜੇ, ਅਜੇ ਪੋਤੇ ਦੀ ਘੱਟ ਕੀਤੀ ਜੇ, ਪਰ ਅਸੀਂ ਉਹ ਇੰਡੀਆ ਜਾ ਰਹੇ ਜੇ ਹੁਣ ਤੇ ਉਹ ਉੱਥੋਂ ਸਾਡੀਆਂ ਭਰਜਾਈਆਂ ਜੇ ਉਹ ਕਹਿੰਦੀਆਂ ਕਿ ਜੀ ਅਸੀਂ ਇਹ ਮੁੰਡੇ ਦੀ ਜਿਹੜੀ ਹੈਗੀ ਉਹ ਲੋਹੜੀ ਉਹ ਠੀਕ ਹੈ ਉਹਨਾਂ ਦੀ ਖੁਸ਼ੀ ਆ ਉਹ ਕਰ ਲੈਣ, ਪਰ ਅਸੀਂ ਜਿਹੜੇ ਹੈਗੇ ਇਹਨਾਂ ਦੇ ਬਰਥਡੇ ਜਾਂ ਜਿਹੜੀਆਂ ਲੋਹੜੀਆਂ ਹੈਗੀਆਂ ਉਹ ਬਕਾਇਦਾ ਅਸੀਂ ਸੈਲੀਬ੍ਰੇਟ ਕੀਤੀਆਂ ਨੇ ਤੇ ਸਾਨੂੰ ਇੰਝ ਲੱਗਦਾ ਜੇ ਕਿ ਜਿਹੜੀਆਂ ਲੜਕੀਆਂ ਹੈਗੀਆਂ ਉਹ ਬੜਾ ਪਿਆਰ ਦਿੰਦੀਆਂ ਨੇ, ਬੜਾ ਘਰ ਦਾ ਮਾਹੌਲ ਬਹੁਤ ਸੋਹਣਾ ਬਣਾਈ ਰੱਖਦੀਆਂ ਨੇ। ਜਦੋਂ ਅਸੀਂ ਘਰ ਆਈਦਾ ਤਾਂ ਉਹ ਦੌੜ ਕੇ ਲੱਤਾਂ ਨੂੰ ਪੈਂਦੀਆਂ ਨੇ, ਮਿਲਦੀਆਂ ਨੇ, ਸੋ ਬੜਾ ਖੁਸ਼ੀ ਦਾ ਮਾਹੌਲ ਹੈਗਾ ਤੇ ਸਾਨੂੰ ਤਾਂ ਇਹਦੇ ਵਿੱਚ ਕੋਈ ਬਹੁਤਾ ਫਰਕ ਨਜ਼ਰ ਨਹੀਂ ਆਉਂਦਾ ਕਿ ਜਿਹੜਾ ਕੁੜੀ ਆ ਜਾਂ ਮੁੰਡਾ ਹੈਗਾ ਤੇ ਅੱਜ ਦੀਆਂ ਅੱਜ ਕੱਲ ਦੀਆਂ ਜਦੋਂ ਅਸੀਂ ਦੇਖਦੇ ਹੈਗੇ ਆ ਤੇ ਮੁੰਡੇ ਹਜੇ ਮਾਂ ਪੇ ਨੂੰ ਦਰਕਾਰ ਦਿੰਦੇ ਨੇ ਤੇ ਪਰ ਧੀਆਂ ਉਹਨਾਂ ਦੀ ਸੰਭਾਲ ਕਰਦੀਆਂ ਨੇ, ਉਹਨਾਂ ਨਾਲ ਹਮਦਰਦੀ ਰੱਖਦੀਆਂ ਨੇ, ਉਹਨਾਂ ਨਾਲ ਦੁੱਖ ਬਣਾਉਂਦੀਆਂ ਨੇ, ਇਸ ਕਰਕੇ ਉਹਨਾਂ ਨੂੰ ਬਰੋਬਰ ਦਾ ਅਧਿਕਾਰ ਦੇਣਾ ਬਹੁਤ ਜ਼ਰੂਰੀ ਹੋ ਗਿਆ। ਤਾਂ ਇੱਕ ਮੈਂ ਤੁਹਾਡੇ ਕੋਲ ਹੋਰ ਵੀ ਮੈਸੇਜ ਲੈਣਾ ਚਾਹਾਂਗਾ ਕਿ ਸਾਡੇ ਪੰਜਾਬੀ ਕਮਿਊਨਿਟੀ ਦੇ ਵਿੱਚ ਅੱਜ ਵੀ ਜਿਹੜਾ ਆ ਔਰਤ ਦਾ ਮਰਦ ਦਾ ਅਨੁਪਾਤ ਬਹੁਤ ਵੱਡਾ ਫਰਕ ਹੈਗਾ ਤੇ ਇਹਦੇ ਵਿੱਚ ਕੁਛ ਨਾ ਕੁਛ ਅਸੀਂ ਜਿਹੜਾ ਸਾਡੇ ਚ ਫਰਕ ਚੱਲਦਾ ਕੁੜੀਆਂ ਤਾਂ ਮੁੰਡਿਆਂ ਵਿੱਚ, ਭਾਵੇਂ ਆਉਣ ਵਾਲੀ ਪੀੜ੍ਹੀ ਚ ਸਾਨੂੰ ਲੱਗਦਾ ਕਾਫ਼ੀ ਉਹ ਇਸ ਗੱਲ ਦੇ ਚੇਤਨ ਹੋ ਰਹੀ ਆ, ਪਰ ਜਿਹੜੀਆਂ ਹਲੇ ਵੀ ਐਗਜਿਸਟਿੰਗ ਜਿੱਥੇ ਫੈਮਿਲੀਆਂ ਹੈਗੀਆਂ ਚੰਡੀਗੜ੍ਹ ਦੀ ਲੈ ਲਓ ਗੱਲ, ਉੱਥੇ ਪੜ੍ਹੇ ਲਿਖੇ ਬੰਦੇ ਆ, ਉੱਥੇ ਹੋਰ ਅਨੁਪਾਤ ਦਾ ਵੱਡਾ ਫਰਕ ਪਿਛਲੇ ਟਾਈਮ ਵਿੱਚ ਦਿਸਿਆ ਹੈਗਾ, ਪਰ ਇਹੋ ਗੱਲ ਨੂੰ ਸਾਨੂੰ ਹੁਣ ਕਿੱਦਾਂ ਅਸੀਂ ਸਾਰੀ ਕਮਿਊਨਿਟੀ ਨੂੰ ਇਕੱਠੇ ਵਰਕ ਨਹੀਂ ਕਰਨਾ ਚਾਹੀਦਾ ਵੀ ਸਾਰੀਆਂ ਰਿਲੀਜੀਅਸ ਸੰਸਥਾਵਾਂ ਕੀ, ਸਮਾਜਿਕ ਸੰਸਥਾਵਾਂ ਕੀ, ਆਪ ਇੰਡੀਵਿਜੁਅਲ ਬੰਦੇ ਵੀ ਅਸੀਂ ਔਰਤ ਤੇ ਮਰਦ ਦੇ ਜਿਹੜੇ ਇਹ ਫਰਕ ਹੈਗੇ ਆ ਵੀ ਔਰਤਾਂ ਦਾ ਫਰਕ ਜਿਹੜਾ ਕੀਤਾ ਜਾਂਦਾ ਇਹਦੇ ਲਈ ਯਤਨ ਨਾ ਕਰੀਏ ਕੁਛ? ਹਾਂ ਸੀਤਲ ਸਾਹਿਬ, ਤੁਸੀਂ ਗੱਲ ਬੜੀ ਜਿਹੜੀ ਆ ਪਾਏਦਾਰ ਕੀਤੀ ਹੈਗੀ ਆ ਕਿ ਇਕਦਮ ਸਾਡਾ ਪਿੱਛੇ ਜੇ ਦੇਖਿਆ ਹੈਗਾ ਅਨੁਪਾਤ ਬਹੁਤ ਵੱਧ ਗਿਆ ਸੀਗਾ ਤੇ ਪੰਜਾਬ ਦੇ ਲੋਕਾਂ ਨੇ ਮਹਿਸੂਸ ਵੀ ਕੀਤਾ ਕਿ ਜੇਕਰ ਸਾਡੀ ਅਸੀਂ ਕੁੜੀਆਂ ਏਦਾਂ ਹੀ ਮਾਰਦੇ ਰਹੇ ਤਾਂ ਫਿਰ ਸਾਨੂੰ ਜੋ ਬਿਹਾਰ ਯੂਪੀ ਬਿਹਾਰ ਚ ਔਰਤਾਂ ਲਿਆਉਣੀਆਂ ਪੈਣਗੀਆਂ, ਫਿਰ ਤਾਂ ਸਾਡੀ ਜਿਹੜੀ ਜਨਰੇਸ਼ਨ ਹੀ ਖਤਮ ਹੋ ਜਾਏਗੀ, ਸਾਡੀ ਸਭਿਅਤਾ ਹੀ ਖਤਮ ਹੋ ਜਾਏਗੀ। ਜਿਹੜੀਆਂ ਮਨੁੱਖ ਹੈਗਾ ਨਾ ਇਹ ਥੋੜੇ ਕੀਤੇ ਕੋਈ ਸਬਕ ਨਹੀਂ ਸਿੱਖਦਾ, ਇਹ ਔਖਿਆਈ ਵਿੱਚੋਂ ਲੰਘ ਕੇ ਹੀ ਸਿੱਖਦਾ ਜੀ। ਯੂਰੋਪੀਅਨ ਕੌਮਾਂ ਨਾਲ ਵੀ ਇਸੇ ਕਿੱਦਾਂ ਕੀਤਾ ਜੀ, ਨਹੀਂ ਤਾਂ ਇਹ ਬੜੀਆਂ ਲੜਦੀਆਂ ਭਿੜਦੀਆਂ ਰਹਿੰਦੀਆਂ ਸੀ ਆਪਸ ਵਿੱਚ, ਪਰ ਜਦੋਂ ਇਹਨਾਂ ਨੇ ਫਿਰ ਵਰਲਡ ਵਾਰਾਂ ਜਿਹੜੀਆਂ ਲੜੀਆਂ ਉਹਨਾਂ ਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਉੱਤੇ ਇਹਨਾਂ ਦੀ ਤਬਾਹੀ ਹੋਈ ਤਾਂ ਫਿਰ ਇਹਨਾਂ ਨੇ ਸਬਕ ਸਿੱਖੇ ਕਿ ਨਹੀਂ ਹੁਣ ਨਹੀਂ ਅਸੀਂ ਲੜਨਾ। ਇਸੇ ਤਰ੍ਹਾਂ ਪੰਜਾਬੀਆਂ ਨੇ ਵੀ ਥੋੜੇ ਜਿਹੇ ਸਬਕ ਸਿੱਖੇ ਨੇ ਕਿ ਭਾਈ ਇਸ ਤਰ੍ਹਾਂ ਤਾਂ ਸਾਡਾ ਜਿਹੜਾ ਹੈਗਾ ਪਹਿਚਾਣ ਹੀ ਖਤਮ ਹੋ ਜਾਏਗੀ, ਕਿਉਂਕਿ ਜਿਹੜੀ ਔਰਤ ਹੈਗੀ ਆ ਉਹ ਘਰ ਦੀ ਪਹਿਚਾਣ ਬਣਾਉਂਦੀ ਜੇ, ਅਗਰ ਤੁਸੀਂ ਬੰਗਾਲਣ ਬਿਹਾਰਨ ਜਾਂ ਕੋਈ ਹੋਰ ਸਭਿਅਤਾ ਦੇ ਵਿੱਚੋਂ ਔਰਤ ਘਰ ਲੈ ਆਉਂਦੀ ਆ ਬੱਚੇ ਦਾ ਘਰ ਵਸਾਉਣ ਲਈ, ਉਹ ਕਿਸ ਤਰ੍ਹਾਂ ਉਹਨਾਂ ਨੂੰ ਪੰਜਾਬੀ ਸਿਖਾਏਗੀ, ਕਿਸ ਤਰ੍ਹਾਂ ਪੰਜਾਬੀ ਸਭਿਆਚਾਰ ਜਿਹੜਾ ਹੈਗਾ ਉਹ ਬਚੇਗਾ, ਤੇ ਲੋਕਾਂ ਨੇ ਇਸ ਚੀਜ਼ ਨੂੰ ਮਹਿਸੂਸ ਕੀਤਾ ਜੀ। ਪਹਿਲਾਂ ਤਾਂ ਲੋਕਾਂ ਨੇ ਇਹ ਕਿਹਾ ਕਿ ਨਹੀਂ ਜੀ ਮੁੰਡਾ ਰੱਖਣਾ ਠੀਕ ਹੈਗਾ, ਵਿਆਹ ਕੇ ਕੁਛ ਦਾਜ ਦੂਜ ਲੈ ਕੇ ਆਉਂਦਾ ਜੀ, ਪਰ ਆਸਤੇ ਆਸਤੇ ਲੋਕਾਂ ਨੇ ਮਹਿਸੂਸ ਕੀਤਾ ਕਿ ਉਸ ਤੋਂ ਵੱਡਾ ਕੰਮ ਜਿਹੜਾ ਹੈਗਾ ਜੀ ਕਿ ਆਪਣਾ ਸਭਿਆਚਾਰ, ਆਪਣੀ ਬੋਲੀ, ਆਪਣੀਆਂ ਕਦਰਾਂ ਕੀਮਤਾਂ ਨੂੰ ਬਚਾਉਣਾ, ਤੇ ਉਹ ਔਰਤ ਹੀ ਬਚਾ ਸਕਦੀ ਹੈਗੀ ਆ, ਤੇ ਇਸ ਕਰਕੇ ਜਿਹੜਾ ਅਨੁਪਾਤ ਹੈਗਾ ਪਹਿਲਾਂ ਨਾਲੋਂ ਜ਼ਰੂਰ ਫਰਕ ਪਿਆ, ਥੋੜਾ ਇੰਪਰੂਵ ਹੋਇਆ, ਪਰ ਹਲੇ ਵੀ ਜਿੰਨਾ ਚਾਹੀਦਾ ਇੱਕ ਅਵੇਅਰ ਹੋਏ ਨੇ
ਕਿਉਂਕਿ ਬਾਹਰਲੇ ਮੀਡੀਆ ਨੇ ਤੇ ਉਥੋਂ ਦੇ ਮੀਡੀਆ ਨੇ ਕਾਫੀ ਇਸ ਗੱਲ ਬਾਰੇ ਰੌਲਾ ਪਾਇਆ ਕਿ ਇਹ ਤਾਂ ਪੰਜਾਬੀਅਤ ਦਾ ਔਰ ਖਾਸ ਕਰਕੇ ਗੁਰੂ ਉਪਦੇਸ਼ਾਂ ਦਾ ਹੀ ਗਲਾ ਘੁੱਟਣ ਵਾਲੀ ਗੱਲ ਜੇ, ਕਿਉਂਕਿ ਇੱਕ ਬੰਗਾਲਣ ਤੇ ਇੱਕ ਬਿਹਾਰਨ ਜੋ ਵੀ ਤੁਸੀਂ ਔਰਤ ਲੈ ਕੇ ਆਉਂਦੇ ਹੋ, ਬੜੀ ਦੇਰ ਲੱਗੇਗੀ ਉਹਨੂੰ ਸਮਝਣ ਦੇ ਲਈ ਕਿ ਸਿੱਖਾਂ ਦਾ ਇਤਿਹਾਸ ਕੀ ਸੀ, ਗੁਰੂਆਂ ਨੇ ਕੁਰਬਾਨੀਆਂ ਕਿਵੇਂ ਕੀਤੀਆਂ, ਕਹਿੰਦੇ ਸਰਵੰਸ਼ ਵਾਰਿਆ। ਉਹ ਇਹੋ ਜਿਹੀ ਸਭਿਅਤਾ ਨੂੰ ਆਪਣੇ ਬੱਚਿਆਂ ਦੇ ਵਿੱਚ ਭਰ ਨਹੀਂ ਸਕਦੀ। ਪਰ ਉਹ ਚਲੋ ਔਰਤ ਪਹਿਲਾਂ ਵਿਆਹ ਕਰਨਾ ਤੇ ਕਿਸੇ ਨਾਲ ਆਪਣੇ ਸੱਭਿਆਚਾਰ ਨੂੰ ਜਿਹੜਾ ਹੈਗਾ ਉਹ ਖਤਮ ਕਰਨਾ ਆਪਣੇ ਹੱਥੀ ਸ਼ੁਰੂ ਕਰ ਦਿਓ। ਤੁਹਾਨੂੰ ਏਦਾਂ ਲੱਗਦਾ ਵਿਆਹ ਜਿਹੜਾ ਸਮਝਿਆ ਵੀ ਹੈ? ਹਾਂਜੀ, ਵਿਆਹ ਕਰਨਾ ਭਾਵੇਂ ਉਹ ਬੰਗਾਲਣ ਆ, ਅਸਾਮਣ ਆ, ਕੋਈ ਵੀ ਆ, ਕੋਈ ਮਾੜੀ ਗੱਲ ਨਹੀਂ। ਪਰ ਜਿਸ ਢੰਗ ਨਾਲ ਖਰੀਦ ਕੇ ਲਿਆਉਣਾ ਤਾਂ ਇਹੋ ਜਿਹਾ ਵੀ ਹਾਂ ਆਪਣੇ ਉੱਥੇ ਔਰਤਾਂ ਦੀ ਘੱਟ ਹੋ ਜਾਵੇ ਤਾਂ ਉਹ ਜਿਹੜਾ ਟੈਂਡੈਂਸੀ ਆ ਵੀ ਮਨੁੱਖਤਾ ਨੂੰ ਖਰੀਦਣਾ ਤੇ ਇਹੋ ਜਿਹਾ, ਉੱਥੇ ਕਦੀ ਉਹ ਪਿਆਰ ਦੇ ਰਿਸ਼ਤੇ ਉੱਥੇ ਡਿਵੈਲਪ ਹੋ ਹੀ ਨਹੀਂ ਸਕਦੇ ਜਿੱਥੇ ਖਰੀਦੋ। ਸਾਹਿਬ ਇੱਕ ਗੱਲ ਹੋਰ ਖਿਆਲ ਰੱਖਣ ਵਾਲੀ ਹੈ ਕਿ ਜਿਹੜੀ ਸਤਤਾ ਹੈਗੀ ਆ ਨਾ ਉਹਨੂੰ ਔਰਤ ਘਰ ਦੇ ਵਿੱਚ ਸੰਭਾਲਦੀ ਜੇ। ਅਸੀਂ ਇਸ ਗੱਲ ਦੇ ਖਿਲਾਫ਼ ਨਹੀਂ ਕਿ ਬੰਗਾਲਣ ਗੁਜਰਾਤਣ ਦਾ ਵਿਆਹ ਨਹੀਂ ਕਰਾਉਣਾ ਚਾਹੀਦਾ, ਅਸੀਂ ਇਹ ਉਪਦੇਸ਼ ਨਹੀਂ ਦਿੰਦੇ। ਅਸੀਂ ਇਹ ਸਮਝਦੇ ਹਾਂ ਕਿ ਜਿਹੜੀ ਸਾਡੀ ਸਭਿਅਤਾ ਹੈਗੀ ਆ, ਸਾਡੀ ਗੁਰਬਾਣੀ ਤੋਂ ਜਿਹੜੀ ਸਿੱਖਿਆ ਕੀਤੀ ਹੈ, ਜਿਹੜੀ ਸਾਡੀ ਪੰਜਾਬੀਅਤ ਆ, ਉਹ ਪੰਜਾਬੀ ਔਰਤ ਆਸਾਨੀ ਨਾਲ ਸੰਭਾਲ ਸਕਦੀ ਨਹੀਂ, ਸੰਭਾਲ ਤਾਂ ਸਕਦੀ ਪਰ ਔਰਤ ਨੂੰ ਬੜੀ ਵੱਡੀ ਕੋਸ਼ਿਸ਼ ਕਰਨੀ ਪੈਂਦੀ, ਬੜਾ ਪਾਰਾ ਪੈ ਜਾਏ, ਪਰ ਔਰਤਾਂ ਨੂੰ ਇੱਕ ਜਨਰੇਸ਼ਨ ਜਿਹੜੀ ਆ ਉਹ ਪਛੜ ਜਾਏਗੀ। ਪਰ ਔਰਤਾਂ ਨੂੰ ਘਟਾਉਣ ਦੇ ਲਈ ਫੇਰ ਪੰਜਾਬੀ ਜ਼ਿੰਮੇਵਾਰ ਆ ਨਾ, ਸਾਨੂੰ ਆਪਣੀਆਂ ਉਹ ਜ਼ਿੰਮੇਵਾਰ ਆ, ਇਸ ਤੋਂ ਸਬਕ ਵੀ ਸਿੱਖਿਆ ਜੇ, ਔਰ ਇਹਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੋਇਆ ਜੇ, ਹੋਰ ਸੁਧਾਰ ਹੋਣ ਜਾਣ ਦੀ ਉਮੀਦ ਹੈ। ਹਾਂਜੀ, ਬਹੁਤ ਬਹੁਤ ਧੰਨਵਾਦ ਬੰਸਲ ਸਾਹਿਬ, ਲੋਹੜੀ ਦੀਆਂ ਬਹੁਤ ਵਧਾਈਆਂ ਤੁਹਾਨੂੰ ਤਾਂ ਤੁਹਾਡੇ ਪਰਿਵਾਰ ਨੂੰ, ਸਾਰੇ ਆਪਣੇ ਤੁਸੀਂ ਲੋਹੜੀ ਵਧੀਆ ਮਨਾਓ, ਬਹੁਤ ਧੰਨਵਾਦ ਜੀ। ਇਹ ਸੀਗੇ ਮੇਰੇ ਸਤਿਕਾਰਯੋਗ ਵੀਰ ਸਾਧ ਸੁਖਦੇਵ ਸਿੰਘ ਬੰਸਲ, ਤੁਸੀਂ ਵੀ ਗੱਲ ਕਰਨਾ ਚਾਹੁੰਦੇ ਹੋ ਸਾਡਾ ਨੰਬਰ ਘੁਮਾਓ 0116273 5959 ਨੰਬਰ ਹੈਗਾ। ਫੋਨ ਕਾਲ ਆਈ ਸੀ ਨੀਲਮ ਕੁਮਾਰੀ ਜੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ, ਅਸੀਂ ਕਾਫੀ ਦੇਰ ਬਾਅਦ ਉਹਨਾਂ ਨੇ ਫੋਨ ਕੀਤਾ ਹੈਗਾ, ਕਹਿੰਦੇ ਭੇ ਪਰ ਇੱਦਾਂ ਨਾ ਸੋਚਿਓ ਭੇ ਅਸੀਂ ਜਿਹੜਾ ਪ੍ਰੋਗਰਾਮ ਨਹੀਂ ਸੁਣਦੇ, ਪ੍ਰੋਗਰਾਮ ਅਸੀਂ ਰੈਗੂਲਰ ਸੁਣਦੇ ਹਾਂ। ਬਹੁਤ ਧੰਨਵਾਦ ਜੀ। ਆਪਾਂ ਹੁਣ ਚੱਲਦੇ ਹਾਂ, ਸਾਡੇ ਨਾਲ ਲਾਈਨ ਤੇ ਆ ਚੁੱਕੇ ਆ ਮੇਰੇ ਸਤਿਕਾਰਯੋਗ ਵੀ ਸਾਹ ਜਗਜੀਤ ਸਿੰਘ ਸੋਤਾ ਜੀ, ਉਹ ਕੀ ਕਹਿਣਾ ਚਾਹੁੰਦੇ ਆ, ਉਹਨਾਂ ਬਾਰੇ ਵੀ ਚੱਲਦੇ ਹਾਂ ਭੇ ਉਹਨਾਂ ਦਾ ਕੀ ਲੋਹੜੀ ਦੇ ਤਿਉਹਾਰ ਤੇ ਕੀ ਸਾਡੇ ਸੋਤਿਆਂ ਨਾਲ ਕੀ ਕੁਛ ਸ਼ੇਅਰ ਕਰਨਾ ਚਾਹੁੰਦੇ ਆ ਕਿ ਉਹਨਾਂ ਦੀ ਆਪਣੀ ਜਵਾਨੀ ਸੁਣਦੇ ਆ। ਸਾਹ ਜਗਜੀਤ ਸਿੰਘ ਸੋਤਾ ਜੀ, ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ ਕਰਦਾ, ਸਵਾਗਤ ਕਰਦਾ ਹੈਗਾ ਤੁਸੀਂ ਅੱਜ ਦੇ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਲੋਹੜੀ ਦੇ ਤਿਉਹਾਰ ਤੇ? ਹਾਂਜੀ, ਅੱਜ ਦਾ ਜਿਸ ਤਰ੍ਹਾਂ ਲੋਹੜੀ ਦਾ ਜਿੱਦਾਂ ਭਈ ਤਿਉਹਾਰ ਅਸੀਂ ਸਾਰੇ ਭਈ ਜਿੱਦਾਂ ਨਾ ਭਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਇਹਦੇ ਪਿਛੋਕੜ ਵੱਲ ਜਿਸ ਵੇਲੇ ਜਾਓ ਨਾ ਤਾਂ ਫੇਰ ਤੁਹਾਨੂੰ ਪਤਾ ਲੱਗਦਾ ਵੀ ਇਹ ਕੀ ਚੀਜ਼ ਹੈਗਾ। ਜੇ ਤੁਸੀਂ ਵੈਦਿਕ ਧਰਮ ਦੇ ਰਸਾਲਿਆਂ ਦੇ ਵਿੱਚ ਜਾ ਕੇ ਪੜ੍ਹੋ ਤਾਂ ਲੋਹੜੀ ਦਾ ਜਿਹੜਾ ਮੂਲ ਹੈ ਉਹ ਹੈ ਤਿਲ ਰੋੜੀ, ਤੇ ਇਹਨੂੰ ਫੇਰ ਤਿਲੋੜੀ ਕਹਿਣ ਲੱਗ ਪਏ, ਫੇਰ ਇਹਦਾ ਨਾਂ ਫਿਰ ਲੋਹੜੀ ਬਣ ਗਿਆ। ਕਹਿਣ ਤੋਂ ਭਾਵ ਸੀਗਾ ਵੀ ਇਹ ਜਿੱਦਾਂ ਨਾ ਪਿਆਉਂਦਾ ਸੀ ਤੇ ਇਸ ਦਿਨ ਆਮ ਲੋਕ ਜਿਸ ਵੇਲੇ ਕੀ ਕਰਦੇ ਸੀ ਵੀ ਠੰਡ ਬਹੁਤ ਹੁੰਦੀ ਸੀ, ਕੋਈ ਗੋਹੇ ਲੈ ਕੇ, ਕੋਈ ਜਿੱਦਾਂ ਨਾ ਲੱਕੜੀਆਂ ਲੈ ਕੇ ਜਾਂ ਕਿੱਦਾਂ ਇੱਦਾਂ ਧੂਣੀ ਲਾ ਲੈਂਦੇ ਸੀ, ਤੇ ਘਰ ਦਾ ਹੀ ਜਿੱਦਾਂ ਗੁੜ ਹੁੰਦਾ ਸੀ, ਤਿਲ ਵੀ ਘਰਾਂ ਦੇ ਵਿੱਚ ਹੀ ਬੀਜੇ ਹੁੰਦੇ ਸੀ, ਉਹ ਭੇਤਾ ਖਾ ਕੇ ਆਪਣੇ ਆਪ ਨੂੰ ਨਿੱਘੇ ਫੀਲ ਕਰਦੇ ਸੀ। ਮਕਸਦ ਤਾਂ ਜਿਹੜਾ ਲੋਹੜੀ ਦਾ ਇਹ ਸੀਗਾ, ਪਰ ਇਹਨੂੰ ਫੇਰ ਅਸੀਂ ਨਾ ਬਹੁਤ ਸਾਰੀਆਂ ਪੁੱਠਾਂ ਦੇਤੀਆਂ ਪਿੱਲੇ ਵੀ ਜਿਸ ਦੇ ਘਰ ਮੁੰਡਾ ਜੰਮਿਆ ਤੇ ਉਹਨੂੰ ਵਧਾਈਆਂ ਦਿਓ ਤੇ ਲੋਹੜੀ ਮਨਾਓ, ਫਲਾਨੀ ਚੀਜ਼ ਕਰੋ, ਇਹ ਚੀਜ਼ਾਂ ਫਿਰ ਬਾਅਦ ਦੇ ਵਿੱਚ ਜਿਹੜੀਆਂ ਸਾਡੀਆਂ ਰਸਮਾਂ ਰਿਵਾਜਾਂ ਰੀਤਾਂ ਇਹਨਾਂ ਦੇ ਵਿੱਚ ਆ ਗਿਆ। ਔਰ ਇਹਨੂੰ ਹੀ ਫਿਰ ਬਾਅਦ ਚ ਜਿਹੜਾ ਕਿਉਂਕਿ ਹਰ ਇੱਕ ਚੀਜ਼ ਨੂੰ ਵਹਿਮਾਂ ਭਰਮਾਂ ਪਖੰਡਾਂ ਦੇ ਵਿੱਚ ਚੇਂਜ ਕਰਨੇ ਲਈ ਫਿਰ ਜਿਹੜੀ ਉਸ ਵੇਲੇ ਦੀਆਂ ਜਿਹੜੀਆਂ ਪ੍ਰੋਤ ਸ਼੍ਰੇਣੀਆਂ ਸੀਗੀਆਂ ਉਹਨਾਂ ਨੇ ਕੋਸ਼ਿਸ਼ ਕੀਤੀ ਪਹਿਲਾਂ ਵੀ ਇਹਨਾਂ ਨੂੰ ਏਦਾਂ ਦੇ ਵੀ ਮੰਤਰ ਦੱਸੇ ਜਾਣ ਜਾਂ ਕਿੱਦਾਂ। ਅੱਗੇ ਆਮ ਫਿਰ ਇਹ ਹੁੰਦਾ ਸੀ ਵੀ ਪੋਹ ਰਿੱਧੀ ਤੇ ਮਾਘ ਖਾਧੀ ਤੇ ਪੋਹ ਨੂੰ ਸਾਰਾ ਵੀ ਜਿੱਦਾਂ ਨਾ ਖੀਰਾਂ ਕੀ ਤੇ ਜਿੱਦਾਂ ਨਾ ਖਿਚੜੀਆਂ ਕੀ ਜਾਂ ਗੰਨੇ ਦੀ ਰਸ ਦੇ ਵੀ ਜਿੱਦਾਂ ਚੌਲ ਬਣਾ ਕੇ ਏਦਾਂ ਵੀ ਆਪਸ ਵਿੱਚ ਬੜੀਆਂ ਖੁਸ਼ੀਆਂ ਕੀਤੀਆਂ ਜਾਂਦੀਆਂ ਸੀ। ਪਰ ਇਹ ਫਿਰ ਜਿਹੜਾ ਉਸ ਵੇਲੇ ਦਾ ਜਾਂ ਬ੍ਰਾਹਮਣ ਸੀਗਾ ਜਾਂ ਉਸ ਵੇਲੇ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਕੋਸ਼ਿਸ਼ ਕਰੀਏ ਵੀ ਜਿੱਦਾਂ ਨਾ ਵੀ ਏਦਾਂ ਦੇ ਤਿਉਹਾਰ ਜਾਂ ਇਹ ਜਿਹੜਾ ਸਮਾਂ ਸੀਗਾ ਉਹਦੇ ਉੱਤੇ ਅਸੀਂ ਨਾ ਏਦਾਂ ਦੀਆਂ ਚੀਜ਼ਾਂ ਕਲਪ ਲਈਆਂ ਵੀ ਪੁੰਨਿਆ, ਮੱਸਿਆ, ਸੰਗਰਾਂਦ, ਦਸਵੀਂ, ਪੈਂਚਕਾਂ, ਹੋਲੀ, ਲੋਹੜੀ
ਜਾਂ ਹੋਰ ਜਿੱਦਾਂ ਰੱਖੜੀ ਏਦਾਂ ਦੇ ਬਹੁਤ ਸਾਰੇ ਵੀ ਜਿੱਦਾਂ ਨਾ ਵੀ ਬਹੁਤ ਵੱਡੇ ਰੂਪ ਦੇ ਵਿੱਚ ਅਸੀਂ ਬਣਾਉਣੇ ਸ਼ੁਰੂ ਕਰ ਦਿੱਤੇ ਔਰ ਇਸ ਦੇ ਵਿੱਚ ਹੀ ਸਾਡੇ ਜਿਹੜੀਆਂ ਫਰਜ਼ ਕਹਿ ਲਓ ਵੀ ਮੁੰਡਾ ਕਿਸੇ ਦੇ ਹੋਣਾ ਜਾਂ ਕਿਤੇ ਫਰਜ਼ ਕਹਿ ਲਓ ਮੁੰਡੇ ਦਾ ਵਿਆਹ ਹੋ ਗਿਆ ਕਿਆ ਹਲੇ ਸਾਲ ਨਹੀਂ ਹੋਇਆ ਚਲੋ ਜੀ ਮੁੰਡੇ ਦੇ ਵਿਆਹ ਤੋਂ ਬਾਅਦ ਇਹਦਾ ਲੋਹੜੀ ਪਾਓ ਫਲਾਨੀ ਚੀ ਇਹਨਾਂ ਜਿਹੜਾ ਰਸਮਾਂ ਸੀ ਇਹਨਾਂ ਨੇ ਸਾਡਾ ਫਿਰ ਬੜਾ ਹੀ ਕਾਣ ਕੀਤਾ ਇਹਦੇ ਨਾਲ ਹੀ ਬਹੁਤ ਸਾਰੇ ਜਿੱਦਾਂ ਨਾ ਵੀ ਜਿਹੜੇ ਕਮਰਸ਼ੀਅਲ ਲੋਕ ਸੀਗੇ ਹੁਣ ਇਹਨਾਂ ਦਿਨਾਂ ਦੇ ਵਿੱਚ ਦੇਖੋ ਵੀ ਜਿੱਦਾਂ ਨਾ ਵੀ ਬੜੇ ਬੜੇ ਜਿੱਦਾਂ ਨਾ ਵੀ ਟੰਨਾਂ ਦੇ ਹਿਸਾਬ ਨਾਲ ਵੀ ਰੇੜੀਆਂ ਕੀ ਹੋਰ ਏਦਾਂ ਦੀਆਂ ਚੀਜ਼ਾਂ ਲਿਆਂਦੀਆਂ ਜਾਂਦੀਆਂ ਇਹਨਾਂ ਨਾਲ ਫਿਰ ਉਸ ਤੋਂ ਬਾਅਦ ਫਿਰ ਖਾਸ ਕਰ ਸਾਡੇ ਅੱਜ ਕੱਲ੍ਹ ਜਿੱਦਾਂ ਨਾ ਬਦਲਵੇਂ ਰੂਪ ਦੇ ਵਿੱਚ ਜਿਹੜੇ ਉਦਾਸੀ ਨਿਰਮਲੇ ਸਾਧ ਸੰਤ ਮਹੰਤ ਡੇਰੇਦਾਰ ਸੰਪਰਦਾਇ ਇਹਨਾਂ ਨੇ ਆਪਣੀਆਂ ਫਿਰ ਰੋਟੀਆਂ ਬਣਾਉਣ ਲਈ ਲਓ ਜੀ ਪੰਜਾਂ ਸਿੰਘਾਂ ਨੂੰ ਪ੍ਰਸ਼ਾਦੇ ਛਕਾਓ ਤੇ ਆਹ ਕਰੋ ਏਦਾਂ ਦੀਆਂ ਚੀਜ਼ਾਂ ਅਸੀਂ ਔਰ ਇਹਨਾਂ ਦਿਨਾਂ ਦੇ ਵਿੱਚ ਹੀ ਲਓ ਜੀ ਅਸੀਂ ਤੇਰਾਂ ਤੇਰਾਂ ਸੁਖਮਨੀ ਸਾਹਿਬ ਦੇ ਪਾਠ ਰੱਖ ਲਏ ਆ ਇੱਥੇ ਅਸੀਂ ਸੰਪਰ ਪਾਠ ਰੱਖ ਲਏ ਇੱਥੇ ਏਦਾਂ ਕਰੋ ਵੀ ਲੋਕਾਂ ਨੇ ਆਪਣਾ ਜਿੱਦਾਂ ਨਾ ਹਲਵਾ ਮੰਡਾ ਪੂਰਾ ਕਰਨ ਲਈ ਇਹਨਾਂ ਚੀਜ਼ਾਂ ਨੂੰ ਬਹੁਤ ਸਾਰਾ ਵਿਗਾੜ ਕੇ ਰੱਖ ਦਿੱਤਾ ਹਾਲਤ ਇਹ ਹੋ ਗਈ ਵੀ ਜਦੋਂ ਅਸੀਂ ਫਰਜ਼ ਕਰ ਲਓ ਵੀ ਕਿਤੇ ਪਿਛਲੇ ਇਤਿਹਾਸ ਵੱਲ ਵੀ ਜਾਈਏ ਤੇ ਉਦੋਂ ਬੇਬੇ ਨਾਨਕੀ ਵੀ ਮਾਤਾ ਖੀਵੀ ਜੀ ਵੀ ਮਾਤਾ ਗੰਗਾ ਜੀ ਵੀਰੋ ਜੀ ਗੁਜਰੀ ਜੀ ਜੀਤੋ ਜੀ ਭਾਗ ਕੌਰ ਜੀ ਸ਼ਰਨ ਕੌਰ ਜੀ ਏਦਾਂ ਦੀਆਂ ਜੇ ਇਤਿਹਾਸ ਦਾਖਲ ਇਹਨਾਂ ਨੇ ਤਾਂ ਕਿਤੇ ਏਦਾਂ ਦੀਆਂ ਲੋਹੜੀਆਂ ਮਨਾਈਆਂ ਨੇ ਜਿੱਦਾਂ ਦੀਆਂ ਅੱਜ ਅਸੀਂ ਮਨਾ ਰਹੇ ਹਾਂ ਸੋ ਇਸ ਕਰਕੇ ਸਾਡੇ ਨਾ ਖਾਸ ਕਰ ਦੇਖਾ ਦੇਖੀ ਅਸੀਂ ਕਰਦੇ ਸਿੱਖ ਕੌਮ ਹੀ ਇੱਕ ਹੈਗੀ ਆ ਜਾਂ ਪੰਜਾਬੀ ਇੱਕ ਐਸੇ ਹੈਗੇ ਆ ਹੁਣ ਕਿਤੇ ਮੁਸਲਮਾਨਾਂ ਦੇ ਵਿੱਚ ਦੇਖੋ ਜਾਂ ਕ੍ਰਿਸਚੈਨਿਟੀ ਦੇ ਵਿੱਚ ਉਹ ਏਦਾਂ ਦੀਆਂ ਲੋਹੜੀਆਂ ਜਾਂ ਫਰਜ਼ ਕਰ ਲਓ ਹੋਰ ਏਦਾਂ ਦੇ ਤਿਉਹਾਰ ਨਹੀਂ ਮਨਾਉਂਦੇ ਪਰ ਇੱਕ ਸਿੱਖ ਹੀ ਆ ਵੀ ਜੇ ਫਰਜ਼ ਕਰ ਲਓ ਕ੍ਰਿਸਮਸ ਆਈ ਤੇ ਕ੍ਰਿਸਮਸ ਤੇ ਕਰੀ ਜਾਓ ਜੇ ਲੋਹੜੀ ਆ ਗਈ ਤਾਂ ਲੋਹੜੀ ਤੇ ਕਰੀ ਜਾਓ ਜੇ ਰੱਖੜੀ ਆ ਗਈ ਤਾਂ ਰੱਖੜੀ ਤੇ ਕਰੀ ਜਾਓ ਇਹ ਸਿਸਟਮ ਅਸੀਂ ਬਣਾ ਕੇ ਰੱਖ ਦਿੱਤਾ ਵੀ ਜਿਹਦੇ ਨਾਲ ਨਾ ਅਸੀਂ ਗੁਰਮਤ ਤੋਂ ਬਹੁਤ ਅਵੇਸਰੇ ਹੋ ਗਏ ਔਰ ਇਹਨਾਂ ਚੀਜ਼ਾਂ ਨੇ ਸਾਡਾ ਬੜਾ ਹੀ ਨੁਕਸਾਨ ਕੀਤਾ ਹੈਗਾ ਅੱਗੇ ਜਿੱਦਾਂ ਨਾ ਭਾਈਚਾਰਾ ਹੁੰਦਾ ਸੀ ਇਹ ਇੱਕ ਸਮਾਜਿਕ ਜਿੱਦਾਂ ਨਾ ਵੀ ਤਿਉਹਾਰ ਹੁੰਦੇ ਸੀ ਵੀ ਜਿਹਦੇ ਵਿੱਚ ਜਿਸ ਤਰ੍ਹਾਂ ਅਸੀਂ ਵੀ ਕਰਦੇ ਸੀ ਵੀ ਚਲੋ ਜੀ ਵੀ ਜੇ ਫਰਜ਼ ਕਰ ਲਓ ਵੀ ਕਿਸੇ ਦਰਖਤ ਦਾ ਮੁੱਢ ਪਿਆ ਉਹਨੂੰ ਵੀ ਜਿੱਦਾਂ ਅੱਗ ਲਾ ਲਓ ਵੀ ਸਾਰੇ ਪਿੰਡ ਦੇ ਇਕੱਠੇ ਹੋ ਕੇ ਜਿੱਦਾਂ ਉਹਨੂੰ ਸੇਕ ਲਓ ਜਾਂ ਕਿੱਦਾਂ ਫਿਰ ਅਸੀਂ ਜਿੱਦਾਂ ਨਾ ਲੋਹੜੀਆਂ ਦੇ ਵਿੱਚ ਹੀ ਏਦਾਂ ਦੀਆਂ ਰਸਮਾਂ ਚੌ ਵੀ ਵਿੱਚ ਵੀ ਅੱਗ ਦੇ ਵਿੱਚ ਫੂਕੀ ਜਾਓ ਤਿਲ ਵੀ ਉਹਦੇ ਵਿੱਚ ਪਾ ਕੇ ਫੂਕੀ ਜਾਓ ਔਰ ਖਾਣ ਨੂੰ ਕਿਸੇ ਨੂੰ ਦੇਣਾ ਨਹੀਂ ਪਰ ਏਦਾਂ ਦੀਆਂ ਚੀਜ਼ਾਂ ਦੇ ਉੱਤੇ ਵਾਰ ਵਾਰ ਕੇ ਉਹਨਾਂ ਦੇ ਵਿੱਚ ਸਿੱਟਣੇ ਜਿਹੜੇ ਨਾ ਇਹਨਾਂ ਨੂੰ ਅਸੀਂ ਧਾਰਮਿਕ ਰਸਮਾਂ ਬਣਾ ਲਈਆਂ ਸੋਤਾ ਸਾਹਿਬ ਇੱਕ ਮੈਂ ਤੁਹਾਡੇ ਵੱਲ ਚੱਲਦਾ ਹੈਗਾ ਤੁਹਾਡੀਆਂ ਗੱਲਾਂ ਚੋਂ ਜਿਹੜੀਆਂ ਮੈਂ ਸ਼ੇਅਰ ਕਰਨੀਆਂ ਚਾਹਾਂਗਾ ਪਰ ਜਿਹੜਾ ਤੁਸੀਂ ਇੱਕ ਇਹ ਵੀ ਦੱਸਿਆ ਹੈਗਾ ਕਿ ਅੱਜ ਜਿਹੜਾ ਲੋਹੜੀ ਦਾ ਤਿਉਹਾਰ ਆ ਇਹ ਤਿਉਹਾਰ ਸ਼ੁਰੂ ਦਾ ਕਿਤੇ ਹੋਰ ਹੋਇਆ ਸੀਗਾ ਬਾਅਦ ਪੰਡਤਾਂ ਜਿਹੜੇ ਹੈਗੇ ਆ ਪੁਰੋਹਿਤਾਂ ਨੇ ਆਪਣੇ ਹਿਸਾਬ ਨਾਲ ਇਹਨੂੰ ਫੇਕੂ ਰੰਗਤ ਦੇਣ ਵਾਸਤੇ ਵੱਖਰੇ ਵੱਖਰੇ ਢੰਗ ਨਾਲ ਇਹਨੂੰ ਜੋੜ ਲਿਆ ਜਿਹਨੂੰ ਇੱਕ 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 ਫੈਸਟੀਵਲ ਨੂੰ ਇੱਕ 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 ਰਿਲੀਜਨ ਨਾਲ ਹੀ ਜੋੜਨ ਦੀ ਕੋਸ਼ਿਸ਼ ਕੀਤੀ ਉਹਦੇ ਤੋਂ ਬਾਅਦ ਸਿੱਖਾਂ ਨੇ ਵੀ ਘੱਟ ਨਹੀਂ ਕੀਤੀ ਆਪਣੀਆਂ ਜਿਹੜੀਆਂ ਇਸ ਤਰ੍ਹਾਂ ਦੇ ਤੁਸੀਂ ਐਗਜ਼ਾਮਪਲਾਂ ਦਿੱਤੀਆਂ ਪਤੇਰਾਂ ਤੇਰਾਂ ਸੁਖਮਨੀ ਸਾਹਿਬ ਦੇ ਪਾਠ ਜਾਂ ਹੋਰ ਇਹੋ ਜਿਹਾ ਕਰਕੇ ਉਹ ਲੋਹੜੀ ਨੂੰ ਆਪਣੇ ਹਿਸਾਬ ਨਾਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਨਾਲ ਨਾਲ ਇੱਕ ਗੱਲ ਹਿਸਟਰੀ ਵਿੱਚੋਂ ਤਾਂ ਕੁਛ ਤੱਥ ਹੋਰ ਵੀ ਬੋਲਦੇ ਹੈਗੇ ਆ ਵੀ ਭਾਵੇਂ ਇਹੋ ਰੁੱਤ ਦੀ ਬਦਲੀ ਦੇ ਫਸਲਾਂ ਦੀ ਤਬਦੀਲੀ ਦੇ ਫਸਲਾਂ ਜਿਹੜੀ ਸਰਦ ਰੁੱਤ ਦੀ ਫਸਲ ਆ ਗੰਨਾ ਆ ਜਾਂ ਕਣਕ ਵੀ ਉਧਰ ਨੂੰ ਅਕਤੂਬਰ ਚ ਬੀਜਦੇ ਆ ਬਾਅਦ ਵਿਚ ਆਉਣੀ ਹੁੰਦੀ ਆ ਇਕ ਦੋ ਮਹੀਨਿਆਂ ਬਾਅਦ ਜਾਂ ਫਸਲਾਂ ਦੇ ਨਾਲ ਰੁੱਝੀ ਪਈ ਹੈਗੀ ਆ ਗੱਲ ਮੌਸਮ ਦੇ ਤਬਦੀਲੀ ਨਾਲ ਪਰ ਉਹਦੇ ਨਾਲ ਨਾਲ ਇੱਕ ਹਿਸਟਰੀ ਜਿਹੜੇ ਪੰਜਾਬ ਦੇ ਲੋਕ ਗੀਤ ਹੈਗੇ ਆ ਜਿਹੜੀ ਸਾਡੇ ਪ੍ਰੀਵੀਅਸ ਜਿਹੜੇ ਲਿਸਨਰ ਗੱਲਾਂ ਵੀ ਕਰਕੇ ਗਏ ਆ ਦੁੱਲਾ ਭੱਟੀ ਵਾਲੀ ਦੁੱਲਾ ਅੱਜ ਵੀ ਪੰਜਾਬ ਦੇ ਉਹ ਗੀਤ ਜਿਹੜੇ ਆ ਕੋਈ ਵੀ ਉਹਨੂੰ ਝਠਲਾ ਨਹੀਂ ਸਕਿਆ ਇੱਕ ਵਧੀਆ ਗੱਲਾਂ ਵੱਲ ਨੂੰ ਤੇ ਸੁੰਦਰ ਮੁੰਦਰੀਏ ਇੱਕ ਪੰਡਿਤ ਦੀਆਂ ਬੱਚੀਆਂ ਸੀਗੀਆਂ ਉਹਨੂੰ ਦੁੱਲਾ ਭੱਟੀ ਜਿਹਦਾ ਅਬਦੁੱਲਾ ਭੱਟੀ ਜਿਹਦਾ ਨਾਂ ਸੀਗਾ ਤੇ ਉਸ ਵੇਲੇ ਉਹ ਲਟੀਰਾ ਸੀਗਾ ਹਾਕਮਾਂ ਨੂੰ ਵੱਡਾ ਚੈਲੰਜ ਸੀਗਾ ਤੇ ਉਹਦਾ ਕੰਮ ਇਹੋ ਸੀਗਾ ਤੇ ਲੁੱਟਣਾ ਲੁੱਟ ਕੇ ਗਰੀਬਾਂ ਦੇ ਵਿੱਚ ਮਾਲ ਵੰਡ ਦੇਣਾ ਤੇ ਉਸ ਵੇਲੇ ਦਾ ਉਹ ਰੋਬਨ ਹੁੱਡ ਹੋਇਆ ਪੰਜਾਬ ਦਾ ਤੇ ਉਹਨੂੰ ਵੀ ਅੱਜ ਲੋਕ ਉਸੇ ਤਰ੍ਹਾਂ ਉਹ ਭਾਵਾਂ 15ਵੀਂ 16ਵੀਂ ਸਦੀ ਵਿੱਚ ਜਿਹੜਾ ਆ ਇਹੋ ਗੱਲ ਆ ਉਹਨੂੰ ਲੋਕਾਂ ਨੇ ਆਪਣੇ ਕਲਚਰ ਵਿਚ ਵਸਾ ਲਿਆ ਤੇ ਅੱਜ ਵੀ ਦੁੱਲੇ ਨੂੰ ਯਾਦ ਕਰਦੇ ਹੈਗੇ ਆ ਤੇ ਉਹ ਦੁੱਲੇ ਨੇ ਤਾਂ
ਧੀਆਂ ਦੀ ਰਾਖੀ ਕੀਤੀ ਸੀ, ਅੱਜ ਜਿਹੜੇ ਆ ਅੱਜ ਸਮੇਂ ਦੇ ਹਕਮ ਆ ਧੀਆਂ ਦੀ ਉਹਨਾਂ ਨੇ ਰਾਖੀਆਂ ਤਾਂ ਕੀ ਕਰਨੀਆਂ, ਬੱਚੀਆਂ ਦੀਆਂ ਰਾਖੀਆਂ ਤਾਂ ਕੀ ਕਰਨੀਆਂ, ਉਹ ਤਾਂ ਅੱਜ ਜੇ ਤਾਂ ਕਦੀ ਕੁਛ ਨਾ ਕੁਛ ਇੱਦਾਂ ਦਾ ਵੀ ਇਹੋ ਨਹੀਂ ਆਉਂਦਾ ਪਈ ਅੱਜ ਦੇ ਵੀ ਸਮੇਂ ਦੀ ਲਲਕਾਰ ਤਾਂ ਕੁਛ ਹੋਰ ਹੀ ਆ ਪਏ, ਸਾਰੇ ਸਮਾਜ ਨੂੰ ਇੱਦਾਂ ਦੇ ਬੰਦਿਆਂ ਦੇ ਦੁੱਲੇ ਪੱਟੀ ਤੇ ਤਾਂ ਗੀਤ ਗਾਉਣੇ ਚਾਹੀਦੇ ਆ, ਪਰ ਇੱਦਾਂ ਦੇ ਜਿਹੜੇ ਸਮੇਂ ਦੇ ਹਕਮ ਆ ਉਹਨਾਂ ਨੂੰ ਵੀ ਅੱਜ ਦੁੱਲੇ ਪੱਟੀ ਦੇ ਅਨੁਸਾਰ ਤਾਂ ਸਾਨੂੰ ਉਹਨਾਂ ਨੂੰ ਚੈਲੰਜ ਕਰਨਾ ਬਣਦਾ, ਚਾਹੇ ਉਹ ਪੁਲਿਸ ਅਧਿਕਾਰੀ ਆ ਚਾਹੇ ਰਾਜਨੀਤਿਕ ਆਗੂ ਆ। ਇਹ ਵੀ ਇੱਕ ਲੋਹੜੀ ਤੇ ਇੱਕ ਮੈਸੇਜ ਨਹੀਂ ਬਣਨਾ ਚਾਹੀਦਾ ਸਮਾਜ ਦੀਆਂ ਕੁਰੀਤੀਆਂ ਦੇ ਖਿਲਾਫ, ਔਰਤਾਂ ਦੇ ਹੱਕ ਦੇ ਵਿਚ ਜਿਨ੍ਹਾਂ ਦੀ ਨੂੰ ਅੱਜ ਵੀ ਇਹੋ ਸਮਾਜ ਦੇ ਵਿਚ ਉਥੇ ਛੇੜਛਾੜ ਤੋਂ ਲੈ ਕੇ ਰੇਪ ਦੀਆਂ ਘਟਨਾਵਾਂ ਤੱਕ ਵੀ ਇਹੋ ਚੱਲਦੀਆਂ ਹੈਗੀਆਂ, ਤਾਂ ਇਹਨੂੰ ਕਿੱਦਾਂ ਇੱਦਾਂ ਨੀ ਇੱਕ ਲੋਹੜੀ ਨੂੰ ਤੁਸੀਂ ਯਾਦ ਕਰਦੇ ਪੇ? ਹਾਂ, ਪੰਜਾਬ ਦੇ ਉਹਨਾਂ ਲੋਕ ਗੀਤਾਂ ਨੂੰ ਅਸੀਂ ਤੁਸੀਂ ਮੈਂਸ਼ਨ ਕੀਤਾ ਦੁੱਲਾ ਭੱਟੀ ਦੇ ਬਾਰੇ ਜਾਂ ਕਿਸ ਤਰ੍ਹਾਂ ਵੀ ਇਹਦੀ ਪ੍ਰੋਪਰ ਜਿਹੜੀ ਹਿਸਟਰੀ ਆ ਉਹ ਜਾਂ ਉਹਦੇ ਜਿਹੜੇ ਕੋਈ ਕਾਰਨਾਮੇ ਸੀ ਉਹਨਾਂ ਨੂੰ ਅਸੀਂ ਵਿਸਾਰ ਦਿੱਤਾ, ਤੇ ਜਿਹੜੀਆਂ ਨਾ ਉਹਦੇ ਵਿਚੋਂ ਸਿਰਫ ਇੱਕ ਗਾਣੇ ਦੀ ਤੌਰ ਤੇ ਇੱਕ ਗਾਣੇ ਤੋਂ ਤੌਰ ਤੇ ਉਹਦੇ ਤੇ ਵੀ ਬਹੁਤ ਵੱਡਾ ਮੈਸੇਜ ਮਿਲਦਾ ਹੈਗਾ, ਜਿਮੀਦਾਰਾ ਲੁੱਟੀ ਪੇ ਜਿਮੀਦਾਰ ਰਹਿਣ ਦਿੱਤਾ। ਹਾਂ, ਗਾਣੇ ਤਾਂ ਪਰ ਉਹਨੂੰ ਅਸਲ ਵਿਚ ਪ੍ਰੈਕਟਿਸ ਦੇ ਵਿਚ ਅਸੀਂ ਤਾਂ ਬਾਬੇ ਨਾਨਕ ਨੂੰ ਵੀ ਭੁੱਲ ਗਏ, ਉਹਨੇ ਤਾਂ ਕਿਹਾ ਏਤੀ ਮਾਰ ਪਈ ਕਰਲਾਣੇ ਤਾਂ ਕਿ ਦਰਦ ਨਾ ਆਵੇ, ਮਤਲਬ ਉਹ ਔਰਤ ਦੇ ਲਈ ਵੀ ਬੋਲਿਆ ਹੈਗਾ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਹਿ ਜਾਣ। ਅਸੀਂ ਉਹ ਸਾਰੇ ਅੜਾਮੇ ਦੇਣੇ ਵੀ ਬੰਦ ਕਰ ਦਿੱਤੇ ਜਿਹੜੇ ਜ਼ੁਲਮ ਦੇ ਖਿਲਾਫ਼ ਹੈਗੇ ਆ, ਅਸੀਂ ਉਹ ਆਪਣੇ ਪ੍ਰੈਕਟਿਸ ਵਿਚ ਬਾਣੀ ਨੂੰ ਵੀ ਅਪਣਾਉਣਾ ਛੱਡ ਦਿੱਤਾ, ਤੇ ਅਸੀਂ ਜਿਹੜੀਆਂ ਆਹ ਜਿਹੜੀਆਂ ਲੋਕ ਕਥਾਵਾਂ ਤੱਕ ਰਹਿ ਗਈਆਂ, ਪਰ ਇਹਨੂੰ ਕਿਸੇ ਨੇ ਇਹਨੂੰ ਬੁੱਝਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਇਹ ਲੋਕ ਗੀਤ ਦੇ ਮਗਰ ਜਿਹੜੀਆਂ ਆਹ ਵੀ ਪਰੰਪਰਾ ਖੜੀਆਂ ਪਈਆਂ ਹੈਗੀਆਂ, ਜਿਹਨੂੰ ਅਸੀਂ ਨੈਤਿਕਤਾ ਦੀ ਗੱਲ ਬੰਸਲ ਸਾਹਿਬ ਗੱਲ ਕਰਕੇ ਗਏ ਆ, ਅਸੀਂ ਉਹਨੂੰ ਯਾਦ ਕਰਨਾ ਹੈਗਾ, ਤੇ ਉਧਰ ਨੂੰ ਤੁਰਨ ਵਾਲੀ ਗੱਲ ਅਸੀਂ ਕਿਉਂ ਇਹੋ ਭੁੱਲਦੇ ਜਾ ਰਹੇ ਹੈਗੇ ਆ ਆਪਣੀਆਂ। ਹਾਂਜੀ, ਹੁਣ ਦੇਖੋ ਜੇ ਨਾ ਅੱਜ ਕੱਲ ਏਦਾਂ ਦੀਆਂ ਜਿਹੜੀਆਂ ਊਣਤਾਈਆਂ ਜਾਂ ਸਿੱਖ ਕੌਮ ਦੇ ਵਿਚ ਜਾਂ ਹੋਰ ਸਿੱਖਾਂ ਦੇ ਵਿਚ ਗਿਰਾਵਟਾਂ ਆਈਆਂ ਹੈਗੀਆਂ, ਹੁਣ ਅਸੀਂ ਨਾ ਹਰਿਮੰਦਰ ਸਾਹਿਬ ਦੇ ਉੱਤੇ ਜਿੱਦਾਂ ਨਾ ਪਈ ਸੋਨਾ ਲਾ ਕੇ ਜਿੱਦਾਂ ਨਾ ਸਮਝਦੇ ਪਏ ਅਸੀਂ ਬਹੁਤ ਵੱਡੇ ਕਾਰਜ ਕਰ ਰਹੇ ਹਾਂ ਔਰ ਬੜੇ ਬੜੇ ਜਿੱਦਾਂ ਨਾ ਬਜਟ ਬਣਾ ਬਣਾ ਕੇ ਸੋਨੇ ਤੇ, ਪਰ ਜਿਹੜੀਆਂ 84 ਦੇ ਵਿਚ ਬੀਬੀਆਂ ਪੂਰੀਆਂ ਹੋ ਗਈਆਂ ਔਰ ਉਹਨਾਂ ਉਹ ਜਿਹਨਾਂ ਬੰਦਿਆਂ ਨੇ ਪੀ ਜਿੱਦਾਂ ਨਾ ਪੀ ਉਹਨਾਂ ਦੇ ਪਤੀਆਂ ਨੂੰ ਮਾਰਿਆ ਹੈਗਾ ਉਹਨਾਂ ਦੇ ਘਰ ਹੀ ਜਿੱਦਾਂ ਭਾਂਡੇ ਮਾਂਜ ਮਾਂਜ ਕੇ ਜਿੱਦਾਂ ਨਾ ਆਪਣੇ ਗੁਜ਼ਾਰੇ ਕਰ ਰਹੀਆਂ ਹੈਗੀਆਂ, ਉਹਨਾਂ ਵੱਲ ਨਹੀਂ ਅਸੀਂ ਦੇਖਿਆ। ਅਸੀਂ ਤਾਂ ਸਿਰਫ ਇਹ ਦੇਖਦੇ ਹਾਂ ਵੀ ਧਰਮ ਦਾ ਫੈਲਾਅ ਕਿੱਦਾਂ ਹੋਵੇ, ਇਹਦਾ ਵਾਧਾ ਕਿੱਦਾਂ ਹੋਵੇ ਜਾਂ ਇਹਦੇ ਵਿਚ ਏਦਾਂ ਦੀਆਂ ਊਣਤਾਈਆਂ ਉਹ ਉਹਨਾਂ ਲੋਕਾਂ ਦੇ ਜਿਨ੍ਹਾਂ ਨੇ ਉਹਨਾਂ ਦੇ ਪਤੀਆਂ ਨੂੰ ਮਾਰਿਆ ਉਹਨਾਂ ਦੇ ਘਰਾਂ ਦੇ ਹੀ ਭਾਂਡੇ ਮਾਂਜ ਮਾਂਜ ਕੇ ਵਿਚਾਰੀਆਂ ਆਪਣਾ ਗੁਜ਼ਾਰਾ ਕਰ ਰਹੀਆਂ। ਔਰ ਦੇਖਣਾ ਤਾਂ ਇਹ ਹੈਗਾ ਵੀ ਸਾਡੀ ਕੌਮ ਕਿੱਧਰ ਬਣੀ ਸੀ, ਕਿੱਧਰ ਨੂੰ ਅਸੀਂ ਤੁਰ ਪਏ ਹਾਂ, ਔਰ ਸਾਡੇ ਜਿਹੜੇ ਨਾ ਸਾਨੂੰ ਸਾਡਾ ਜਿਹੜਾ ਇਖਲਾਕ ਸੀ ਨਾ ਇਹ ਜਿੰਨੇ ਵੀ ਧਾਰਮਾਂ ਦੇ ਠੇਕੇਦਾਰ ਹੈ ਜਾਂ ਕਿਸ ਤਰ੍ਹਾਂ ਇਹਨਾਂ ਨੇ ਸਾਨੂੰ ਜਿੱਦਾਂ ਨਾ ਵੀ ਕੁਛ ਕਹਿਣ ਜੋਗੇ ਛੱਡਿਆ ਨਹੀਂ ਵੀ ਇਹਨਾਂ ਨੇ ਵੀ ਜਿੱਦਾਂ ਇਹੀ ਆ ਵੀ ਤੁਸੀਂ ਬਸ ਜੀ ਆਓ ਜੀ ਇੱਥੇ ਪਾਠ ਰੱਖਿਓ ਇੱਥੇ ਸੰਪਟ ਪਾਠ ਰੱਖਿਓ ਇੱਥੇ ਆਹ ਕੀਤਾ ਆ ਬਸ ਇੱਥੇ ਆ ਕੇ ਇੰਨਾ ਹੀ ਸੁਣੀ ਜਾਓ। ਪਰ ਪਹਿਲਾਂ ਤਾਂ ਬਹੁਤ ਵਧੀਆ ਇਹੋ ਜਦੋਂ ਧਾਰਨਾਵਾਂ ਸ਼ੁਰੂ ਹੋਈਆਂ ਹੈਗੀਆਂ ਜਿਹੜੀਆਂ ਇਹੋ ਤਿਉਹਾਰਾਂ ਦੀਆਂ ਉਹ ਵਧੀਆ ਸੀ, ਹਿੰਦੂਆਂ ਮੁਸਲਮਾਨਾਂ ਸਿੱਖਾਂ ਦਾ ਇਹੋ ਤਿਉਹਾਰ ਹੈਗਾ ਵੀ ਅੱਜ ਮੁਸਲਮਾਨ ਭਾਈਚਾਰੇ ਚ ਇਹੋ ਪਾਕਿਸਤਾਨ ਚ ਇਹ ਕਾਫੀ ਪ੍ਰਚਾਰ ਹੈਗਾ ਪਈ ਇਹੋ ਜਿਹੜਾ ਤਿਉਹਾਰ ਆ ਲੋਹੜੀ ਦਾ ਇਹੋ ਹਿੰਦੂਆਂ ਦਾ ਤਿਉਹਾਰ ਆ, ਉਹਦੇ ਕਰਕੇ ਨੈਗਲੈਕਟ ਕਰੇ। ਹੋਰ ਪਾਸੇ ਵੀ ਜਿੱਦਾਂ ਆਹ ਸੁੰਦਰ ਮੁੰਦਰੀ ਏਦਾਂ ਪ੍ਰਚਾਰ ਕੀਤੇ ਆ, ਸੁੰਦਰੀ ਤਾਂ ਮੁੰਦਰੀ ਹਿੰਦੂ ਪਰਿਵਾਰ ਚ ਅਸੀਂ ਬੱਚੀਆਂ ਸੀਗੀਆਂ ਐਂਟਰਟੇਨਮੈਂਟ ਲਈ ਰੱਖ ਲਿਆ, ਨਹੀਂ ਹਿੰਦੂ ਪਰਿਵਾਰ ਉਹ ਬੱਚੀਆਂ ਭੇ ਹਿੰਦੂਆਂ ਦਾ ਤਿਉਹਾਰ ਆ, ਏਦਾਂ ਤਿਉਹਾਰਾਂ ਨੂੰ ਅਸੀਂ ਜਿਹੜਾ ਇਹਦਾ ਨੈਤਿਕਤਾ ਤੁਰਨੀ ਚਾਹੀਦੀ ਆ, ਇਹਦੇ ਚ ਕੁਛ ਪ੍ਰਿੰਸੀਪਲੀ ਤੌਰ ਤੇ ਮੈਸੇਜ ਜਾਂਦਾ ਤਕੜਾ, ਤੇ ਉਹਨੂੰ ਅਸੀਂ ਭੁੱਲ ਗਏ ਲਿਜਾਣ ਨੂੰ। ਅਸੀਂ ਇਹਨੂੰ ਤਿਉਹਾਰਾਂ ਨੂੰ ਫਿਰਕਾ ਪ੍ਰਸਤੀ ਦੇ ਅਨੁਸਾਰ ਹੀ ਵੰਡਣਾ ਸ਼ੁਰੂ ਕਰ ਦਿੱਤਾ। ਇਹ ਕੀ ਗੱਲ ਕੀ ਹੈ, ਅਸੀਂ ਹਰ ਇੱਕ ਨੂੰ ਆਪਣੇ ਧਰਮਾਂ ਫਿਰਕਿਆਂ ਨਾਲ ਹੀ ਵੰਡਣ ਲੱਭ ਗਏ ਆ, ਤੇ ਅਸਲ ਵਿਚ ਉਪਦੇਸ਼ ਜਿਹੜਾ ਆ ਸੱਚਾ ਅੱਜ ਕਿੱਦਾਂ ਜਾਊਗਾ, ਜਦਕਿ ਪੰਜਾਬੀ ਜਿਹੜੇ ਆ ਅਸੀਂ ਮੁੰਡਿਆਂ ਦੇ ਲੋਹੜੀਆਂ ਮਨਾਉਂਦੇ ਆ, ਕੁੜੀਆਂ ਨੂੰ ਇਗਨੋਰ ਕਰਦੇ ਆ, ਕੁੜੀਆਂ ਦੇ ਮੁੰਡਿਆਂ ਦੀ ਅਨੁਪਾਤ ਵਿਚ ਹਲੇ ਵੀ ਬਹੁਤ ਵੱਡਾ ਫਰਕ ਹੈਗਾ, ਤੇ ਅਸੀਂ ਉਹ ਸਹੀ ਬਹਿਨੇ ਅੱਜ ਪਛਾਣਨ ਦੀ ਲੋੜ ਨਹੀਂ ਹੈਗੀ ਸਮਝਦੇ, ਪਰ ਸਮਾਂ ਤੇ ਉਲਟੇ ਰਸਤੇ ਅਸੀਂ ਪੰਜਾਬੀਆਂ ਨੇ ਤੁਰਨਾ ਹੈਗਾ। ਜਿਹੜੀਆਂ ਨਾ ਪੁਰਾਤਨ ਜਿਹੜੀਆਂ ਚੀਜ਼ਾਂ ਸੀ ਨਾ, ਹੁਣ ਦੇਖੋ ਵੀ ਇਹ ਲੋਹੜੀ ਤੋਂ ਬਾਅਦ ਹੀ ਦੂਸਰੇ ਦਿਨ ਫਿਰ ਮਾਘੀ ਦਾ ਜਿੱਦਾਂ ਮੇਲਾ ਆ ਜਾਂਦਾ ਹੈਗਾ,
ਮਾਘੀ ਦੇ ਮੇਲੇ ਦੇ ਉੱਤੇ ਇਹ ਬਣਾ ਲਿਆ ਗਿਆ। ਅਸੀਂ ਨਾ ਖਾਸ ਕਰ ਇਤਿਹਾਸ ਦੇ ਨਾਲ ਇੰਨੀ ਜਿੱਦਾਂ ਨਾ ਪਈ ਛੇੜਖਾਨੀ ਕੀਤੀ ਆ ਪੀ ਇਹ ਜਿਹੜੇ ਸਾਡੇ ਜਿਹੜੇ ਨਾ 40 ਮੁਕਤੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹੈਗੇ ਉਹਦੇ ਬਹੁਤ ਸਾਰੇ ਇਤਿਹਾਸ ਪੱਖੋਂ ਵੀ ਲੋਕ ਇੰਨੇ ਪੀ ਜਿੱਦਾਂ ਅਣਜਾਣ ਹੈਗੇ ਆ, ਉਹਨਾਂ ਨੂੰ ਇਹ ਨਹੀਂ ਪਤਾ ਪੀ ਉਹ ਕਦੋਂ ਹੋਇਆ, ਕਿਦੋਂ ਹੋਇਆ, ਕਿਸ ਤਰ੍ਹਾਂ ਉਹਦਾ ਵਾਤਾਵਰਨ ਕੀ ਸੀ। ਅਸੀਂ ਸਿਰਫ ਉਹਨੂੰ ਮੇਲੇ ਦੀ ਰੰਗਤ ਦੇ ਕੇ ਲਓ ਜੀ ਇੱਥੇ 40 ਜਿਹੜੇ ਪੇ ਮੁਕਤੇ ਸੀ ਉਹਨਾਂ ਦੀ ਪੀ ਜਿੱਦਾਂ ਨਾ ਪੀ ਖਿਦਰਾਣੇ ਦੀ ਢਾਬ ਦੇ ਉੱਤੇ ਇੱਦਾਂ ਦਾ ਪਿਆ ਮਸਲਾ ਹੋਇਆ, ਪਰ ਉਹ ਜਿਹੜੀ ਆਮ ਸਿੱਖ ਹਿਸਟਰੀ ਦੇ ਵਿੱਚ ਜਿਹੜੀਆਂ ਤਿੱਥਾਂ ਤੇ ਵਾਰਾਂ ਅੱਜ ਤੁਸੀਂ ਦਿਨ ਕੱਢੋ ਉਹ ਫੈਬਰਵਰੀ ਦੇ ਵਿੱਚ ਹੋਇਆ ਸੀ। ਤੇ ਸਾਨੂੰ ਏਦਾਂ ਦੀਆਂ ਸਾਰੀਆਂ ਜਿੱਦਾਂ ਨਾ ਸਾਡੇ ਤਿਉਹਾਰ ਏਦਾਂ ਜੋੜ ਕੇ ਜਿਹੜੇ ਹਿੰਦੂਆਂ ਦੇ ਤਿਉਹਾਰ ਸੀ ਉਹਨਾਂ ਨੂੰ ਅਸੀਂ ਆਪਣੀ ਰੰਗਤ ਦੇ ਕੇ ਜਿੱਦਾਂ ਦੀਵਾਲੀ ਦਾ ਪ੍ਰੋਗਰਾਮ ਵੀ ਆ, ਬੰਦੀ ਛੋੜ ਦੇ ਉੱਤੇ ਕੱਲ ਹੀ ਮੈਂ ਜਿਸ ਵੇਲੇ ਸੁਣ ਵੀ ਰਿਹਾ ਸੀ ਬੰਦੀ ਛੋੜ ਤਾਂ ਗੁਰੂ ਨਾਨਕ ਨੇ ਜਿਸ ਵੇਲੇ ਪੀ ਬਾਬਰ ਦੇ ਸਮੇਂ ਦੇ ਉੱਤੇ ਕਈਆਂ ਦੀ ਬੰਦੀ ਖਲਾਸੀ ਕੀਤੀ ਆ, ਸਾਰਾ ਕੁਛ ਕੀਤਾ ਹੈਗਾ। ਅਸੀਂ ਨਾ ਆਪਣਿਆਂ ਨੂੰ ਵੀ ਹਿੰਦੂ ਧਰਮ ਦੇ ਤਿਉਹਾਰਾਂ ਦੇ ਨਾਲ ਆਪਣੇ ਇਤਿਹਾਸ ਨੂੰ ਜੋੜ ਕੇ ਅਸੀਂ ਖਿਲਵਾੜ ਕਰਦੇ ਆ। ਚਲੋ ਇਤਿਹਾਸ ਨੂੰ ਜਿਹੜਾ ਹੈਗਾ ਪਰ ਅਸਲੀ ਜਿਹੜੇ ਤੱਥ ਆ ਉਹਨੂੰ ਅਸੀਂ ਜੇ ਤੋੜ ਮਰੋੜ ਕੇ ਪੇਸ਼ ਕਰਾਂਗੇ ਤਾਂ ਉਹਦੇ ਨਾਲ ਇੱਕ ਹਰ ਇੱਕ ਤਿਉਹਾਰ ਨੂੰ ਜਿਹੜੇ ਵਧੀਆ ਮੈਸੇਜ ਆ, ਚਾਹੇ ਹਿੰਦੂਆਂ ਦਾ ਤਿਉਹਾਰ ਆ, ਚਾਹੇ ਸਿੱਖਾਂ ਦਾ ਤਿਉਹਾਰ ਆ, ਚਾਹੇ ਮੁਸਲਮਾਨਾਂ ਦਾ ਤਿਉਹਾਰ ਆ, ਚਾਹੇ ਕ੍ਰਿਸ਼ਨਾਂ ਦਾ, ਪੀ ਉਹਦਾ ਇੱਕ ਥੀਮ ਪਛਾਣ ਕੇ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਜੇ ਉਹ ਪ੍ਰਫੁੱਲਤ ਹੋਵੇ ਉਹ ਸਾਰੀ ਸਮੁੱਚੀ ਕਮਿਊਨਿਟੀ ਦੀ ਸੇਵਾ ਆ। ਭਾਈ ਇਹੋ ਹੀ ਅੱਜ ਲੋਹੜੀ ਤੇ ਵੀ ਕੁਛ ਹੋਰ ਵਿਸ਼ੇਸ਼ ਮੈਸੇਜ ਨਹੀਂ ਤੁਸੀਂ ਦੇਣਾ ਚਾਹੋਗੇ ਭਾਈ ਮੁੰਡੇ ਕੁੜੀਆਂ ਦੀ ਲੋਹੜੀ ਵੀ ਕੁੜੀਆਂ ਦੀ ਵੀ ਬਰਾਬਰ ਮਨਾਈਏ ਜਾਂ ਕੋਈ ਹੋਰ ਮੈਸੇਜ ਤੁਹਾਡਾ ਕੀ ਹੈਗਾ ਇਹਦੇ ਬਾਰੇ? ਗੁਰੂ ਸਾਹਿਬਾਂ ਨੇ ਤਾਂ ਇਹ ਕਿਹਾ ਪੀ ਜਿਹੜਾ ਵੀ ਚਾਹੇ ਉਹ ਇਸਤਰੀ ਰੂਪ ਦੇ ਵਿੱਚ ਕੋਈ ਬੱਚਾ ਪੈਦਾ ਹੁੰਦਾ ਚਾਹੇ ਉਹ ਪੁਰਖ ਰੂਪ ਦੇ ਵਿੱਚ ਪੈਦਾ ਹੁੰਦਾ, ਗੁਰੂ ਸਾਹਿਬਾਂ ਨੇ ਤਾਂ ਸਾਰਿਆਂ ਲਈ ਉਪਦੇਸ਼ ਇੱਕੋ ਜਿਹਾ ਦਿੱਤਾ ਹੈਗਾ ਪੀ ਇਹ ਨਹੀਂ ਹੈਗਾ ਪੀ ਤੁਸੀਂ ਨਾ ਪੀ ਇਸਤਰੀ ਨਾਲ ਜਾਂ ਫਰਜ ਕਰ ਲਓ ਬੱਚੀਆਂ ਦੇ ਨਾਲ ਕੋਈ ਵਿਤਕਰਾ ਕਰੋ ਜਾਂ ਫਰਜ ਕਰ ਲਓ ਪੀ ਮੁੰਡਿਆਂ ਨੂੰ ਜਿੱਦਾਂ ਨਾ ਪੀ ਕਰੋ। ਅੱਜ ਜਿਹੜਾ ਇਤਿਹਾਸ ਹੈ ਉਹ ਇਹਨਾਂ ਚੀਜ਼ਾਂ ਨੂੰ ਜਾਂ ਅੱਜ ਦਾ ਜਿਹੜਾ ਨਾ ਨੌਜਵਾਨ ਹੈ ਉਹ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਨਹੀਂ ਕਰਦਾ, ਪਰ ਸਾਡੇ ਜਿਹੜੀਆਂ ਨਾ ਪਿਛਲੀਆਂ ਜਿਨ੍ਹਾਂ ਨੂੰ ਅਸੀਂ ਕਹਿੰਦੇ ਰੀਤਾਂ ਰਸਮਾਂ ਪਰੰਪਰਾਵਾਂ ਉਹਨਾਂ ਨੇ ਸਾਡਾ ਜਿਸ ਵੇਲੇ ਬੇੜਾ ਜ਼ਿਆਦਾ ਗਰਕ ਕਰ ਰਿਹਾ। ਤੁਸੀਂ ਆਪਣੀ ਨਵੀਂ ਸੋਚ ਲੈ ਕੇ ਆਪਣੇ ਬੱਚਿਆਂ ਬੱਚੀਆਂ ਦੇ ਵਿੱਚ ਕਿਸੇ ਵੀ ਕਿਸਮ ਦਾ ਕੋਈ ਵਿਤਕਰਾ ਨਹੀਂ ਕਰਨਾ ਅਸੀਂ। ਸੋਤਾ ਸਾਹਿਬ ਤੁਸੀਂ ਤੁਹਾਡੇ ਗ੍ਰੈਂਡ ਚਿਲਡਰਨ ਕਿੱਦਾਂ ਤੁਹਾਡਾ ਤੁਸੀਂ ਬੱਚਿਆਂ ਬੱਚੀਆਂ ਦਾ ਕਿੱਦਾਂ ਮਨਾਉਂਦੇ ਹੈਗੇ? ਅਸੀਂ ਤਾਂ ਜਿਸ ਤਰ੍ਹਾਂ ਜਿਸ ਵੇਲੇ ਉਹਨਾਂ ਦਾ ਫਰਜ ਕਰ ਲੋ ਪੀ ਆਏ ਆ ਅਸੀਂ ਸਾਰਿਆਂ ਨੇ ਖੁਸ਼ੀ ਕੀਤੀ ਆ, ਚਾਹੇ ਬੱਚੀ ਆਈ ਆ ਚਾਹੇ ਬੱਚਾ ਆਇਆ, ਔਰ ਕਿਤੇ ਵੀ ਕੋਈ ਵਿਤਕਰਾ ਨਹੀਂ ਪੈਣ ਦਿੱਤਾ ਤੇ ਨਾ ਪੈਣ ਦੇਣਾ, ਕਿਉਂਕਿ ਆਪਾਂ ਜਿਹੜੀ ਜਿੱਦਾਂ ਇਹ ਦੁਨੀਆਂ ਦੇ ਵਿੱਚ ਹੈਗੇ ਆ ਅਸੀਂ ਤਾਂ ਇਹੀ ਕਹਿੰਦੇ ਆ ਪੀ ਜਿਹੜਾ ਵੀ ਜੀਵ ਇਸ ਸੰਸਾਰ ਦੇ ਵਿੱਚ ਆਇਆ ਪਰਮਾਤਮਾ ਉਹਦੇ ਭਾਗ ਚੰਗੇ ਬਣਾਏ ਤੇ ਹੋਰ ਜਿੱਦਾਂ ਨਾ ਉਹਨਾਂ ਨੂੰ ਸੋਹਣਾ ਤੇ ਸੁਚੱਜਾ ਜੀਵਨ ਦੇਣ ਲਈ ਤੇ ਬੱਚੇ ਤੋਂ ਬੱਚੀ ਜਿਹੜੇ ਨਾ ਅੱਜ ਕੱਲ ਦੇ ਹਾਣੀ ਹੋਣ ਐਜੂਕੇਸ਼ਨ ਵਾਈਜ਼ ਤਾਂ ਹੋਰ ਨਾ ਚੀਜ਼ਾਂ ਦੇ ਵਿੱਚ। ਸੋ ਇਹੀ ਚੀਜ਼ਾਂ ਅਸੀਂ ਚਾਹੁੰਦੇ ਹਾਂ ਵੀ ਚਾਹੇ ਉਹ ਬੱਚੇ ਦੇ ਰੂਪ ਦੇ ਵਿੱਚ ਚਾਹੇ ਬੱਚੀ ਦੇ ਰੂਪ ਦੇ ਵਿੱਚ ਕਿਸੇ ਨਾਲ ਵਿਤਕਰਾ ਨਾ ਕੀਤਾ ਜਾਵੇ ਤੇ ਇਹ ਜਿਹੜਾ ਵਿਤਕਰਾ ਹੀ ਆ ਇਹਨ ਸਾਡੀਆਂ ਜਿਹਨਾਂ ਖਾਨਦਾਨਾਂ ਜਾਂ ਸਾਡੀਆਂ ਦੇਸ਼ਾਂ ਦੇ ਵਿੱਚ ਕੌਮ ਦੇ ਵਿੱਚ ਬੜੇ ਵਿਤਕਰੇ ਭਾਵਤੇ ਆ ਔਰ ਜਿਹੜੇ ਕਿ ਇਹ ਵੀ ਜਿੱਦਾਂ ਨਾ ਬਿਲਕੁਲ ਨਿਰਮੂਲ ਹੈਗੇ ਆ ਔਰ ਇਹਨਾਂ ਚੀਜ਼ਾਂ ਤੋਂ ਅਸੀਂ ਜਾਗਰਤ ਹੋ ਕੇ ਤੇ ਸੋਹਣਾ ਜੀਵਨ ਤੇ ਸੁਚੱਜਾ ਜੀਵਨ ਆਪਣੇ ਬੱਚਿਆਂ ਲਈ ਤੇ ਆਪਣੇ ਬੱਚਿਆਂ ਲਈ ਸਾਰਿਆਂ ਲਈ ਬਣਾਉਣਾ। ਸੋ ਇਹੋ ਹੀ ਸਾਨੂੰ ਜਿੱਦਾਂ ਨਾ ਗੁਰੂ ਦਾ ਵੀ ਉਪਦੇਸ਼ ਇਹੀ ਆ ਵੀ ਇਹ ਨਾ ਸੋਚੋ ਪੀ ਲੈ ਵੀ ਇਹ ਮੁੰਡਾ ਹੋ ਗਿਆ ਤਾਂ ਤੁਹਾਡੀ ਸੇਵਾ ਕਰੂਗਾ, ਲੜਕੀ ਹੋ ਗਈ ਵੀ ਤੁਹਾਡੀ ਸੇਵਾ ਉਹ ਕਰ ਸਕਦੀ ਹੈ, ਸਾਰਾ ਕੁਛ ਕਰ ਸਕਦਾ ਜਿੰਨਾ ਚਿਰ ਕੋਈ ਜੀਵਨ ਹੈਗਾ ਇਸ ਦੇ ਵਿੱਚ ਤੁਹਾਡੇ ਲੜਕੇ ਲੜਕੀਆਂ ਜਾਂ ਰਿਸ਼ਤੇਦਾਰ ਹੈ ਉਹ ਇਹਨਾਂ ਚੀਜ਼ਾਂ ਲਈ ਬਣਦੇ ਹੈਗੇ ਵੀ ਦੁੱਖ ਸੁੱਖ ਵੇਲੇ ਸਾਰੇ ਵੀ ਆਉਣ। ਜਿਹੜੇ ਸਰੀਰਕ ਰੋਗ ਹੈ ਉਹ ਤਾਂ ਹਮੇਸ਼ਾ ਹੀ ਜਿੰਨਾ ਚਿਰ ਸਾਡਾ ਸਰੀਰ ਹੈ, ਬਾਣੀ ਵੀ ਇਹ ਕਹਿੰਦੀ ਵੀ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਇੱਕ ਕੱਪੜਿਆਂ ਦੀ ਤਰ੍ਹਾਂ ਚਾਹੇ ਦੁੱਖ ਹੈ ਚਾਹੇ ਉਹ ਸੁੱਖ ਹੈ ਇੱਦਾਂ ਆਉਣੇ ਹੀ ਆ। ਪਰ ਅਸੀਂ ਜਿਹੜੇ ਆਪ ਇੱਦਾਂ ਦੀਆਂ ਚੀਜ਼ਾਂ ਕ੍ਰੀਏਟ ਕਰ ਲਈਆਂ ਵੀ ਲੈ ਵੀ ਧੀ ਹੋ ਗਈ ਉਹਨੂੰ ਵਿਆਹਣਾ ਪਊ ਉਹਦੇ ਉੱਤੇ ਸਾਡਾ ਖਰਚਾ ਹੋਊਗਾ ਜਾਂ ਉਹਨੂੰ ਇੱਦਾਂ ਕੀਤਾ ਜਾਵੇ, ਇਹ ਬਿਲਕੁਲ ਜਿੱਦਾਂ ਨਾ ਸਮਾਜਿਕ ਪੱਖੋਂ ਵੀ ਧਾਰਮਿਕ ਪੱਖੋਂ ਵੀ ਇਹ ਬਹੁਤ ਜ਼ਿਆਦਾ ਗਲਤ ਚੀਜ਼ਾਂ ਨੇ। ਮਤਲਬ ਤੁਸੀਂ ਇਹਦੇ ਵਿੱਚ ਚਾਹੁੰਦੇ ਆ ਕਿ ਸਾਡਾ ਜਿਹੜਾ ਸਮਾਜ ਦਾ ਜਿਹੜਾ ਬਰਾਬਰਤਾ ਦਾ ਤਾਂ ਹੀ ਗੱਲ ਬਣਨੀ ਹੈ ਜੇ ਅਸੀਂ ਔਰਤਾਂ ਮਰਦਾਂ ਸਾਰਿਆਂ ਨੂੰ ਇੱਕੋ ਜਿਹਾ ਸਮਾਨ ਸਮਝੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਸੋਤਾ ਸਾਹਿਬ। ਮਿਹਰਬਾਨੀ। ਹਾਂਜੀ ਆਪਾਂ ਫਿਰ ਗੱਲ ਕਰਾਂਗੇ। ਵਾਹਿਗੁਰੂ ਜੀ ਕੀ ਫਤਿਹ।
ਇਹ ਸੀਗੇ ਮੇਰੇ ਸਤਿਕਾਰਯੋਗ ਵੀਰ ਸਾਹ ਜਗਜੀਤ ਸਿੰਘ ਸੋਤਾ ਜੀ, ਜਿਹੜੇ ਕਿ ਲੋਹੜੀ ਦੇ ਤਿਉਹਾਰ ਤੇ ਉਹਨਾਂ ਨੇ ਆਪਣਾ ਪ੍ਰੈਕਟਿਸ ਵਿਚ ਵੀ ਦੱਸਿਆ ਹੈਗਾ, ਜਾਂ ਉਹਨਾਂ ਨੇ ਆਪਣੇ ਬੱਚਿਆਂ ਬੱਚੀਆਂ ਨੂੰ ਸਾਰਿਆਂ ਨੂੰ ਸਮਾਨ ਸਮਝਿਆ ਹੈਗਾ, ਆਪਣੇ ਗ੍ਰੈਂਡ ਚਿਲਡਰਨ ਨੂੰ ਵੀ ਇੱਕੋ ਜਿਹਾ ਹੀ, ਚਾਹੇ ਬੱਚੀ ਆ ਚਾਹੇ ਬੱਚਾ, ਸਾਰਿਆਂ ਨੂੰ ਇੱਕੋ ਜਿਹਾ ਉਹਨਾਂ ਦੀ ਸੈਲੀਬ੍ਰੇਸ਼ਨਾਂ ਕੀਤੀਆਂ ਹੈਗੀਆਂ ਤੇ ਇੱਕੋ ਜਿਹੀਆਂ ਸਾਰਾ ਸਮਝਦੇ ਹੈਗੇ ਆ। ਬਹੁਤ ਧੰਨਵਾਦ ਹੈਗਾ ਉਹਨਾਂ ਦਾ, ਜਿਹੜੇ ਕਿ ਸਾਡੇ ਇੱਦਾਂ ਦੇ ਸਾਡੇ ਸੁਲਝੇ ਇਨਸਾਨ ਹੈਗੇ ਆ, ਤੇ ਸਾਰੇ ਇੱਦਾਂ ਦੇ ਮੈਸੇਜ ਵੀ ਕਮਿਊਨਿਟੀ ਨੂੰ ਆਪਣੇ ਪ੍ਰੈਕਟਿਸ ਰੂਪ ਵਿਚ ਵੀ ਦੇ ਕੇ ਜਾਂਦੇ ਹੈਗੇ ਆ। ਤੁਸੀਂ ਸੁਖਮਿੰਦਰ ਸਿੰਘ ਹੋਣਾ ਦਾ ਫੋਨ ਆਇਆ ਸੀਗਾ, ਸੁਖਮਿੰਦਰ ਸਿੰਘ ਜੀ ਤੁਹਾਡੀ ਆਪਣੀਆਂ ਕੁਛ ਹੋਰ ਵੀ ਸਮੱਸਿਆਵਾਂ ਦੇ ਜ਼ਿਕਰ ਕਰਨਾ ਚਾਹੁੰਦੇ ਆ, ਬਾਅਦ ਚ ਮੈਨੂੰ ਫੋਨ ਕਰ ਲਿਓ। ਪ੍ਰੋਗਰਾਮ ਦੀ ਤੁਸੀਂ ਪ੍ਰਸ਼ੰਸਾ ਕਰਕੇ ਗਏ, ਬਹੁਤ ਧੰਨਵਾਦ। ਸਾਨੂੰ ਭਾਜੀ ਭੱਜੜ ਭਾਜੀ ਦਾ ਫੋਨ ਆਇਆ ਹੈ ਤੇ ਉਹਨਾਂ ਨੂੰ ਪ੍ਰੋਗਰਾਮ ਬਹੁਤ ਵਧੀਆ ਲੱਗਾ ਹੈਗਾ, ਤੁਹਾਡੇ ਸਾਰੀ ਗੱਲਬਾਤ ਕਹਿੰਦੇ ਬਹੁਤ ਵਧੀਆ, ਬਹੁਤ ਚੰਗਾ ਮੈਸੇਜ ਆ ਰਿਹਾ ਹੈਗਾ, ਬਹੁਤ ਬਹੁਤ ਧੰਨਵਾਦ। ਨਾਲੇ ਉਹ ਲੋਹੜੀ ਦੀ ਪਾਰਟੀ ਉਹਨਾਂ ਨੇ ਜਿਹੜਾ ਹੈਗਾ ਮੈਨੂੰ ਉਹਨਾਂ ਨੇ ਕਿਹਾ ਹੈਗਾ, ਜ਼ਰੂਰ ਆਇਓ ਭਾਜੀ। ਧੰਨਵਾਦ ਤੁਹਾਡਾ ਸੱਦਾ ਪੱਤਰ ਲਈ, ਤੇ ਜ਼ਰੂਰ ਆਪਾਂ ਤੁਹਾਡੇ ਸਾਰਿਆਂ ਦੇ ਆਪਣੇ ਦੋਸਤਾਂ ਲਈ ਜ਼ਰੂਰ ਆਪਾਂ ਲੋਹੜੀ ਦੀਆਂ ਜਿਹੜੀਆਂ ਆ ਤੁਹਾਨੂੰ ਵੀ ਵਧਾਈਆਂ ਪੇਸ਼ ਕਰਦੇ ਆ, ਆਪਣੇ ਸਮੁੱਚੇ ਲਿਸਨਰਾਂ ਨੂੰ, ਤੁਸੀਂ ਸਾਡੇ ਹਜ਼ਾਰਾਂ ਸਰੋਤਿਆਂ ਨੂੰ ਵੀ ਤੁਸੀਂ ਵਧਾਈਆਂ ਦੇ ਕੇ ਗਏ ਆ। ਬਹੁਤ ਬਹੁਤ ਧੰਨਵਾਦ, ਬਹੁਤ ਤੁਹਾਡੇ ਨਾਲ ਗੱਲਬਾਤ ਕਰਕੇ ਭਾਜੀ ਬਹੁਤ ਹੀ ਵਧੀਆ ਲੱਗਾ। ਤੁਸੀਂ ਬਹੁਤ ਹੀ ਸਮਾਜ ਦੇ ਕੰਮ ਚੰਗੀਆਂ ਜਿਹੜੀਆਂ ਗੱਲਾਂ ਲਈ ਤੁਸੀਂ ਪ੍ਰਸੰਸਾ ਸਾਰਿਆਂ ਵਾਸਤੇ, ਸਾਰਿਆਂ ਨੇ ਚੰਗੇ ਜਿਹਨਾਂ ਵਿਚਾਰੇ ਉਹਨਾਂ ਦੀ ਪ੍ਰਸੰਸਾ ਕਰਕੇ ਗਏ ਹੈਗੇ ਆ, ਤੇ ਗੱਲਬਾਤ ਤੁਹਾਨੂੰ ਚੰਗੀ ਲੱਗਦੀ ਆ ਜਦੋਂ ਵੀ ਤੁਸੀਂ ਫੋਨ ਆਉਂਦੇ ਆ ਕਰਦੇ ਆ, ਬਹੁਤ ਤਾਰੀਫ ਕਰਕੇ ਜਾਂਦੇ ਆ। ਬਹੁਤ ਬਹੁਤ ਧੰਨਵਾਦ ਜੀ। ਇਸ ਮੈਂ ਹੁਣ ਇੱਥੇ ਹੀ ਤੁਹਾਡੇ ਨਾਲ ਤੁਹਾਡੇ ਕੋਲ ਇਜਾਜ਼ਤ ਲੈਂਦਾ ਹੈਗਾ, ਲੋਹੜੀ ਦੀਆਂ ਫੇਰ ਤੁਹਾਨੂੰ ਲੱਖ ਲੱਖ ਵਧਾਈਆਂ ਪੇਸ਼ ਕਰਕੇ ਗਿਆ ਜਾਂਦਾ ਆ, ਤੇ ਸਾਰਿਆਂ ਲਈ ਮੈਂ ਗੁੱਡ ਵਿਸ਼ਿਸ਼ ਤੁਹਾਨੂੰ ਦੇ ਕੇ ਜਾ ਰਿਹਾ ਹੈਗਾ। ਚੰਗੀ ਤਰ੍ਹਾਂ ਲੋਹੜੀ ਮਨਾਓ, ਕੁੜੀਆਂ ਤੇ ਮੁੰਡਿਆਂ ਨੂੰ ਬਰਾਬਰ ਸਮਝੋ, ਤੇ ਇਹੀ ਸਾਡਾ ਗੁਰਬਾਣੀ ਦਾ ਉਪਦੇਸ਼ ਹੈਗਾ, ਤੇ ਇਹੀ ਸਾਡਾ ਅੱਜ ਜੇ ਅਸੀਂ ਕੁੜੀਆਂ ਮੁੰਡੇ ਬਰਾਬਰ ਸਮਝ ਲਏ, ਔਰਤ ਤੇ ਮਰਦ ਬਰਾਬਰ ਹੋ ਗਏ, ਅਸੀਂ ਸਮਾਜ ਦੀ ਖੁਸ਼ਹਾਲੀ ਵਿਚ ਬਹੁਤ ਹੀ ਵੱਡਾ ਹਿੱਸਾ ਪਾ ਸਕਾਂਗੇ। ਸਾਡੇ ਹੋਰ ਵੀ ਸਾਡੀਆਂ ਕੁੜੀਆਂ ਕਲਪਨਾ ਚਾਵਲਾ ਵਾਂਗੂ ਹੋਰ ਤਾਰੇ, ਨਵੇਂ ਤਾਰੇ ਜਿਹੜੇ ਆ ਆਕਾਸ਼ ਦੇ ਵਿਚ ਬਣਨਗੀਆਂ, ਤੇ ਹਮੇਸ਼ਾ ਹੀ ਸਾਰੇ ਜੱਗ ਨੂੰ ਚਾਨਣ ਦੇਣਗੀਆਂ। ਤੇ ਸਾਰਿਆਂ ਦਾ ਫੇਰ ਤੁਹਾਡਾ ਸਾਰਿਆਂ ਦਾ ਧੰਨਵਾਦ, ਪ੍ਰੋਗਰਾਮ ਵਿਚ ਸਹਿਯੋਗ ਦਾ, ਸੁਣਨ ਦਾ, ਸਾਰਿਆਂ ਦਾ। ਤੁਹਾਡੀਆਂ ਹੁਣ ਵੀ ਲਾਈਨ ਅਪ ਚਮਕ ਰਹੀਆਂ, ਪਰ ਭਾਜੀ ਇਸ ਵੇਲੇ ਮੇਰੇ ਭੈਣ ਜੀ ਜਾਂ ਜਿੰਨੇ ਦਾ ਵੀ ਫੋਨ ਹੈਗਾ, ਤੇ ਹੁਣ ਮੈਂ ਕੋਈ ਤੁਹਾਡੀ ਕਾਲ ਨਹੀਂ ਲੈ ਸਕਦਾ। ਤੁਹਾਡੀਆਂ ਵਧਾਈਆਂ ਅਸੀਂ ਅਸੈਪਟ ਕਰਦੇ ਹਾਂ, ਤੁਹਾਡੇ ਗਾਹਾਂ ਸੰਦੇਸ਼ ਵੀ ਤੁਹਾਡੇ ਆ, ਜੇ ਨਹੀਂ ਵੀ ਚਾਹੇ ਤੁਹਾਡੇ ਗਾਹਾਂ ਸੰਦੇਸ਼ ਜਿਹੜੇ ਆ ਗੁੱਡ ਵਿਸ਼ਿਸ਼ ਦੇ ਆਪਣੇ ਸਰੋਤਿਆਂ ਨਾਲ ਪੇਸ਼ ਸ਼ੇਅਰ ਕਰਦੇ ਹਾਂ। ਚਲੋ ਇੱਥੇ ਹੀ ਤੁਹਾਨੂੰ ਛੱਡ ਕੇ ਜਾ ਰਿਹਾ ਹੈਗਾ, ਤੋਂ ਮੇਰੇ ਤੋਂ ਬਾਅਦ ਆਉਣਗੇ ਭਾਜੀ ਸ਼ਿੰਗਾਰਾ ਜੀ, ਤੇ ਉਹ ਭਾਜੀ ਸ਼ਿੰਗਾਰਾ ਜੀ ਦਾ ਸਾਥ ਦਿਓ। ਆਪਾਂ ਹੁਣ ਨਿਊਜ਼ ਵੱਲ ਛੇਤੀ ਛੇਤੀ ਵੱਧ ਰਹੇ ਹੈਗੇ ਆ, ਤੇ ਅਗਲੇ ਹਫ਼ਤੇ ਮੈਂ ਤੁਹਾਡੇ ਨਾਲ ਫੇਰ ਤੁਹਾਡੀ ਸੇਵਾ ਵਿਚ ਜਿਹੜੇ ਸਰਗਰਮ ਵਿਸ਼ੇ ਲੈ ਕੇ ਹਾਜ਼ਰ ਹੋਵਾਂਗੇ। ਚੰਗਾ ਜੀ, ਸਰਬ ਰੱਖਾ, ਸਾਰਿਆਂ ਦਾ ਰਾਜੀ ਖੁਸ਼ੀ ਰਹੋ ਤੇ ਖੁਸ਼ੀਆਂ ਮਾਨੋ, ਤੇ ਲੋਹੜੀ ਦੀਆਂ ਗੁੱਡ ਨਿਊਜ਼ ਜਿਹੜੀਆਂ ਆ ਤੁਹਾਡੇ ਨਾਲ ਅਸੀਂ ਸ਼ੇਅਰ ਫੇਰ ਕਹਾਂ ਬਾਅਦ ਵਿਚ ਵੀ ਕਰਾਂਗੇ। ਚੰਗਾ ਜੀ, ਧੰਨਵਾਦ।